ਵਾਹਿਗੁਰੂ ਜੀ ਕੀ ਫਤਿਹ। ਚੌਪਈ ਤੁਮਰੀ ਮਹਿਮਾ ਅਪਰ ਅਪਾਰਾ, ਜਾ ਕਾ ਲਿਓ ਨ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਿਆਲ ਗਰੀਬ ਨਿਵਾਜਾ। ਦੋਹਰਾ ਮੁਖ ਉਚਰੈ ਸ਼ਾਸਤਰ ਕੱਟ, ਪਿੰਗ ਕਿੜਨ ਚਰ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਚੌਪਈ ਕਹਾ ਬੁੱਧ ਪ੍ਰਭ ਤੁਚ ਹਮਾਰੀ, ਬਰਨ ਸਕੈ ਮੈਂ ਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਦੋਹਰਾ ਤਿਨ ਬਿਧਿਅਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੇ, ਜੇਤੇ ਪਏ ਸਹਾਏ। ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਤਰ ਪਰ ਤਰ ਕਰ ਮਾਤ। ਵਾਹਿਗੁਰੂ ਜੀ ਕਬਿਤ ਦਿਓਤ ਕਰ ਚੰਡ ਮੈਂ, ਨਿਤ ਨਿਪ ਦੰਡ ਮੈਂ, ਦਾਨ ਗਜ ਗੰਡ ਮੈਂ, ਸੁਬਤ ਅਪਾਰ ਹੈ। ਹਵੀ ਜਿਮ ਕੀਰ ਮੈਂ, ਤੀਰ ਜਿਮ ਬੀਰ ਮੈਂ, ਸਿਰ ਜਿਮ ਨੀਰ ਮੈਂ, ਹੁਤ ਸੁਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵੀ ਸੰਤੋਖ ਸਿੰਘ ਜੀ ਸ਼ੁਰੂ ਕਰਨ ਵਿੱਚ ਮਹਾਰਾਜ ਦਾ ਜੋ ਮੰਗਲ ਹੈ, ਅੱਜ ਦਾ ਮੰਗਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਕਵੀ ਸੰਤੋਖ ਸਿੰਘ ਜੀ ਇਹ ਦਰਸਾ ਰਹੇ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਮਹਾਨ ਨੇ ਅਤੇ ਕਿਸ ਤਰੀਕੇ ਨਾਲ ਮਹਾਨ ਨੇ। ਹਾਓ ਵੁੱਡ ਯੂ ਸੇ ਦੈਟ ਸ੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਦਾ ਮੋਸਟ ਗ੍ਰੇਟੈਸਟ ਜਿਹੜਾ ਹੈ ਇਨ ਦਾ ਵਰਲਡ। ਸੋ ਹਾਓ ਵੁੱਡ ਯੂ ਸੇ ਦੈਟ, ਬਿਕੋਜ਼ ਯੂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਗੋਡ ਹਿਮਸੈਲਫ, ਪਰਮਾਤਮਾ ਹਿਮਸੈਲਫ। ਸੋ ਕਹਿੰਦੇ ਵੀ ਕਿੰਨਾ ਕੁ ਉਹ ਵੱਡਾ ਹੈ, ਉਹਦੀ ਉਸਤਤ ਕਿੰਨੀ ਕੁ ਵੱਡੀ ਹੈ। ਸੋ ਕਈ ਐਗਜ਼ਾਮਪਲਸ ਦੇ ਕੇ ਚਾਰ ਕੈਟੇਗਰੀਜ਼ ਹਨ ਜਿਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਮਹਾਰਾਜ ਦੀ ਉਸਤਤ ਨੂੰ ਦੱਸਣਗੇ, ਮਹਾਰਾਜ ਦੀ ਪ੍ਰੇਸ ਨੂੰ ਦਰਸਾਉਣਗੇ ਜੀ। ਪਹਿਲਾ ਹੈ ਜੀ ਦਿਓਤ ਕਰ ਚੰਡ ਮੈਂ, ਨਿਤ ਨਿਪ ਦੰਡ ਮੈਂ, ਦਾਨ ਗਜ ਗੰਡ ਮੈਂ, ਸੁਬਤ ਅਪਾਰ ਹੈ। ਹੁਣ ਕਹਿੰਦੇ ਫਸਟ ਕੈਟੇਗਰੀ ਕੀ ਹੈ, ਸ਼ੋਭਾ। ਕਹਿੰਦਾ ਕਿਹੜੀ ਚੀਜ਼ ਜਿਹੜੀ ਸ਼ੋਭਾ ਦਿੰਦੀ ਹੈ। ਸ਼ੋਭਾ ਮੀਨਸ ਇਟ ਬਿਊਟੀਫਾਈਜ਼ ਸਮਥਿੰਗ, ਇਟ ਕ੍ਰੀਏਟਸ ਗਲੋਰੀ ਵਿਦ ਇਨ ਸਮਥਿੰਗ। ਸੋ ਕਹਿੰਦੇ ਜਿਹੜੇ ਗਲੋਰੀਫਾਈਂਗ ਜਿਹੜੇ ਪੁਆਇੰਟਸ ਹਨ ਕਿਹੜੇ ਨੇ, ਕਹਿੰਦੇ ਪਹਿਲਾ ਹੈ ਦਿਓਤ ਕਰ ਚੰਡ ਮੈਂ। ਕਹਿਣਗੇ ਸੂਰਜ ਦੇ ਵਿੱਚ ਕਿਰਨਾਂ ਹੁੰਦੀਆਂ ਨੇ, ਜਾਂ ਰਿਸ਼ਮਾ ਕਹਿ ਲਈਏ, ਕਿਰਨਾਂ ਕਹਿ ਲਈਏ, ਦ ਰੇਸ਼। ਕਹਿੰਦੇ ਸੂਰਜ ਦੀਆਂ ਕਿਰਨਾਂ ਦੇ ਵਿੱਚ ਚਾਨਣ ਹੈ, ਹੀਟ ਹੈ, ਐਂਡ ਦੈਟ ਰੇਸ ਯੂ ਕੈਨ ਨੋਟ ਕੰਪੇਅਰ ਟੂ ਐਨੀਥਿੰਗ ਐਲਸ। ਯੂ ਸੀ ਜਿਹੜਾ ਹੈ ਸੂਰਜ, ਉਹ ਗਲੋਰੀਫਾਈ ਕਿਉਂ ਹੁੰਦਾ, ਕਿਉਂਕਿ ਉਹਦੀਆਂ ਕਿਰਨਾਂ ਕਰਕੇ, ਬਿਕੋਜ਼ ਦੈਟ ਇਜ਼ ਵਾਟ ਰੀਚਿੰਗ ਐਸ। ਅਸੀਂ ਸੂਰਜ ਇਜ਼ ਵੈਰੀ ਫਾਰ ਅਵੇ ਯਾਰ, ਵੀ ਨੋ ਵੀ ਅੰਡਰਸਟੈਂਡ ਦ ਸਨ ਫਰੋਮ ਇਟ ਰੇਸ਼। Now, how do we know about sun from its rays? So then we track back from where it's coming. Oh, it's coming from the sun. So, kende jime suraj jada hai, odiyan kirna karke sobha paunda hai, te duja example, neet nirp dand mein, kende vich raja hai. A good king is known for its justice. The king who does justice, niti hundi hai, do tarah di hundi hai, ek niti, ek aniti. So, raj niti hundi hai, jada eh dovan nu pachhanan vich, what is need, what is a need, you know. So a good raja will only always do justice. Say a good raja is only known from its justice. From justice you know, oh, this is a good king. So that means karm is the one who actually is the actual identification of you. It's not you, it's your karm. People will know you from your karm, and then later they will know you. So that's how it is. See, like, you know Paramatma. Paramatma is known from whom? From his Bhagat. Je Bhagata ne Bhagati kiti, ta unna ne Paramatma nu pragat kita na. See, if Bhagat na hunde, tam Paramatma da kime pata lagna si? How would somebody know what is God? So, ise trahi, daan. Daan gaj gand mein subat apar hai. Haan, kende, eh, shobha paun wali tiji cheez ki hai, kende, jara hathi hunda hai na. Hathi de purpuri to like, if you see the elephant na, elephant from his purpuri, jame apne, ਪੋਪੜੀ ਇੱਥੇ ਹੈ ਨਾ, ਇੱਥੋਂ ਉਹਦਾ ਇੱਕ ਮੁੜਕਾ ਚੋਂਦਾ ਹੁੰਦਾ ਟੂਅਰਡਸ ਇਟਸ ਗੱਲਾਂ ਦੇ ਉੱਤੇ ਆ ਕੇ ਥੱਲੇ ਡਿੱਗਦਾ। ਕਹਿੰਦੇ ਉਹਨੂੰ ਮੰਨਿਆ ਗਿਆ ਵੀ ਅੰਮ੍ਰਿਤ ਹੈ। ਕਹਿੰਦੇ ਜਦੋਂ ਹਾਥੀ ਦਾ ਐਸਾ ਮੁੜਕਾ ਆਉਂਦਾ ਹੋਵੇ, ਦੈਟ ਮੀਨਸ ਦਾ ਹਾਥੀ ਇਜ਼ ਰੀਲੀ ਹੈਲਥੀ, ਦ ਐਲੀਫੈਂਟ ਇਜ਼ ਫਰੋਮ ਅ ਗੁੱਡ ਬ੍ਰੀਡ, ਜਿਹਦਾ ਐਸਾ ਮੁੜਕਾ ਚੋਂਦਾ ਹੋਵੇ। ਕਹਿੰਦੇ ਜਿਵੇਂ ਹਾਥੀ ਦਾ ਮੁੜਕੇ ਕਰਕੇ, ਮੁੜਕੇ ਨੂੰ ਮੁੜਕਾ ਨਹੀਂ ਕਹਿੰਦੇ, ਦੇ ਡੋਂਟ ਕਾਲ ਇਟ ਸਵੈਟ, ਦੇ ਕਾਲ ਇਟ ਅੰਮ੍ਰਿਤ।
ਤੇ ਉਹ ਉਹਨੂੰ ਮੰਨਿਆ ਗਿਆ ਉਹ ਦਵਾਈ ਹੈ ਇਟ ਇਜ਼ ਯੂਜ਼ ਇਨ ਮੈਨੀ ਮੈਡੀਸਨ ਇਨ ਆਯੁਰਵੈਦਿਕ ਮੈਡੀਸਨ ਇਟ ਇਜ਼ ਯੂਜ਼ ਦੈਟ ਸੋ ਉਹਦਾ ਜਿਹੜਾ ਮੁੜਕਾ ਚੋਂਦਾ ਹੈ ਕਹਿੰਦੇ ਜਿਵੇਂ ਹਾਥੀ ਦਾ ਉਹ ਮੁੜਕੇ ਦਾ ਜਿਹੜਾ ਪਾਣੀ ਨੂੰ ਅੰਮ੍ਰਿਤ ਗਿਣਿਆ ਜਾਂਦਾ ਹੈ ਕਹਿੰਦੇ ਸ਼ੋਭਤ ਅਪਾਰ ਹੈ ਇਹ ਸ਼ੋਭਾ ਪਾਉਣ ਵਾਲੀਆਂ ਤਿੰਨ ਚੀਜ਼ਾਂ ਨੇ ਨਾ ਰਿਮੈਂਬਰ ਦ ਫੋਰ ਕੈਟਾਗਰੀਜ਼ ਦ ਫਸਟ ਕੈਟਾਗਰੀ ਇਜ਼ ਸ਼ੋਭਾ ਗਲੋਰੀਫਾਈ ਕਿਹੜੀ ਚੀਜ਼ ਗਲੋਰੀਫਾਈ ਕਰਦੀ ਹੈ ਚੰਦਰਮਾ ਦੂਜਾ ਰਾਜਾ ਜਿਹੜਾ ਚੰਗੀ ਤਰ੍ਹਾਂ ਜਸਟਿਸ ਦਿੰਦਾ ਹੈ ਤੀਜੀ ਗੱਲ ਜਿਹੜਾ ਹਾਥੀ ਦਾ ਅੰਮ੍ਰਿਤ ਹੈ ਹੋਰ ਕਿਸੇ ਤੋਂ ਨਹੀਂ ਮਿਲਦਾ ਦੈਟ ਮੀਨਸ ਦਿਸ ਆਰ ਆਲ ਥ੍ਰੀ ਵਿਚ ਕੈਨ ਓਨਲੀ ਬੀ ਓਬਟੇਨ ਫਰੋਮ ਇਟਸ ਰੈਸਪੈਕਟਿਵ ਸੋਰਸ ਨੋਬਡੀ ਨੋਵੇ ਐਲਸ ਓਕੇ ਹੁਣ ਦੂਜਾ ਜਿਹੜਾ ਹੈ ਉਹ ਹੈ ਸੁਖਦਾਈ ਹੈ ਸੁੱਖਾਂ ਨੂੰ ਦੇਣ ਵਾਲਾ ਉਹ ਵੀ ਤਿੰਨ ਨੇ ਉਹ ਕਿਹੜੇ ਨੇ ਹਵੀ ਜਿਮ ਕੀਰ ਮੈਂ ਤੀਰ ਜਿਮ ਬੀਰ ਮੈਂ ਕਹਿੰਦੇ ਹਵੀ ਹਵੀ ਮੀਨਸ ਘਿਓ ਜਿਵੇਂ ਦੁੱਧ ਵਿੱਚੋਂ ਘਿਓ ਨਿਕਲਦਾ ਹੈ ਨਾ ਜਿਹਦਾ ਘਿਓ ਨਿਕਲਦਾ ਹੈ ਉਹਦਾ ਵੈਲਿਊ ਜ਼ਿਆਦਾ ਹੁੰਦਾ ਹੈ ਫਰੋਮ ਦਾ ਮਿਲਕ ਇਟਸੈਲਫ ਰਾਈਟ ਸੋ ਕਹਿੰਦੇ ਹਵੀ ਮੀਨਸ ਘਿਓ ਜਿਹੜਾ ਘਿਓ ਦੁੱਧ ਵਿੱਚੋਂ ਨਿਕਲਦਾ ਹੈ ਦੂਜਾ ਐਗਜ਼ਾਮਪਲ ਧੀਰ ਜਿਮ ਬੀਰ ਮੈਂ ਧੀਰ ਮੀਨਸ ਧੀਰਜ ਫੋਰਟੀਟਿਊਡ ਇੱਕ ਸੂਰਮੇ ਵਿੱਚ ਇੱਕ ਵਾਰੀਅਰ ਦੇ ਵਿੱਚ ਫੋਰਟੀਟਿਊਡ ਹੋਣਾ ਜ਼ਰੂਰੀ ਹੈ ਹੀ ਨੀਡ ਟੂ ਸਟੈਂਡ ਇਨ ਐਡਵਰਸ ਕੰਡੀਸ਼ਨ ਵਟ ਐਵਰ ਦ ਕੰਡੀਸ਼ਨ ਕੈਨ ਬੀ ਅ ਸੂਰਮਾ ਇਜ਼ ਦੈਟ ਦੈਟ ਕੈਨ ਸਟੈਂਡ ਹੀ ਇਜ਼ ਨੋਟ ਗੋਇੰਗ ਟੂ ਕਾਊਂਟ ਹਾਊ ਮਨੀ ਆਰ ਦ ਓਪੋਨੈਂਟਸ ਹੀ ਇਜ਼ ਗੋਇੰਗ ਟੂ ਸਟੈਂਡ ਐਂਡ ਫਾਈਟ ਸੋ ਕਹਿੰਦੇ ਜਿਵੇਂ ਫੋਰਟੀਟਿਊਡ ਇੱਕ ਸੂਰਮੇ ਦੇ ਵਿੱਚ ਹੈ ਤੀਜੀ ਗੱਲ ਕੀ ਹੈ ਸਿਰ ਜਿਮ ਨੀਰ ਮੈਂ ਹੋਤ ਸੁਖਕਾਰ ਹੈ ਕਹਿੰਦੇ ਕਿ ਸੁਖ ਦੇਣ ਵਾਲੀ ਤੀਜੀ ਚੀਜ਼ ਕਿਹੜੀ ਹੈ ਪਾਣੀ ਵਿੱਚ ਪਾਣੀ ਵਿੱਚ ਮੰਨਿਆ ਹੈ ਸੀਰ ਸੀਰ ਮੀਨਸ ਉਹਦੀ ਜਿਹੜੀ ਸ਼ੀਤਲਤਾ ਹੈ ਠੰਡਕ ਪਾਣੀ ਵਿੱਚ ਠੰਡਕ ਦ ਚਿਲ ਫੀਲਿੰਗ ਦੈਟ ਯੂ ਗੋ ਇਨ ਟੂ ਦ ਵਾਟਰ ਯੂ ਫੀਲ ਚਿਲਨੈਸ ਯੂ ਫੀਲ ਫਰੈਸ਼ਨੈਸ ਹਾਂ ਉਹ ਚੀਜ਼ ਪਾਣੀ ਵਿੱਚ ਹੈ ਸੋ ਕਹਿੰਦੇ ਜਿਵੇਂ ਘਿਓ ਦੁੱਧ ਵਿੱਚ ਧੀਰਜ ਸੂਰਮੇ ਦੇ ਵਿੱਚ ਅਤੇ ਸ਼ੀਤਲਤਾ ਪਾਣੀ ਦੇ ਵਿੱਚ ਕਹਿੰਦੇ ਕਿ ਇਹ ਸੁਖਦਾਈ ਹੈ ਸੁੱਖਾਂ ਨੂੰ ਦੇਣ ਵਾਲੀਆਂ ਜਿਵੇਂ ਕਹਿੰਦੇ ਹੁਣ ਦੇਖੋ ਕਹਿੰਦੇ ਚੰਦਰਮਾ ਹੁਣ ਇਹ ਤੀਜਾ ਕੈਟਾਗਰੀ ਆ ਗਿਆ ਜਿਹੜਾ ਕਿ ਨਿਸ਼ਚੈ ਕਰਕੇ ਨਿਸ਼ਚੈ ਮੀਨਸ ਯੂ ਬਿਲੀਵ ਇਟ ਇਜ਼ ਦੈ ਇਨ ਇਟ ਇਜ਼ ਦੈਟ ਦੈਟਸ ਇਟ ਦੈਟਸ ਨਥਿੰਗ ਐਲਸ ਨਿਸ਼ਚੈ ਮੀਨਸ ਯੂ ਆਲਰੇਡੀ ਹੈਵ ਦ ਫੇਥ ਦੈਟ ਯੈਸ ਦਿਸ ਇਜ਼ ਇਟ ਨਥਿੰਗ ਐਲਸ ਸੋ ਉਹਦੇ ਬਾਰੇ ਕਹਿੰਦੇ ਤਿੰਨ ਚੀਜ਼ਾਂ ਹੋਰ ਨੇ ਪਹਿਲੀ ਗੱਲ ਕੀ ਹੈ ਕਹਿੰਦੇ ਚੰਦਰਮਾ ਦੇ ਵਿੱਚ ਚਾਂਦਨੀ ਹੈ ਨਾ ਚਾਂਦਨੀ ਗਿਵਸ ਯੂ ਲਾਈਟ ਐਂਡ ਇਟ ਗਿਵਸ ਯੂ ਕੋਲਨੈਸ ਸੀ ਸੂਰਜ ਗਿਵ ਯੂ ਲਾਈਟ ਐਂਡ ਹੀਟ ਚੰਦਰਮਾ ਗਿਵ ਯੂ ਰਾਈਟ ਦ ਓਪੋਸਿਟ ਇਟ ਗਿਵਸ ਯੂ ਦ ਗੁਣ ਆਫ ਲਾਈਟ ਐਟ ਦ ਸੇਮ ਟਾਈਮ ਠੰਡਕ ਸੋ ਇਟਸ ਡਿਫਰੈਂਟ ਰਾਈਟ ਸੋ ਕਹਿੰਦੇ ਉਹ ਸਿਰਫ ਚੰਦਰਮਾ ਤੋਂ ਮਿਲੇਗੀ ਲਾਈਟ ਵੀ ਮਿਲੇਗੀ ਠੰਡਕ ਵੀ ਮਿਲੇਗੀ ਓਕੇ ਫਿਰ ਆ ਗਿਆ ਜੀ ਗੰਧ ਅਰਬਿੰਦ ਮੈਂ ਜਿਵੇਂ ਕਵਲ ਫੁੱਲ ਦੇ ਵਿੱਚ ਸੁਗੰਧੀ ਹੈ ਸੁਗੰਧੀ ਮਿਲਦੀ ਹੈ ਫ੍ਰੈਗਨੈਂਸ ਓਕੇ ਹੁਣ ਜੀ ਤੀਜੀ ਗੱਲ ਕੀ ਹੈ ਮੁਖ ਤਿਤ ਬਿੰਦ ਮੈਂ ਜਨ ਨਿਰਧਾਰ ਕਹਿੰਦੇ ਨਿਸ਼ਚੇ ਕਰਕੇ ਮੰਨ ਲਓ ਤੀਜੀ ਗੱਲ ਕੀ ਹੈ ਕਹਿੰਦੇ ਬ੍ਰਹਮ ਗਿਆਨੀ ਤੋਂ ਮੁਕਤੀ ਮਿਲਦੀ ਹੈ ਸੋ ਥ੍ਰੀ ਥਿੰਗਸ ਹੈ ਚੰਦਰਮਾ ਤੋਂ ਚਾਂਦਨੀ ਦੂਜਾ ਕਵਲ ਫੁੱਲ ਤੋਂ ਵਾਸ਼ਨਾ ਤੱਤ ਬੇਤੇ ਤੋਂ ਬ੍ਰਹਮ ਗਿਆਨੀ ਤੋਂ ਮਿਲਦੀ ਹੈ ਮੁਕਤੀ ਕਹਿੰਦੇ ਇਹ ਨਿਰਧਾਰ ਹੈ ਨਿਸ਼ਚੇ ਕਰਕੇ ਮਿਲ ਜਾਣੀ ਸੋ ਤਿੰਨ ਹੋ ਗਿਆ ਨਾ ਤਿੰਨ ਕੈਟਗਰੀਆਂ ਹੋ ਗਿਆ ਨਾਓ ਦ ਫੋਰਥ ਵਨ ਸਵੱਛ ਜਸ ਦਾਨ ਮੈਂ ਤਨ ਜਿਮ ਗਨ ਮੈਂ ਕਹਿੰਦੇ ਸਵੱਛ ਜਸ ਦਾਨ ਮੈਂ ਕਹਿੰਦੇ ਸਵੱਛ ਕੀ ਹੈ ਨਿਰਮਲ ਵਿਦਆਊਟ ਐਨੀ ਫਿਲਥ ਵਿਦਆਊਟ ਐਨੀ ਡਰਟ ਕਹਿੰਦੇ ਜੇ ਕੋਈ ਦਾਨ ਦਿੰਦਾ ਹੈ ਨਾ ਉਹਨੂੰ ਇੱਕ ਪਵਿੱਤਰ ਜਿਹੜੀ ਹੈ ਪ੍ਰੇਸ ਮਿਲਦੀ ਹੈ ਕਹਿੰਦੇ ਜੇ ਤੁਸੀਂ ਦਾਨ ਦਿਓਗੇ ਯੂ ਵਿਲ ਗੈਟ ਪ੍ਰੇਸ ਸੋ ਦੂਜਾ ਕੀ ਹੈ ਤਾਨ ਮੈਂ ਜਿਮ ਤਨ ਜਿਮ ਗਨ ਮੈਂ ਹਾਂ ਕਹਿੰਦੇ ਤਾਨ ਤਾਨ ਹੁੰਦੀ ਨਾ ਰਿਦਮ ਇੱਕ ਗਾਣੇ ਵਿੱਚ ਜਿਵੇਂ ਰਿਦਮ ਹੁੰਦੀ ਹੈ ਇੱਕ ਸੰਗੀਤ ਵਿੱਚ ਰਿਦਮ ਹੁੰਦੀ ਹੈ ਕਹਿੰਦੇ ਰਿਦਮ ਤੋਂ ਬਗੈਰ ਗਾਣਾ ਕੁਛ ਨਹੀਂ ਹੈਗਾ ਸੋ ਇੱਕ ਗਾਣੇ ਦੇ ਵਿੱਚ ਇੱਕ ਰਿਦਮ ਆਉਣੀ ਹੀ ਆਉਣੀ ਹੈ ਸੋ ਜਿਵੇਂ ਰਿਦਮ ਹੈ ਗਾਣੇ ਦੇ ਵਿੱਚ ਗ੍ਰੰਥ ਘਰ ਗਿਆਨ ਮੈਂ ਤੈਸੇ ਰਸ ਸਾਰ ਹਾਂ ਕਹਿੰਦੇ ਦੇਖੋ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਿਆਨ ਹੈ ਗਿਆਨ ਸਮਾਇਆ ਹੋਇਆ ਜਸਟ ਲਾਈਕ ਆਲ ਅਦਰ ਥਿੰਗਸ ਨਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਸ ਆਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੋਭਾ ਵੀ ਹੈ ਜਿਹੜਾ ਪੜ੍ਹਦਾ ਉਹਦੀ ਵੀ ਸ਼ੋਭਾ ਹੋ ਜਾਂਦੀ ਹੈ ਇਟਸ ਨੋਟ ਦੈਟ ਯੂ ਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਾ ਤਾਂ ਹੈਗੀ ਉਹ ਹੈਗੀ ਬਾਣੀ ਦੀ ਸ਼ੋਭਾ ਬਟ ਹੂ ਰੀਡਸ ਇਟ ਹੀ ਗੈਟਸ ਸੇਮ ਸੋ ਦੂਜੀ ਗੱਲ ਹੈ ਸੁਖਦਾਈ ਜੋ ਗੁਰਬਾਣੀ ਪੜ੍ਹਦਾ ਉਹਨੂੰ ਉਹਦੀ ਬਾਣੀ ਬੜੀ ਸਫਲ ਹੈ ਉਹ ਸੁੱਖਾਂ ਨੂੰ ਦੇਣ ਵਾਲੀ ਹੈ ਯੂ ਆਰ ਫੀਲ ਗੁੱਡ ਤੀਜੀ ਗੱਲ ਹੈ ਉਹ ਨਿਸ਼ਚੈ ਕਰਕੇ ਹੈ ਜੋ ਗੁਰਬਾਣੀ ਨੇ ਕਹਿਤਾ ਉਹ ਹੈ ਐਂਡ ਵਟ ਯੂ ਫਾਈਨ ਇਨ ਗੁਰਬਾਣੀ ਯੂ ਫਾਈਨ ਇਨ ਨੋਵੇ ਐਲਸ ਸਡਨਲੀ ਜੋ ਲਿਖਿਆ ਉਹੀ ਹੈ ਅਤੇ ਅਖੀਰਕਾਰ
ਗੁਰਬਾਣੀ ਇਸ਼ ਗੁਰਬਾਣੀ, ਗੁਰਬਾਣੀ ਇਸ਼ ਪਰਮਾਤਮਾ। ਸੋ ਭਾਈ ਸੰਤੋਖ ਸਿੰਘ ਜੀ ਨੇ ਉਸਤਤ ਲਿਖ ਕੇ ਹੁਣ ਕਥਾ ਸ਼ੁਰੂ ਕਰਦੇ ਹਨ। ਦੋਹਰਾ ਸਹਿਜ ਸੁਭਾਇਕ ਮੁਕਤੀ ਦਾ ਆਵਤ ਪਏ ਆਵਾਸ। ਕਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਹਿਜ ਸੁਭਾਅ, ਕਹਿੰਦੇ ਸਹਿਜ ਦੇ ਵਿੱਚ, ਸਹਿਜ ਮੀਨਸ ਵਿਦਆਊਟ ਪਲੈਨਿੰਗ, ਵਿਦਆਊਟ ਹੈਵਿੰਗ ਐਨੀਥਿੰਗ ਇਨ ਮਾਈਂਡ, ਇਹ ਵੀ ਇੱਕ ਸਹਿਜ ਦਾ ਅਰਥ ਹੈ। ਸਹਿਜ ਮੀਨਸ ਨੈਚੁਰਲੀ, ਸੋ ਦ ਐਕਟ ਵਿਚ ਇਜ਼ ਨੈਚੁਰਲੀ ਡਨ। ਸੋ ਕਹਿੰਦੇ ਸਹਿਜ ਸੁਭਾਵਿਕ, ਕਹਿੰਦੇ ਕਿ ਸਹਿਜ ਸੁਭਾਅ ਦੇ ਨਾਲ ਮੁਕਤੀ ਦਾ ਦਾਤਾ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਘਰ ਆਉਂਦੇ ਹਨ। ਪਦ ਨੂੰ ਪ੍ਰਗਟ ਕਿੰਕਨੀ ਸ਼ਬਦ ਹੋਤ ਪ੍ਰਕਾਸ਼। ਹੁਣ ਮਹਾਰਾਜ ਕਿੱਥੋਂ ਆਏ ਨੇ? ਪੰਡਿਤ ਗੋਪਾਲ ਦੇ ਜਿਹੜੇ ਹਨ ਪਾਠਸ਼ਾਲਾ ਵਿੱਚ, ਪੰਡਿਤ ਗੋਪਾਲ ਨੂੰ ਉਪਦੇਸ਼ ਦੇ ਕੇ, ਜਿਵੇਂ ਪਿਛਲੇ ਹਫ਼ਤੇ ਆਪਾਂ ਸੁਣਿਆ ਸੀ, ਨਾ ਹੀ ਇਸ ਕਮੀ ਬੈਕ ਹੋਮ ਨਾ, ਹੁਣ ਘਰ ਨੂੰ ਆਏ ਨੇ। ਅਤੇ ਮਾਤਾ ਤ੍ਰਿਪਤਾ ਜੀ ਨੂੰ ਕਿਵੇਂ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਜੀ ਆ ਗਏ? ਕਹਿਣ ਲੱਗੇ ਉਹਨਾਂ ਦੀ ਪਦ ਨੁੱਪਰ, ਕਹਿੰਦੇ ਝਾਂਜਰਾਂ ਜਿਹੜੀਆਂ ਪਾਈਆਂ ਹੋਈਆਂ ਨੇ ਪੈਰਾਂ ਵਿੱਚ। ਗੁਰੂ ਨਾਨਕ ਸਾਹਿਬ ਜੀ ਕਿੰਨੇ ਸਾਲਾਂ ਦੇ ਨੇ ਜੀ? 5 ਸਾਲਾਂ ਦੇ, 5 ਈਅਰਸ ਹੋਰ। ਹੁਣ ਝਾਂਜਰਾਂ ਖੜਕਦੀਆਂ ਨੇ ਅਤੇ ਫਿਰ ਇਹ ਤੜਾਗੀ ਜਿਹੜੀ ਪਲੱਗ ਨਾਲ ਬਣੀ ਇਹ ਖੜਕ ਰਹੀ ਹੈ। ਸੋ ਇਹ ਖੜਕਣ ਕਰਕੇ ਸ਼ਬਦ ਹੋਤ ਪ੍ਰਕਾਸ਼, ਕਹਿੰਦੇ ਸ਼ਬਦ ਹੁੰਦਾ। ਅਤੇ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਘਰੇ ਆ ਗਏ ਹਨ। ਚੌਪਈ ਮਾਤ ਬਿਲੋਕਤ ਬੈਨ ਹਲਾਇਓ। ਕਹਿਣ ਲੱਗੇ ਮਾਤਾ ਜੀ ਨੇ ਜਦੋਂ ਦੇਖਿਆ ਵੀ ਸਕੂਲ ਟਾਈਮ ਤੋਂ ਐਂਡ ਹੁਣ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਘਰ ਪਹੁੰਚ ਗਏ, ਹੀ ਅਰਲੀ ਹੋਮ। ਹਾਂਜੀ, ਵੈਨ ਐਵਰ ਅ ਚਾਈਲਡ ਕਮਸ ਅਰਲੀ ਫਰੋਮ ਸਕੂਲ ਦਾ ਪੇਰੈਂਟਸ ਗੈਟ ਵਰੀ, ਰਾਈਟ? ਸੋ ਕਹਿੰਦੇ ਵੀ ਕੀ ਹੋ ਗਿਆ ਵੀ ਇੰਨੀ ਸੱਜਰੇ ਆ ਗਿਆ, ਛੱਤੀ ਆ ਗਿਆ, ਕੀ ਗੱਲ ਹੋ ਗਈ? ਫਿਰ ਬਿਨਾਂ ਪ੍ਰਦੋਕ ਸਦਨ ਚਲ ਆਇਓ। ਕਹਿਣ ਲੱਗੇ ਮਾਤਾ ਜੀ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਅੱਜ ਸੰਧਿਆ ਮਤਲਬ ਸੰਸਦ ਤੋਂ ਪਹਿਲਾਂ ਹੀ ਤੁਸੀਂ ਘਰੇ ਆ ਗਏ, ਇੰਨੀ ਛੱਤੀ ਕਿਵੇਂ ਆ ਗਏ? ਦੇਖੋ ਉਹ ਸਮਿਆਂ ਦੇ ਵਿੱਚ ਐਵਰੀਥਿੰਗ ਵਾਸ ਗੋਇੰਗ ਅਕੋਰਡਿੰਗ ਟੂ ਦਾ ਸੂਰਜ ਦਾ ਜਿਵੇਂ ਹਿਸਾਬ ਦਾ, ਕਹਿੰਦੇ ਸੰਧਿਆ ਤੋਂ ਪਹਿਲਾਂ, ਸੰਸਦ ਤੋਂ ਪਹਿਲਾਂ ਤੁਸੀਂ ਘਰੇ ਆ ਗਏ ਚੱਲ ਕੇ। ਫਿਰ ਤੋਰ ਤਾਜ ਤਰ ਹੀਗੋ ਤਾਤਾ। ਕਹਿਣਗੇ ਹੇ ਪੁੱਤਰ ਤੇਰਾ ਪਿਤਾ ਬਹੁਤ ਗੁੱਸੇ ਹੋਊਗਾ, ਤੂੰ ਸਕੂਲ ਤੋਂ ਭੱਜ ਕੇ ਆਇਆ, ਹਜੇ ਸਕੂਲ ਟਾਈਮ ਤਾਂ ਤੇਰਾ ਖਤਮ ਨਹੀਂ ਹੋਇਆ, ਤੂੰ ਸੱਜ ਰਹੇ ਆ ਗਿਆ, ਛੱਤੀ ਆ ਗਿਆ ਸਕੂਲ ਤੋਂ, ਹਿੱਤ ਕਰ ਪੜ੍ਹੋ ਨਾ ਕਿਲ ਹੈ ਰਾਤ। ਕਹਿਣ ਲੱਗੇ ਮਾਤਾ ਜੀ ਹੁਣ ਐਡਵਾਈਸ ਦਿੰਦੇ ਨੇ, ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੂੰ ਪਠਾ ਕੇ ਕਹਿੰਦੇ, ਕਹਿੰਦੇ ਦੇਖ ਪੁੱਤਰ ਇਹ ਤੇਰੇ ਪੜ੍ਹਨ ਵਾਲੇ ਦਿਨ ਨੇ, ਤੂੰ ਪੜ੍ਹ ਬਹਿ ਕੇ ਅਤੇ ਖੇਡਿਆ ਨਾ ਕਰ, ਕਿਉਂ ਤੂੰ ਆਪਣਾ ਇੰਟਰਸਟ ਖੇਡਣ ਵਿੱਚ ਲਾਇਆ ਹੈ? ਤੈਨੂੰ ਤਾਂ ਪੜ੍ਹਨਾ ਚਾਹੀਦਾ ਹੈ ਨਾ, ਹਾਰਡ ਵਰਕਿੰਗ ਹੋਣਾ ਚਾਹੀਦਾ, ਹਾਰਡ ਸਟੱਡਿੰਗ ਹੋਣਾ ਚਾਹੀਦਾ। ਹਾਂਜੀ, ਫਿਰ ਨੈਣ ਨੀਰ ਬਾਰਕ ਕੀ ਨਿਆਈ। ਕੀ ਹੋਇਆ ਨਾ ਗੁਰੂ ਨਾਨਕ ਸਾਹਿਬ ਮਹਾਰਾਜ, ਹੁਣ ਮਾਤਾ ਜੀ ਨੂੰ ਦੇਖਿਆ ਨਾ ਮਾਤਾ ਜੀ ਥੋੜ੍ਹੇ ਗੁੱਸੇ ਹੋ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਤਾ ਜੀ ਨੂੰ ਕੂਲ ਕਰਨ ਵਾਸਤੇ ਅੱਖਾਂ 'ਚੋਂ ਅੱਥਰੂ ਕੱਢ ਲਏ, ਜਿਵੇਂ ਰੋ ਰਹੇ ਨੇ। ਹਾਂਜੀ, ਅੱਖਾਂ 'ਚੋਂ ਅੱਥਰੂ ਕੱਢ ਲਏ, ਸਿਰ ਨੀਵਾਂ ਕਰ ਲਿਆ, ਅੱਖਾਂ 'ਚੋਂ ਅੱਥਰੂ ਆ ਰਹੇ, ਜਿਵੇਂ ਰੋ ਰਹੇ ਨੇ, ਹੈ ਨਾ, ਜਿਵੇਂ ਰੋਣ ਵਾਲੇ। ਅਸਲ 'ਚ ਉਹ ਪਾਣੀ ਕਹਿੰਦਾ ਸੀਗਾ ਮਾਤਾ ਜੀ ਨੂੰ ਠੰਡਿਆ ਕਰਨ ਵਾਸਤੇ। ਹਾਂਜੀ, ਸੋ ਰੋਣ ਲੱਗ ਗਏ ਜੀ। ਅਵਨੀ ਕਣਤ ਸੰਤ ਸੁਖਦਾਈ। ਕਹਿਣ ਲੱਗੇ ਸੰਤਾਂ ਨੂੰ ਸੁੱਖ ਦੇਣ ਵਾਲੇ ਨਾ ਗੁਰੂ ਨਾਨਕ ਸਾਹਿਬ ਨੇ ਨੀਵੀ ਪਾ ਲਈ ਅਤੇ ਆਪਣੇ ਹੱਥ ਲੈ ਕੇ ਨਾ ਉਹ ਮਿੱਟੀ ਨੂੰ ਪੁੱਟਣ ਲੱਗ ਗਏ ਹੈ। ਮਿੱਟੀ ਨੂੰ ਪੁੱਟੀ ਜਾਂਦੇ ਨੇ ਨੀਵਾਂ ਕਰਕੇ, ਲਾਲੇ ਪਾਣੀ ਡਿੱਗੀ ਜਾਂਦਾ, ਲਾਲੇ ਮਿੱਟੀ ਪੁੱਟੀ ਜਾਂਦੇ ਨੇ। ਕਰ ਸੋ ਕਰ ਗਏ ਕਰ ਪੁੰਨ ਮਾਤਾ। ਫਿਰ ਮਾਤਾ ਜੀ ਨੂੰ ਤਰਸ ਆ ਗਿਆ, ਕਹਿੰਦੇ ਬੇਟਾ ਤਾਂ ਰੋਣ ਲੱਗ ਗਿਆ ਮੇਰਾ ਪੁੱਤਰ, ਕੀ ਕੀਤਾ? ਕਹਿੰਦੇ ਕਰ ਸੋ ਕਰ, ਕਹਿੰਦੇ ਆਪਣੇ ਹੱਥਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਫੜ ਲਿਆ ਮਾਤਾ ਤ੍ਰਿਪਤਾ ਜੀ ਨੇ, ਫੜ ਕੇ ਗਹਿ ਪੁੰਨ ਕਰ ਮਾਤਾ, ਜ਼ੋਰ ਦੀ ਫੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਉਠਾਇਆ ਮਾਤਾ ਜੀ ਨੇ। ਅੰਕ ਵਸਾਏ ਕਹਿਓ ਬਹੁ ਪਾਨ। ਕਹਿੰਦੇ ਕੀ ਹੋਇਆ, ਹੱਥ ਜਿਹਾ ਫੜ ਕੇ ਚੁੱਕ ਕੇ ਆਪਣੀ ਗੋਦੀ 'ਚ ਬਿਠਾ ਲਿਆ ਮਾਤਾ ਜੀ ਨੇ, ਫਿਰ ਘੁੱਟ ਕੇ ਜੱਫੀ ਪਾਈ, ਬਹੁਤ ਪਿਆਰ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਭੁੱਖਣ ਅਵਰ ਦੇ ਕਰਵਾਈ। ਕਹਿੰਦੇ ਪੁੱਤਰ ਨਾ ਰੋ, ਤੈਨੂੰ ਹੋਰ ਗਹਿਣੇ ਬਣਾ ਕੇ ਦੇਵਾਂਗੇ। ਹਾਂਜੀ, ਆਹ ਗਹਿਣੇ ਪੂਰੇ ਨੇ ਨਾ, ਅਸੀਂ ਹੋਰ ਬਣਾ ਕੇ ਦੇਵਾਂਗੇ, ਸੋਹਣੇ ਸੋਹਣੇ ਗਹਿਣੇ ਬਣਾਵਾਂਗੇ ਤੇਰੇ ਵਾਸਤੇ, ਸੋਹਣਾ ਤੈਨੂੰ ਜਿਹਾ ਸਜਾਵਾਂਗੇ। ਭੋਜਨ ਮਧੁਰ ਲੇਹੋ ਨਿਤ ਖਾ। ਹਾਂ, ਕਹਿਣਗੇ ਫਿਰ ਤੈਨੂੰ ਮਿੱਠੇ ਮਿੱਠੇ ਭੋਜਨ ਖਿਲਾਇਆ ਕਰਾਂਗੇ। ਹਾਂ ਪੁੱਤਰ, ਅੱਜ ਖੀਰ ਖਾਣੀ ਹੈ, ਅੱਜ ਕੀ ਖਾਣਾ ਮੈਨੂੰ ਦੱਸ, ਮੈਂ ਤੇਰੇ ਵਾਸਤੇ ਬਣਾਉਂਦੀ ਹਾਂ। ਸੋ ਮਾਤਾ ਜੀ ਨੇ ਇਸ ਤਰ੍ਹਾਂ ਕਰਕੇ ਮਨਾਇਆ ਗੁਰੂ ਨਾਨਕ ਸਾਹਿਬ ਜੀ ਨੂੰ। ਜੇ ਅਬ ਪੜੇ ਪ੍ਰੀਤ ਕਰ ਲੇ। ਕਹਿੰਦੇ ਪੁੱਤਰ, ਜੇ ਤੂੰ ਹੁਣ ਪ੍ਰੀਤ ਕਰਕੇ ਚੰਗੀ ਤਰ੍ਹਾਂ ਪੜੂੰਗਾ, ਪਿਆਰ ਦੇ ਨਾਲ ਤੂੰ ਪੜੇਗਾ, ਕਾਰਜ ਆਵੇ ਹੋਏ ਵਿਸ਼ੇ। ਹਾਂ, ਤੇਰੇ ਕੰਮ ਆਏਗਾ, ਇਹ ਤੇਰੇ ਕੰਮ ਬਹੁਤ ਆਏਗਾ, ਜਿੰਨਾ ਤੂੰ ਪੜੇਗਾ, ਹਾਰਡ ਵਰਕਿੰਗ ਹੋਵੇਗਾ, ਉਹਨਾਂ ਤੈਨੂੰ ਕੁਝ ਪਤਾ ਲੱਗੇਗਾ, ਤੇਰਾ ਗਿਆਨ ਵਧੇਗਾ ਤੇ ਤੇਰੇ ਕੰਮ ਆਏਗਾ। ਇਟ ਵਿਲ ਬੀ ਯੂਸਫੁਲ ਟੂ ਯੂ ਡੂਰਿੰਗ ਯੋਰ ਵਰਕਿੰਗ ਡੇਜ਼। ਕਹਿੰਦੇ ਵੀ ਜਦੋਂ ਵੱਡਾ ਹੋਊਗਾ ਤੂੰ ਕੰਮ ਕਰੇਗਾ, ਤੇਰੇ ਕੰਮ ਆਏਗਾ। ਦੇਖੋ ਮਾਤਾ ਜੀ ਨੇ ਪਹਿਲਾਂ ਗੁੱਸੇ ਵਿੱਚ ਕਿਹਾ, ਗੁਰੂ ਨਾਨਕ ਸਾਹਿਬ ਜੀ ਰੋਣ ਲੱਗ ਗਏ, ਫਿਰ ਗੋਦ ਵਿੱਚ ਬਿਠਾ ਕੇ ਉਹਨਾਂ ਨੂੰ ਗਹਿਣਿਆਂ ਦਾ ਦੇ ਕੇ, ਮਿੱਠੇ ਪਦਾਰਥਾਂ ਦਾ ਦੇ ਕੇ, ਵੀ ਤੈਨੂੰ ਇਹ ਬਣਾ ਕੇ ਦੇਵਾਂਗੇ। ਅਤੇ ਕਹਿੰਦੇ ਪੁੱਤਰ ਪੜ੍ਹਿਆ ਕਰ। ਹਾਂਜੀ, ਪਿਆਰ ਨਾਲ ਸਮਝਾਇਆ, ਹੁਣ ਤੂੰ ਪੜ੍ਹਿਆ ਕਰ। ਮਾਤਾ ਜੀ ਨੂੰ ਕੀ ਪਤਾ ਸੀਗਾ ਵੀ ਇਹ ਤਾਂ ਪੜ੍ਹਾਉਣ ਵਾਸਤੇ ਆਏ ਆ, ਇਹ ਕਿਹੜੇ ਪੜ੍ਹਨ ਵਾਸਤੇ ਆਏ ਆ। ਹਾਂਜੀ, ਦੋਹਰਾ ਅਜਰ ਮਾਂਝ ਪਿਛਰਤ ਬਹੁਰ ਸਾਂਝ ਪਈ ਜੇ ਕਾਰ। ਫਿਰ ਕੀ ਹੋਇਆ, ਹੁਣ ਸਾਰਾ ਸੈਟਲ ਹੋ ਗਿਆ ਜੀ, ਗੁਰੂ ਨਾਨਕ ਸਾਹਿਬ ਜੀ ਦਾ ਮਾਤਾ ਜੀ ਨਾਲ ਸੈਟਲ ਹੋ ਗਿਆ।
ਗੁਰੂ ਨਾਨਕ ਸਾਹਿਬ ਜੀ ਨੇ ਛਾਲ ਮਾਰ ਕੇ ਥੱਲੇ ਉਤਰੇ, ਫਿਰ ਖੇਡਣ ਲੱਗ ਗਏ, ਵਿਹੜੇ ਵਿੱਚ ਭੱਜਣ ਭੁੱਜਣ ਲੱਗ ਗਏ, ਸਾਰਾ ਖੇਡਾਂ ਕਰਨ ਲੱਗ ਗਏ ਜੀ ਉੱਥੇ। ਕਾਲੂ ਆਲੇ ਆਏ ਪਿੱਖ ਲੋਚਨ ਲਾਲ ਕਿਰਪਾ, ਕਹਿ ਲਗੇ ਫਿਰ ਮਹਿਤਾ ਬਾਬਾ ਮਹਿਤਾ ਕਾਲੂ ਜੀ ਸ਼ਾਮ ਨੂੰ ਆਏ। ਇਟ ਵਾਜ਼ ਵੈਰੀ ਲੱਕੀ ਬਾਬਾ ਮਹਿਤਾ ਕਾਲੂ ਜੀ ਸ਼ਾਮ ਨੂੰ ਆਏ, ਸੋ ਹੀ ਡਿਡ ਨੋ ਗੁਰੂ ਨਾਨਕ ਸਾਹਿਬ ਜੀ ਕੇਮ ਅਲੀਆ। ਹਾਂਜੀ, ਸੋ ਜਦੋਂ ਸ਼ਾਮ ਨੂੰ ਆਏ ਦੇਖਿਆ ਪੁੱਤਰ ਭੱਜਿਆ ਫਿਰਦਾ, ਅਤੇ ਉਹਨਾਂ ਦੀਆਂ ਅੱਖਾਂ ਨੂੰ ਦੇਖ ਕੇ ਬਹੁਤ ਪਿਆਰ ਆਇਆ। ਬਾਬਾ ਮਹਿਤਾ ਕਾਲੂ ਨੂੰ ਬਹੁਤ ਪਿਆਰ ਆਇਆ ਆਪਣੇ ਪੁੱਤਰ ਦੇ ਨਾਲ। ਚੌਪਈ ਪ੍ਰੇਮ ਮੋਦ ਸੋ ਘਰੇ ਲਗਾਇਓ, ਕੀ ਹੋਇਆ? ਬਾਬਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਚੁੱਕ ਕੇ ਘੁੱਟ ਕੇ ਜੱਫੀ ਪਾਈ। ਹਾਂਜੀ, ਜੱਫੀ ਪਾ ਕੇ ਬੈਸ ਮੰਚ ਪਰ ਅੰਖ ਵਸਾਇਓ, ਫੇਰ ਕਹਿੰਦੇ ਬੈਸ ਮੰਚ, ਕਹਿੰਦੇ ਫਿਰ ਪਲੰਘ ਤੇ ਬਹਿ ਗਏ ਬਾਬਾ ਮਹਿਤਾ ਕਾਲੂ ਜੀ, ਗੁਰੂ ਨਾਨਕ ਸਾਹਿਬ ਨੂੰ ਆਪਣੇ ਗੋਦ ਵਿੱਚ ਫਿਰ ਬਿਠਾ ਲਿਆ ਜੀ। ਪੜਿਓ ਆਜ ਜੋ ਮੁਝੇ ਸੁਣਾਏ, ਹੁਣ ਬਾਬਾ ਮਹਿਤਾ ਕਾਲੂ ਜੀ ਦੇਖੋ ਪੁੱਛਦੇ ਨੇ, ਕਹਿੰਦੇ ਪੁੱਤਰ ਅੱਜ ਕੀ ਪੜ੍ਹ ਕੇ ਆਇਆ, ਜੋ ਪੜਿਆ ਮੈਨੂੰ ਸੁਣਾ, ਕੀ ਪੜ੍ਹ ਕੇ ਆਇਆ ਅੱਜ, ਹਾਂਜੀ ਮੈਨੂੰ ਸੁਣਾ ਤੂੰ। ਫਿਰ ਕੋਵਿਦ ਪਾਂਦਾ ਤੁਝੇ ਪੜਾਏ, ਕਹਿੰਦੇ ਉਹ ਪਾਂਦਾ ਗੋਪਾਲ ਪਾਂਦਾ ਤੈਨੂੰ ਕਿਵੇਂ ਪੜਾਉਂਦਾ, ਹਾਊ ਡਸ ਹੀ ਟੀਚ ਯੂ, ਮੈਨੂੰ ਉਹ ਦੱਸ, ਹਾਂਜੀ ਕਿਵੇਂ ਤੈਨੂੰ ਪੜਾਇਆ, ਤੂੰ ਕੀ ਪੜਿਆ ਮੈਨੂੰ ਸੁਣਾ ਹੁਣ। ਫਿਰ ਸੁਣ ਕਰ ਪਿਤਾ ਬਚਨ ਨਿਜ ਕਾਨਨ, ਕਹਿਣ ਲੱਗੇ ਇਹ ਗੱਲ ਜਿਹੜੀ ਹੈ ਬਚਨ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਦੇ, ਗੁਰੂ ਨਾਨਕ ਸਾਹਿਬ ਜੀ ਨੇ ਕੇਤਕ ਪੈੜੇ ਕਹਿ ਕਮਲਾਨਨ, ਕਹਿਣ ਲੱਗੇ ਕਵਲ ਵਰਗੇ ਮੁਖੜੇ ਨੇ, ਕਵਲ ਵਰਗੇ ਕੋਮਲ ਮੁਖੜੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਆਪਣੇ ਮੂੰਹ ਤੋਂ ਸਾਰੇ ਜਿਹੜੇ ਮਲਟੀਪਲੀਕੇਸ਼ਨ ਦੇ ਟੇਬਲ ਸੀਗੇ ਸਾਰੇ ਸੁਣਾਤੇ ਜੀ। ਹਾਂਜੀ, ਇੱਕ ਇੱਕ ਕਰਕੇ ਸਾਰੇ ਸੁਣਾਤੇ, ਹਾਂਜੀ ਕੋਈ ਛੱਡਿਆ ਹੀ ਨਹੀਂ ਪਿੱਛੇ, ਵੈਰੀ ਫਾਸਟ, ਵੈਰੀ ਵੈਰੀ ਇਫੀਸ਼ੀਐਂਟਲੀ ਸਾਰੇ ਸੁਣਾਤੇ ਕੋਰੈਕਟਲੀ। ਫਿਰ ਹਿਤੂ ਹੋਤੇ ਸੋ ਬਾਰਿਕ ਆਏ, ਕਹਿਣ ਲੱਗੇ ਫਿਰ ਬਾਬਾ ਮਹਿਤਾ ਕਾਲੂ ਹੁਣ ਜੀ ਕੀ ਕਵੇ, ਉਹ ਪਰ ਹੈਰਾਨ ਸੀ ਵੀ ਇੰਨੇ ਜ਼ਿਆਦਾ ਇੰਨੇ ਛੋਟੇ ਸਮੇਂ 'ਚ ਕਿਵੇਂ ਪੜ੍ਹ ਲਏ ਸਾਰੇ ਸੁਣਾਤੇ। ਹਾਂਜੀ, ਜਿਹੜਾ ਵੀ ਪੁੱਛ ਲਵੇ ਵਿੱਚੋਂ ਵਿੱਚੋਂ, ਜਿਹੜਾ ਭੁਲਾ ਕੇ ਕੋਈ ਪੁੱਛ ਲੈਂਦਾ ਹੈ, ਹਾਂਜੀ ਉਹ ਵੀ ਸੁਣਾਤੇ ਜੀ ਸਾਰੇ, ਆਲ ਕੰਪਲੀਟ। ਫਿਰ ਕਹਿੰਦੇ ਐਸਾ ਹੋਇਆ ਹੀ ਆ, ਬੱਚੇ ਆ ਗਏ ਜੀ, ਗੁਰੂ ਨਾਨਕ ਸਾਹਿਬ ਦੇ ਫਰੈਂਡ ਆ ਗਏ, ਬੱਚੇ ਆ ਗਏ, ਕਹਿੰਦੇ ਮਹਾਰਾਜ ਨੂੰ ਇਸ਼ਾਰਾ ਕੀਤਾ ਵੀ ਚਲੋ ਖੇਡੀਏ ਹੁਣ। ਫਿਰ ਪੁੰਨ ਉੱਠ ਕਰ ਤਿੰਨ ਸੰਗ ਸਿਧਾਏ, ਭੱਜ ਕੇ ਫਿਰ ਛਾਲ ਮਾਰੀ ਗੁਰੂ ਨਾਨਕ ਸਾਹਿਬ ਜੀ ਨੇ, ਫਿਰ ਖੇਡਣ ਲੱਗ ਗਏ। ਫਿਰ ਖੇਲਣ ਲੱਗੇ ਪਿਤਖਾ ਮਾਈ, ਕਹਿਣ ਲੱਗੇ ਵਿਹੜੇ ਵਿੱਚ ਖੇਡਣ ਲੱਗੇ, ਘਰ ਦਾ ਵਿਹੜਾ ਨਾ ਜਿਹੜਾ ਮੂਹਰੇ, ਉਹਦੇ ਵਿੱਚ ਖੇਡਣ ਲੱਗੇ ਜੀ। ਚੰਦ ਚਾਂਦਨੀ ਪੂਰਨ ਜਾਹੀ, ਜਦੋਂ ਚਾਂਦ ਚਾਂਦਨੀ ਪੂਰਨ ਜਾਹੀ, ਜਦੋਂ ਐਨ ਚੰਦ ਦਿਸਣ ਲੱਗ ਪਿਆ ਆਕਾਸ਼ ਵਿੱਚ, ਸ੍ਰੀ ਮੁਖ ਨਾਨਕ ਪਨੈ ਕਹਾਣੀ, ਕਹਿਣ ਲੱਗੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੱਚਿਆਂ ਨੂੰ ਬਿਠਾ ਕੇ ਹੁਣ ਕਹਾਣੀਆਂ ਦੱਸਦੇ ਨੇ, ਕਹਿਣ ਲੱਗੇ ਉਹਨਾਂ ਨੂੰ ਭਗਤਾਂ ਦੀਆਂ ਕਹਾਣੀਆਂ ਦੱਸਦੇ ਨੇ, ਉਹਨਾਂ ਨੂੰ ਸਿਮਰਨ ਦੀਆਂ ਕਹਾਣੀਆਂ ਦੱਸਦੇ ਨੇ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪਿਛਲੀਆਂ ਜਿਹੜੀਆਂ ਬੀਤੀਆਂ ਹੋਈਆਂ ਕਹਾਣੀਆਂ ਭਗਤਾਂ ਦੀਆਂ ਉਹ ਸਾਰੀਆਂ ਸੁਣਾਉਂਦੇ ਨੇ, ਬਿਠਾ ਕੇ ਉਹਨਾਂ ਨੂੰ ਬੱਚਿਆਂ ਨੂੰ ਭਜਨ ਭਗਤ ਸੌ ਮਿਲੀ ਜੋ ਬਾਣੀ, ਕਹਿਣਗੇ ਮਹਾਰਾਜ ਦੇ ਜਿਹੜੇ ਲਫ਼ਜ਼ ਆ ਨਾ, ਜਿਹੜੇ ਬੋਲ ਮਹਾਰਾਜ ਜੀ ਬੋਲਦੇ ਨਾ, ਉਹ ਭਗਤੀ ਵਿੱਚ ਭਿੱਜੇ ਹੋਏ ਨੇ। ਦੈਟ ਮੀਨਸ ਹੂ ਐਵਰ ਹੀਅਰਸ ਇਟ ਨਾ, ਆਟੋਮੈਟਿਕਲੀ ਹੀ ਗੈਟਸ ਮੋਟੀਵੇਟਡ ਟੂ ਡੂ ਮੈਡੀਟੇਸ਼ਨ, ਆਟੋਮੈਟਿਕਲੀ ਉਹਨਾਂ ਦਾ ਧਿਆਨ ਜੁੜ ਜਾਂਦਾ ਹੈ, ਕਿਉਂਕਿ ਉਹ ਭਗਤੀ ਵਿੱਚ ਮਿਲੇ ਹੋਏ ਸੀ, ਉਹ ਬਚਨ ਐਸੇ ਸਨ ਮਿੱਠੇ। ਬੱਚੇ ਨੂੰ ਤੁਸੀਂ ਕਿੰਨਾ ਚਿਰ ਬਿਠਾ ਕੇ ਉਹਨੂੰ ਕਹਾਣੀ ਦੱਸ ਸਕਦੇ ਹੋ, ਮੈਨੂੰ ਦੱਸੋ, 2 ਮਿੰਟਸ, 3 ਮਿੰਟਸ, 4 ਮਿੰਟਸ, ਯੂ ਆਰ ਟੂ ਗੁੱਡ, 10 ਮਿੰਟਸ ਬਿਫੋਰ ਹੀ ਰਨ ਸਕੇ। ਆਪਸ਼ਨ ਗਿਵਨ ਟੂ ਰਨ ਅਵੇ ਹੈ, ਯੂ ਆਰ ਨੋਟ ਸਕੋਲਡਿੰਗ ਦੈਮ, ਇਸ ਆਪਸ਼ਨ ਟੂ ਰਨ ਅਵੇ, ਸੋ ਕਿੰਨਾ ਚਿਰ ਤੁਸੀਂ ਤੁਹਾਡੀ ਗੱਲ ਸੁਣੇਗਾ ਉਹ, ਮੋਸਟ ਟੂ ਮੋਸਟ 10 ਮਿੰਟਸ, ਨੋਟ ਮੋਰ ਦੈਨ ਦੈਟ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਕਹਾਣੀਆਂ ਸੁਣਨ ਵਾਸਤੇ ਕਹਿੰਦੇ ਸਾਰੇ ਬੱਚੇ ਆਹੀ ਬਹਿ ਜਾਂਦੇ ਨੇ, ਬਸ ਸੁਣੀ ਜਾਂਦੇ ਨੇ, ਭਾਵੇਂ ਮਹਾਰਾਜ ਘੰਟਾ ਲਾਉਣ, 2 ਘੰਟੇ ਲਾਉਣ, ਦੇ ਵਿਲ ਲਿਸਨ ਟੂ ਮਹਾਰਾਜ, ਨੋ ਵਨ ਵਿਲ ਈਵਨ ਮੂਵ। ਫਿਰ ਬਿਠਾ ਦੋ, 2 ਘੰਟੇ ਦੇਖ ਲਏਗਾ, ਪਰ ਤੁਹਾਡੀ ਗੱਲ ਸੁਣਨ ਵਾਸਤੇ, ਭਗਤਾਂ ਦੀਆਂ ਕਹਾਣੀਆਂ ਸੁਣਨ ਵਾਸਤੇ ਉਹ ਨਹੀਂ ਬੈਠੇਗਾ, ਤੁਸੀਂ ਸਿਮਰਨ ਕਰਾ ਲਓ ਬੱਚੇ ਨੂੰ, ਕਿੰਨਾ ਕੁ ਚਿਰ ਕਰੇਗਾ। ਹਾਂਜੀ, ਪਰ ਕਹਿੰਦੇ ਇੱਥੇ ਬੱਚੇ ਨੂੰ ਹੋਰ ਚਾਹ ਉੱਠਦਾ ਹੈ, ਕਹਿੰਦੇ ਮਹਾਰਾਜ ਹੋਰ ਸੁਣਾਓ ਅਸੀਂ ਹੋਰ ਸੁਣਨੀਆਂ ਨੇ। ਫਿਰ ਚੌਪਈ ਜੀ ਕਮਾਨ ਬਚਨ ਜੋ ਬਾਣਾ, ਓਕੇ ਹੁਣ ਨਾ ਭਾਈ ਸੰਤੋਖ ਸਿੰਘ ਜੀ ਇੱਕ ਅਲੰਕਾਰ ਬਣਾਉਂਦੇ ਨੇ, ਕਹਿੰਦੇ ਮਹਾਰਾਜ ਦੀ ਜਿਹੜੀ ਜੀਭ ਆ ਨਾ, ਤੰਗ ਜਿਹੜੀ ਹੈ, ਇਸ ਲੈਕ ਅ ਬੋ, ਮਹਾਰਾਜ ਦੇ ਬਚਨ ਜਿਹੜੇ ਨੇ ਉਹ ਤੀਰ ਨੇ, ਐਰੋ, ਸੋ ਮਹਾਰਾਜ ਦਾ ਜਿਹੜੀ ਜ਼ਬਾਨ ਉਹ ਕਮਾਨ ਹੈ, ਜਿਹੜੇ ਬਚਨ ਨਿਕਲਦੇ ਉਹ ਤੀਰ ਨੇ। ਫਿਰ ਮਧੁਰਾਈ ਮਦ ਪਲਕ ਸਮਾਨਾ, ਕਹਿਣ ਲੱਗੇ ਹੁਣ ਬਚਨਾਂ 'ਚ ਜਿਹੜੀ ਮਠਿਆਈ ਹੈ, ਮਠਿਆਈ ਮੀਨ ਦ ਸਵੀਟਨੈਸ ਇਨ ਹਿਸ ਵੋਇਸ, ਇਨ ਹਿਸ
ਸਪੀਚ ਜਿਹੜੀ ਉਹ ਸਵੀਟਨੈਸ ਹੈ ਉਹ ਕੀ ਹੈ ਕਹਿੰਦੇ ਕਹਿੰਦੇ ਉਹ ਹੈਗਾ ਚਿਲਾ ਚਿਲਾ ਹੁੰਦਾ ਨਾ ਜਿਹੜਾ ਉਹ ਬੋਹ 'ਤੇ ਚੜਾਈਦਾ ਹੁੰਦਾ ਫਰੋਮ ਵੇਅਰ ਯੂ ਸੈਟ ਯੋਰ ਐਰੋ ਐਂਡ ਟੂ ਲਾਂਚ ਹਾਂ ਸੋ ਕਹਿੰਦੇ ਉਹ ਚਿਲਾ ਜਿਹੜਾ ਹੈ ਉਹ ਮਹਾਰਾਜ ਦੀ ਮਿੱਠਾਪਨ ਹੈ ਬਚਨਾਂ ਦੇ ਵਿੱਚ ਜਿਹੜਾ ਮਿੱਠਾਪਨ ਹੈ ਫਿਰ ਤੀਖਣ ਕਰੇ ਸਾਨ ਚਤੁਰਾਈ ਕਹਿੰਦੇ ਫਿਰ ਉਹ ਤੀਰ ਨੂੰ ਤਿੱਖਾ ਵੀ ਕਰਨਾ ਪੈਂਦਾ ਨਾ ਉਹ ਤੀਰ ਨੂੰ ਤਿੱਖਾ ਹੋਣਾ ਚਾਹੀਦਾ ਕਹਿੰਦੀ ਉਹ ਸਿਲਾ ਜਿਹਦੇ ਉੱਤੇ ਤਿੱਖਾ ਕਰੀਦਾ ਜੇ ਸ਼ਾਪਨਿੰਗ ਸਟੋਨ ਜਿਹਨੂੰ ਕਹਿ ਦਿੰਦੇ ਆ ਸੋ ਸ਼ਾਪਨਿੰਗ ਸਟੋਨ ਕੀ ਆ ਕਹਿੰਦੇ ਤੀਖਣ ਕਰੇ ਸਾਨ ਚਤੁਰਾਈ ਚਤੁਰਾਈ ਮਹਾਰਾਜ ਦੀ ਇੰਟੈਲੀਜੈਂਸ ਉਹ ਪੱਥਰ ਹੈ ਜਿਹਦੇ ਤੇ ਉਹ ਤੀਰ ਤਿੱਖਾ ਹੁੰਦਾ ਫਿਰ ਨਾਨਾ ਹੁਕ ਤਿੰਨ ਪੰਖ ਸੁਹਾਈ ਕਹਿੰਦੇ ਫਿਰ ਤੀਰ ਦੇ ਉੱਤੇ ਪੰਖ ਲੱਗੇ ਹੁੰਦੇ ਆ ਨਾ ਐਟ ਦੀ ਐਂਡ ਟੋਪ ਯੂ ਵਿਲ ਸੀ ਦ ਪੰਖ ਕਹਿੰਦੇ ਉਹ ਪੰਖ ਕੀ ਨਾਨਾ ਉਕਤਾ ਯੁਕਤੀਆਂ ਆਪਾਂ ਪਹਿਲਾਂ ਸੁਣਿਆ ਨਾ ਨੌ ਰਸ ਹੁੰਦੇ ਨੇ ਕਵਿਤਾ ਦੇ ਵਿੱਚ ਨੌ ਰਸ ਹੁੰਦੇ ਨੇ ਕਥਾ ਦੇ ਵਿੱਚ ਕਹਿੰਦੇ ਉਹ ਨੌ ਰਸ ਜਿਹੜੇ ਉੱਤੇ ਪੰਕਤੀਆਂ ਲੱਗੀਆਂ ਹੋਈਆਂ ਸੋ ਮਹਾਰਾਜ ਕੈਨ ਐਕਚੁਅਲੀ ਡੈਮੋਸਟ੍ਰੇਟ ਦ ਇਮੋਸ਼ਨਸ ਵਿਦ ਇਨ ਹਿਸ ਸਪੀਚ ਸੋ ਯੂ ਵਿਲ ਬੀ ਸੀਇੰਗ ਅ ਮੂਵੀ ਯੂ ਆਰ ਨੋਟ ਲਿਸਨਿੰਗ ਟੂ ਹਿਮ ਬਟ ਐਵਰੀਥਿੰਗ ਵਿਲ ਕਮ ਇਨ ਟੂ ਯੋਰ ਮਾਇੰਡ ਦ ਮਾਇੰਡ ਵਿਲ ਸ਼ੋ ਯੂ ਅ ਪ੍ਰਤੱਖ ਵਿਜ਼ਨ ਆਫ ਦ ਮਹਾਰਾਜ ਵਾਟ ਇਜ਼ ਮਹਾਰਾਜ ਟੈਲਿੰਗ ਯੂ ਸੋ ਗੁਰਬਾਣੀ ਵਿੱਚ ਇਹ ਸ਼ਕਤੀ ਹੈ ਸੋ ਇਮੀਡੀਏਟਲੀ ਜੇ ਗੁਰਬਾਣੀ ਨੂੰ ਆਪਾਂ ਸੁਣਦੇ ਹਾਂ ਤਾਂ ਮਹਾਰਾਜ ਦੀ ਗੁਰਬਾਣੀ ਉੱਥੋਂ ਨੂੰ ਉਸ ਸਮੇਂ 'ਚ ਲੈ ਜਾਂਦੀ ਹੈ ਇਹ ਸ਼ੋ ਯੂ ਐਗਜੈਕਟਲੀ ਦ ਸੇਮ ਥਿੰਗ ਯੂ ਕੈਨ ਸੀ ਬਿਕੋਜ਼ ਉਹ ਬਾਣੀ ਵਿੱਚ ਸ਼ਕਤੀ ਹੈ ਜਿਵੇਂ ਹੁਣ ਇਹ ਕਥਾ ਹੈ ਜਿਹੜਾ ਵੀ ਇਹ ਕਥਾ ਨੂੰ ਸੁਣਦਾ ਉਹਦੇ ਅੱਗੇ ਆ ਜਾਂਦਾ ਉਦ੍ਰਿਸ਼ਟ ਦੇਖਣ ਦੀ ਯੁਕਤੀਆਂ ਬਣ ਜਾਂਦੀਆਂ ਨੇ ਬਿਕੋਜ਼ ਰਸ ਹੈ ਬਾਣੀ ਇਹਦੇ ਵਿੱਚ ਇਹਨੂੰ ਲਿਖਣ ਵਾਲਾ ਭਗਤ ਹੈ ਕਵੀ ਸੰਤੋਖ ਸਿੰਘ ਬਹੁਤ ਵੱਡਾ ਭਗਤ ਹੈ ਕਿੰਨਾ ਸਿਮਰਨ ਸੀ ਉਹਦਾ ਸੋ ਦੈਟਸ ਇਜ਼ ਦ ਬਖਸ਼ਿਸ਼ਾਂ ਜਿਹੜੀਆਂ ਆਪਾਂ ਨੂੰ ਮਿਲਦੀਆਂ ਨੇ ਆਲਦੋ ਵੀ ਆਰ ਨੋਟ ਟੂ ਦੈਟ ਲੈਵਲ ਵੀ ਕੈਨ ਨੋਟ ਸੀ ਇਟ ਐਵਰੀ ਡੇ ਬਟ ਐਟ ਲੀਸਟ ਡਿਊਰਿੰਗ ਦ ਕਥਾ ਵੀ ਕੈਨ ਸੀ ਫਿਰ ਬਾਲ ਬ੍ਰਿੰਦ ਹਿਰਦਾ ਲਚ ਪੇਦਾ ਹੁਣ ਦੇਖੋ ਇਹ ਐਰੋ ਕਿੱਥੇ ਲਾਂਚ ਕੀਤਾ ਬੱਚਿਆਂ ਦੇ ਹਿਰਦੇ ਦੇ ਵਿੱਚ ਅਲੰਕਾਰ ਕੰਪਲੀਟ ਕਰਤਾ ਕਹਿੰਦੇ ਉਹ ਜਿਹੜਾ ਐਰੋ ਸੀ ਜਾਂ ਕਿ ਸਿੱਧਾ ਬੱਚਿਆਂ ਦੇ ਹਿਰਦੇ ਵਿੱਚ ਵੱਜਦਾ ਫਿਰ ਪਏ ਲੱਠੂਹਾ ਹੋਏ ਅਖੇਦਾ ਕਹਿੰਦੇ ਪਏ ਲੱਠੂਹਾ ਕਹਿੰਦੇ ਲੱਟੂ ਹੋ ਜਾਂਦੇ ਨੇ ਲੱਟੂ ਆਪਾਂ ਕਹਿੰਦੇ ਨਾ ਸਿੱਧੇ ਜਿਹਾ ਸ਼ਬਦ ਆ ਲੱਟੂ ਹਾਂਜੀ ਮੋਹਿਤ ਦੇ ਗੈਟ ਮੈਸਮਰਾਈਜ਼ ਸੋ ਉਹਦੇ 'ਚ ਮੈਸਮਰਾਈਜ਼ ਹੋ ਜਾਂਦੇ ਨੇ ਹੋਏ ਅਖੇਦਾ ਕਹਿੰਦੇ ਦੁੱਖ ਰਹਿਤ ਹੋ ਜਾਂਦੇ ਐਟ ਦੈਟ ਮੂਮੈਂਟ ਦੇ ਡੋਂਟ ਫੀਲ ਐਨੀ ਪੇਨ ਸੀ ਇਹ ਅਵਸਥਾ ਹੈ ਸੀ ਟੂ ਗੈਟ ਪੇਨ ਇਜ਼ ਵਿਦ ਇਨ ਯੋਰ ਕਰਮ ਬਟ ਮਹਾਰਾਜ ਹੈਜ਼ ਗਿਵਨ ਯੂ ਦਿਸ ਓਪਰਚੁਨਿਟੀ ਦਿਸ ਬਖਸ਼ਿਸ਼ ਦੈਟ ਯੂ ਵੋਂਟ ਫੀਲ ਦ ਪੇਨ ਆਲਦੋ ਇਟਸ ਯੋਰ ਕਰਮ ਬਟ ਡਸਨਟ ਮੈਟਰ ਹੀ ਟੇਕਸ ਯੂ ਅਬਵ ਦ ਪੇਨ ਲੈਵਲ ਜਿਹਨੂੰ ਬੁੱਧਾ ਨੇ ਨਿਰਵਾਨ ਕਿਹਾ ਯੂ ਗੋ ਅਬਵ ਦ ਪੇਨ ਲੈਵਲ ਫਿਰ ਤਜ ਕਰ ਸੰਗ ਸਦਨ ਨਹਿ ਜਾਵੇ ਬੱਚੇ ਜਾਂਦੇ ਨੇ ਕਰਨ ਨੂੰ ਮੁੜਦੇ ਹੀ ਨਹੀਂ ਜੀ ਰਾਤ ਹੋ ਗਈ ਚੰਦਰਮਾ ਚੜ ਗਿਆ ਹਜੇ ਬੱਚੇ ਬੈਠੇ ਨੇ ਜੀ ਕਥਾ ਸੁਣ ਰਹੇ ਨੇ ਮਾਤ ਪਿਤਾ ਤਬ ਆਣ ਬੁਲਾਵੇ ਮਾਤਾ ਪਿਤਾ ਘਰੋਂ ਚੱਲ ਕੇ ਆਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਘਰੇ ਬਾਬਾ ਮਹਿਤਾ ਕਾਲੂ ਦੇ ਘਰੇ ਬੱਚੇ ਨੂੰ ਸੱਦਣ ਵਾਸਤੇ ਭਾਈ ਮੁੜੇ ਆਓ ਆ ਜਾਓ ਭਾਈ ਵਾਪਸ ਆਓ ਫਿਰ ਗਏ ਕਰ ਲੈ ਜਾਵੇ ਪਰ ਆਈ ਇਵਨ ਦੈਨ ਦੇ ਆਰ ਨਾਟ ਵਾਕਿੰਗ ਆਊਟ ਉਹ ਫਿਰ ਵੀ ਬੈਠੇ ਨੇ ਉਹਨਾਂ ਦੇ ਮਾਂ ਬਾਪ ਖਿੱਚ ਖਿੱਚ ਕੇ ਲਿਜਾਂਦੇ ਨੇ ਕਈਆਂ ਨੂੰ ਚੱਕ ਕੇ ਲਿਜਾਂਦੇ ਕਈ ਰੋਂਦੇ ਉਹ ਘਰ ਨੂੰ ਮੁੜਦੇ ਨੇ ਵੀ ਨਹੀਂ ਮੁੜਨਾ ਅਸੀਂ ਇੱਥੇ ਹੀ ਬਹਿਣਾ ਹੈ ਤਜ ਨਹਿ ਸਕਈ ਮਨ ਬਰਮਾਈ ਕਹਿ ਲਗੇ ਮਨ ਨੂੰ ਮੋਹਿਤ ਕਰਨ ਵਾਲੀ ਉਹ ਸਪੀਚ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਉਹਨਾਂ ਤੋਂ ਛੱਡਿਆ ਨਹੀਂ ਜਾਂਦਾ ਕਹਿੰਦੇ ਅਸੀਂ ਨਹੀਂ ਜਾਣਾ ਹੁਣ ਘਰ ਨੂੰ ਅਸੀਂ ਤਾਂ ਇੱਥੇ ਹੀ ਰਹਿਣਾ ਹੈ ਰੁਚਿਰ ਬਚਨ ਕੀ ਰੁਚ ਅਧਿਕਾਈ ਹਾਂ ਦੇਖੋ ਰੁਚਿਰ ਬਚਨ ਕੀ ਰੁਚ ਅਧਿਕਾਈ ਕਹਿਣਗੇ ਦ ਇੰਟਰਸਟਿੰਗ ਸਪੀਚ ਦਾ ਇੰਟਰਸਟ ਜਿਹੜਾ ਹੈ ਬੱਚਿਆਂ ਵਿੱਚ ਇੰਨਾ ਜ਼ਿਆਦਾ ਹੈ ਹਾਂਜੀ ਸੋ ਬੱਚਿਆਂ ਨੂੰ ਇੰਨਾ ਮੋਹਿਤ ਇੰਨਾ ਖਿੱਚ ਕੇ ਬੈਠਾ ਹੈ ਕਿ ਬੱਚਾ ਕੋਈ ਹਿੱਲਣਾ ਨਹੀਂ ਚਾਹੁੰਦਾ ਸੁਣ ਪੁੰਨ ਮਨ ਹੋਤ ਸਵਾਈ ਕਹਿਣਗੇ ਸੁਣ ਜਿੰਨਾ ਉਹ ਸੁਣਦੇ ਨੇ ਉਨੀ ਭੁੱਖ ਹੋਰ ਵੱਧਦੀ ਵੀ ਹੋਰ ਸੁਣੀ ਹੈ ਸੀ ਸਮਟਾਈਮਸ ਵੈਨ ਯੂ ਲਿਸਨ ਯੂ ਸੇ ਆਈ ਸੀ ਨਾ ਫਲਾਣਾ ਇੰਨਾ ਤਾਂ ਸੁਣ ਲਿਆ ਹੁਣ ਬਸ ਕਰੀਏ ਤੇ ਇਹ ਬੱਚਿਆਂ ਦਾ ਹੋਰ ਚਾਅ ਉੱਠਦਾ ਵੀ ਜਿੰਨਾ ਸੁਣ ਲਿਆ ਹੋਰ ਜ਼ਿਆਦਾ ਸੁਣੀਏ ਹੋਰ ਜ਼ਿਆਦਾ ਸੁਣੀਏ ਹੋਰ ਜ਼ਿਆਦਾ ਸੁਣੀਏ ਦਿਸ ਇਜ਼ ਵਾਈ ਵੀ ਕਾਲ ਗੁਰੂ ਪਰਮਾਤਮਾ ਦੇ ਗੁਣ ਬੇਅੰਤ ਨੇ ਬੇਅੰਤ ਮੀਨਸ ਇਟ ਗੋ ਲਾਰਜਰ ਐਂਡ ਲਾਰਜਰ ਗ੍ਰੇਟਰ ਐਂਡ ਗ੍ਰੇਟਰ ਫਰੋਮ ਵੇਅਰ ਯੂ ਆਰ ਸੀ ਦੈਟਸ ਵਾਈ ਭਗਤ ਵਿਲ ਨੈਵਰ ਹੈਵ ਹਉਮੈ ਇਨ ਦੈਮ ਦੇ ਵਿਲ ਨੈਵਰ ਹੈਵ ਅਹੰਕਾਰ ਬਿਕੋਜ਼ ਜਿੰਨਾ ਉਹ ਕਰਨਗੇ ਉਹਨਾਂ ਨੂੰ ਉਨਾ ਵੱਡਾ ਹੋਰ ਦਿਸਦਾ ਇਫ ਯੂ ਸੀ ਪਰਮਾਤਮਾ ਗ੍ਰੇਟ ਟੂਡੇ ਟਮੋਰੋ ਯੂ ਵਿਲ ਸੀ ਹਿਮ ਗ੍ਰੇਟਰ ਡੇ ਆਫਟਰ ਯੂ ਵਿਲ ਸੀ ਇਵਨ ਗ੍ਰੇਟਰ ਸੋ ਉਹ ਚੀਜ਼ ਵੱਧਦੀ ਜਾਣੀ ਆ ਸਾਰੀ ਉਮਰ ਦੈਟਸ ਵਾਈ ਇਟਸ ਨੋ ਐਂਡ ਤਾਂ ਹੁਣ ਬੇਅੰਤ ਕਹਿੰਦੇ ਹਾਂ ਆਪਾਂ ਸੋ ਉਹਨਾਂ ਦੀ ਰੁਚ ਹੋਰ ਵੱਧਦੀ ਹੈ ਪ੍ਰਵੇਸ਼ਟ ਟਿਤ ਬਾਰਿਕ ਚੌਪਾਸਾ ਹਾਂ ਕਹਿਣ ਲੱਗੇ ਮਹਾਰਾਜ ਦੇ ਨਾ ਹੁਣ ਆਲੇ ਦੁਆਲੇ ਸਾਰੇ ਬੱਚੇ ਬੈਠੇ ਨੇ ਹਾਂਜੀ ਘੇਰਾ ਪਾ ਕੇ ਬੈਠੇ ਸਰਕਲ ਵਿੱਚ ਬੈਠੇ ਨੇ ਮਹਾਰਾਜ ਨੂੰ ਬਚਾਲੇ ਬਿਠਾ ਕੇ ਪੁੰਨਵਾਨ ਜਿਨਕੇ ਅੱਗ ਨਾਸ਼ਾ ਹਾਂ ਕਹਿੰਦੇ ਪੁੰਨਵਾਨ ਕਹਿੰਦੇ ਬੱਚੇ ਜਿਹੜੇ ਵੱਡੇ ਪੁੰਨਾਂ ਵਾਲੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦਾ ਅਤੇ ਉਹਨਾਂ ਦੇ ਬਚਨ ਸੁਣਨ ਦਾ ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਪੁੰਨ ਦਾਨ ਕੀਤੇ ਹੋਣਗੇ ਆਪਣੇ ਪਿਛਲੇ ਜਨਮ 'ਚ ਹਾਂਜੀ ਬਹੁਤ ਜ਼ਿਆਦਾ ਵਡਭਾਗੇ ਨੇ ਉਹ ਕਹਿੰਦੇ ਪੁੰਨਵਾਨ ਜਿਨਕੇ ਅੱਗ ਨਾਸਾ ਜਿਨ੍ਹਾਂ ਦੇ ਕਰਮਾਂ ਵਿੱਚੋਂ ਪਾਪ ਨਾਸ਼ ਹੋ ਗਿਆ
ਜਿਨ੍ਹਾਂ ਦੇ ਅੰਦਰ ਪਾਪ ਨਹੀਂ ਰਿਹਾ ਕਹਿਣਗੇ ਉਹਨਾਂ ਨੂੰ ਅਪਰਚੁਨਿਟੀ ਮਿਲੀ ਜੀ। ਨਾਨਕ ਬੈਸੈ ਬੀਚ ਬਿਰਾਜੇ, ਗੁਰੂ ਨਾਨਕ ਸਾਹਿਬ ਜੀ ਵਿਚਾਲੇ ਬੈਠੇ ਨੇ ਇਨ ਦਾ ਮਿਡਲ ਇਨ ਦਾ ਸੈਂਟਰ। ਬਾਜ ਸੁਨ ਜਿਨ ਹੈ ਸੁਧਰਮਾ ਲਾਜ ਹੈ, ਕਹਿਣ ਲੱਗੇ ਇਹ ਜਿਹੜੀ ਸਭਾ ਲੱਗੀ ਹੋਈ ਨਾ ਗੁਰੂ ਨਾਨਕ ਦੇ ਆਲੇ ਦੁਆਲੇ ਬੱਚਿਆਂ ਦੀ, ਇਹਨੂੰ ਇੰਦਰ ਦੇਖ ਕੇ ਉਹ ਵੀ ਸ਼ਰਮਸ਼ਾਰ ਹੁੰਦਾ ਵੀ ਹੈਵਨ ਦੇ ਵਿੱਚ ਮੇਰੀ ਵੀ ਨਹੀਂ ਸਭਾ ਇਹੋ ਜਿਹੀ ਲੱਗਦੀ। ਹਾਂਜੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਬੱਚਿਆਂ ਦੇ ਨਾਲ ਇੱਥੇ ਸਭਾ ਲਾਈ ਹੋਈ ਹੈ, ਇੰਦਰ ਨੂੰ ਵੀ ਸ਼ਰਮ ਆਉਂਦੀ ਹੈ ਕਿਉਂਕਿ ਉਹਦੇ ਵੀ ਜਿਹੜੇ ਉੱਥੇ ਬੈਠੇ ਹੁੰਦੇ ਦਰਬਾਰੀ ਉਹ ਵੀ ਇੱਧਰ ਉੱਧਰ ਦੇਖਣ ਲੱਗ ਜਾਂਦੇ ਆ ਜੀ, ਕੋਈ ਕੋਈ ਆਪਾਂ ਨੂੰ ਪਤਾ ਹੀ ਆ ਟੋਇਲਟ ਨੂੰ ਭੱਜ ਜਾਂਦਾ, ਕੋਈ ਆ ਜਾਂਦਾ ਹੈ ਜੀ, ਇੰਦਰ ਕਹਿੰਦਾ ਹੋਗਾ ਮੇਰੀ ਗੱਲ ਨਹੀਂ ਕੋਈ ਸੁਣਦਾ ਚੰਗੀ ਤਰ੍ਹਾਂ, ਉਹਨੂੰ ਵੀ ਸ਼ਰਮ ਆਉਂਦੀ ਹੈ ਜੀ ਦੇਖ ਕੇ। ਬਦਨ ਮਿਲੋ ਕੈ ਨਿਜ ਨਿਜ ਦਿਸ ਸੋ, ਓਕੇ ਹੁਣ ਦੇਖੋ ਸਾਰੇ ਬੱਚੇ ਗੁਰੂ ਨਾਨਕ ਸਾਹਿਬ ਦਾ ਚਿਹਰਾ ਦੇਖ ਰਹੇ ਨੇ, ਉਦੋਂ ਦੇ ਆ ਆਲ ਅਰਾਊਂਡ ਹਿਮ, ਬਟ ਦੇ ਕੁਡ ਸੀ ਗੁਰੂ ਮਹਾਰਾਜ ਦਾ ਚਿਹਰਾ। ਸੋਰੀ, ਦੇਖੋ ਕੀ ਹੋਇਆ, ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਦੇਖਣਾ ਅੱਖਾਂ ਐਨਕਾਂ ਤੋਂ ਬਗੈਰ ਦੇਖੋ ਨਾ, ਤੇ ਸਾਰੇ ਮਹਾਰਾਜ ਨੂੰ ਦੇਖ ਰਹੇ ਨੇ, ਐਵਰੀ ਸਾਈਡ ਦੇ ਕੁਡ ਸੀ ਗੁਰੂ ਮਹਾਰਾਜ, ਬਟ ਲਖੇ ਕਾਂਡ ਕੋ ਨਹਿ ਤੈ ਸਿਸ ਸੋ, ਨੋ ਬੋਡੀ ਕੁਡ ਐਵਰ ਸੀ, ਮਹਾਰਾਜ ਦਾ ਬੈਕ ਕੋਈ ਨਹੀਂ ਦੇਖਦਾ, ਹਾਊ ਕੁਡ ਦੈਟ ਇਸ ਪੋਸੀਬਲ। ਮਹਾਰਾਜ ਨੂੰ ਸਰਕਲ ਕਰਕੇ ਸਾਰੇ ਬੈਠੇ ਨੇ, ਬਟ ਆਲ ਆਫ ਦੈਮ ਕੁਡ ਸੀ ਮਹਾਰਾਜ ਦਾ ਚਿਹਰਾ, ਐਂਡ ਨੋ ਬੋਡੀ ਇਜ਼ ਸੀਇੰਗ ਮਹਾਰਾਜ ਇਜ਼ ਬੈਕ। ਫਿਰ ਸਭ ਮਨ ਜਨ ਹੈ ਮੁਝੇ ਸੁਣਾਵੇ ਹੈ, ਸਾਰਿਆਂ ਨੂੰ ਇਉਂ ਲੱਗਦਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਮੈਨੂੰ ਦੇਖ ਕੇ ਗੱਲਾਂ ਕਰ ਰਹੇ ਨੇ, ਸਾਰਿਆਂ ਨੂੰ ਇੱਕ ਇੱਕ ਜੈਸਾ ਇਹੀ ਦ੍ਰਿਸ਼ ਮਿਲਦਾ ਹੈ ਕਿ ਮਹਾਰਾਜ ਮੈਨੂੰ ਦੇਖ ਕੇ ਕਰ ਰਹੇ। ਤੁਸੀਂ ਸੁਣਿਆ ਹੋਗਾ ਨਾ 3D 4D 5D 7D 8D ਸੁਣਿਆ ਨਾ, ਪ੍ਰਤੱਖ ਆ ਜੀ, ਗੁਰੂ ਨਾਨਕ ਸਾਹਿਬ ਦਾ ਚਿਹਰਾ ਸਾਰੇ ਪਾਸੇ ਦਿਸਦਾ, ਕਿਸੇ ਪਾਸੇ ਵੀ ਮਹਾਰਾਜ ਦਾ ਬੈਕ ਨਹੀਂ ਆਉਂਦਾ। ਸੋ ਸੀ ਮਹਾਰਾਜ ਦਾ ਐਸਾ ਕਿਰਪਾ ਹੈ ਕਿਉਂਕਿ ਮਹਾਰਾਜ ਦੀ ਬੈਕ ਹੈ ਹੀ ਨਹੀਂ ਕਿਸੇ ਵੱਲ, ਮਹਾਰਾਜ ਦਾ ਚਿਹਰਾ ਸਾਰੇ ਹੀ ਵੱਲ ਹੈ। ਹਾਂਜੀ, ਮੇਰਾ ਰੋਕ ਰਖੀਕ ਸੁਨਹਿ ਮਨ ਪਾਵਹਿ, ਇਹ ਲਗੇ ਰੋਕ ਰਖੀਕ ਆਪਣੇ ਆਪਣੇ ਇੰਦਰੀਆਂ ਨੂੰ ਰੋਕ ਕੇ ਬੱਚੇ ਬੈਠੇ ਸੁਣਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਮੇਰਾ ਗੋਡਾ ਦੁਖਦਾ ਜੀ, ਮੈਨੂੰ ਭੁੱਖ ਲੱਗੀ ਹੈ ਜੀ, ਮੈਨੂੰ ਪਿਆਸ ਲੱਗੀ, ਨਥਿੰਗ ਲੱਗਦਾ, ਦੇ ਆਰ ਜਸਟ ਕੰਸੈਂਟ੍ਰੇਟਿੰਗ ਐਨਜੋਇੰਗ। ਫਿਰ ਦੋਹਰਾ ਮਿਲ ਬਾਲਕ ਸੋ ਖੇਲਤੇ ਚਲ ਆਏ ਨਿਜ ਤਾਮ, ਸੋ ਕਹਿੰਦੇ ਇਉਂ ਕਰਕੇ ਮਹਾਰਾਜ ਨਾਲ ਖੇਡ ਕੇ ਮਹਾਰਾਜ ਦੇ ਬਚਨ ਸੁਣ ਕੇ ਬੱਚੇ ਆਪਣੇ ਘਰ ਆ ਗਏ ਜੀ ਰਾਤ ਨੂੰ। ਹੁਣ ਅਣਖਾਏ ਕਰ ਮਾਥ ਤੇ ਸੁਤੇ ਤਾਨ ਅਭਿਰਾਮ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਆਪਣੇ ਘਰੇ ਡਿਨਰ ਛੱਕ ਕੇ, ਹਾਂਜੀ ਲੰਗਰ ਛੱਕ ਕੇ ਮਹਾਰਾਜ ਵੀ ਸੌਂ ਗਏ ਜੀ, ਹੁਣ ਆਰਾਮ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਚੌਪਈ ਜਮ ਜਾਮਣੀ ਜਾਗਣ ਨੇ, ਜਦੋਂ ਇੱਕ ਪਹਿਰ ਰਾਤ ਰਹਿ ਗਈ ਮਤਲਬ ਅੰਮ੍ਰਿਤ ਵੇਲਾ ਹੋ ਗਿਆ, ਫਿਰ ਜਬ ਕਾ ਤਾਂਤਰ ਦਾਨੀ ਛੇ, ਮਹਾਰਾਜ ਜੀ ਜਾਗਦੇ ਨੇ, ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਵੇਲੇ ਜਾਗਦੇ ਨੇ, ਤੇ ਕਹਿੰਦੇ ਇਹ ਨੇਮ ਮਹਾਰਾਜ ਨੇ ਆਪਣੇ ਜਨਮ ਤੋਂ ਹੀ ਰੱਖਿਆ, ਜਦੋਂ ਤੇ ਮਹਾਰਾਜ ਨੇ ਜਨਮ ਲਿਆ ਉਦੋਂ ਤੇ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠਦੇ ਨੇ, ਮਹਾਰਾਜ ਜੀ ਉੱਠਦੇ ਤੇ ਆਪਣੇ ਸਿਮਰਨ ਵਿੱਚ ਜੁੜਦੇ ਨੇ ਜਦੋਂ ਦਾ ਜਨਮ ਲਿਆ, ਕਹਿੰਦੇ ਇਹੀ ਮਹਾਰਾਜ ਨੇ ਆਪਣੀ ਮਰਿਆਦਾ ਰੱਖੀ, ਤੇ ਆਪਣੇ ਬੜੇ ਸਿਆਣੇ ਲੋਕ ਅੱਜ ਕੱਲ੍ਹ ਕਹਿੰਦੇ ਨੇ ਅੰਮ੍ਰਿਤ ਵੇਲਾ ਇਸ ਵੈਨ ਯੂ ਓਪਨ ਯੋਰ ਆਈਸ, ਇਫ ਦਾ ਆਈਸ ਨੈਵਰ ਓਪਨ ਯੂ ਡੋਂਟ ਹੈਵ ਅੰਮ੍ਰਿਤ ਵੇਲਾ, ਸੋਰੀ ਫੋਰ ਯੂ, ਯੂ ਨੀਡ ਟੂ ਓਪਨ ਯੋਰ ਆਈਸ। ਹਾਂਜੀ, ਸੋ ਲੋਕ ਇਹ ਗੱਲਾਂ ਕਰਦੇ ਨੇ, ਪਰ ਦੇਖੋ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲਾ ਰੱਖਿਆ, ਦੈਟਸ ਅੰਮ੍ਰਿਤ ਵੇਲਾ, ਦੈਨ ਟਾਈਮ ਯੂ ਕੈਨੋਟ ਚੇਂਜ, ਇਫ ਇਟਸ ਅ ਡੇ ਕੈਨ ਆਈ ਸੇ ਇਟਸ ਨਾਈਟ ਬਿਕੋਜ਼ ਆਈ ਕਲੋਜ਼ ਮਾਈ ਆਈਸ, ਆਈ ਕੁਡਨਟ ਸੀ ਦ ਡੇ, ਮੈਂ ਕਹਿ ਸਕਦਾ ਜੀ ਇਹ ਜੀ ਗੱਲ, ਸੋ ਦੈਟਸ ਦ ਹੋਲ ਇਸ਼ੂ, ਸੀ ਦ ਨੇਚਰ ਹੈਜ਼ ਇਟ ਕੋਸ, ਦ ਨੇਚਰ ਹੈਜ਼ ਦ ਵੇ ਟੂ ਵਰਕ, ਵੀ ਨੀਡ ਟੂ ਅਪਰੀਸ਼ੀਏਟ ਦੈਟ, ਕਿਉਂਕਿ ਅੰਮ੍ਰਿਤ ਵੇਲਾ ਇਜ਼ ਅ ਗਿਫਟ ਆਫ ਪਰਮਾਤਮਾ ਟੂ ਯੂ, ਇਦਰ ਯੂ ਟੇਕ ਇਟ ਔਰ ਯੂ ਡੋਂਟ ਟੇਕ ਇਟ, ਇਟਸ ਅਪ ਟੂ ਯੂ, ਬਟ ਦ ਗਿਫਟ ਇਜ਼ ਗਿਵਨ ਇਕੁਅਲੀ ਟੂ ਐਵਰੀਬਾਡੀ। ਕੈਨ ਯੂ ਸੀ ਦੈਟ ਯੂ ਨੋ ਇਜ਼ ਅੰਮ੍ਰਿਤ ਵੇਲਾ ਇਜ਼ ਨੋਟ ਫੋਰ ਯੂ, ਦੈਟ ਮੀਨਸ 12 ਮਿਡਨਾਈਟ ਤੋਂ ਸਿੱਧਾ 6 AM ਹੋ ਜਾਣਾ ਜੀ ਤੁਹਾਡਾ ਟਾਈਮ, ਹੋ ਸਕਦਾ ਜੀ, ਐਵਰੀ ਵਨ ਵਿਲ ਗੈਟ ਈਚ ਮਿਨਟ ਐਂਡ ਈਚ ਸੈਕੰਡ ਦੈਟ ਇਜ਼ ਪਾਸਿੰਗ ਥਰੂ ਅਵਰ ਲਾਈਫ, ਬਟ ਇਫ ਯੂ ਟੇਕ ਦ ਓਪਰਚੁਨਿਟੀ ਟੂ ਟੇਕ ਬੈਨੀਫਿਟ ਆਊਟ ਆਫ ਇਟ, ਯੂ ਵਿਲ ਬੈਨੀਫਿਟ, ਇਫ ਯੂ ਡੋਂਟ ਇਟਸ ਓਕੇ, ਯੂ ਲੂਜ਼ ਇਟ, ਉਹੀ ਗੱਲ ਹੈ ਨਾ। ਫਿਰ ਹੋਰ ਪਈ ਕਿਨੋ ਇਸ਼ਨਾਨ, ਕਹਿਣ ਲੱਗੇ ਮਹਾਰਾਜ ਫਿਰ ਇਸ਼ਨਾਨ ਕਰਦੇ ਨੇ, ਪਟ ਪੈਰੇ ਸੁੰਦਰ ਬਿਦਨਾਨਾ, ਫਿਰ ਮਹਾਰਾਜ ਸੁੰਦਰ ਕੱਪੜੇ ਪਾਏ ਜੀ, ਸੁੰਦਰ ਕੱਪੜੇ ਪਾ ਲਏ ਜੀ, ਸੋਹਣੇ ਕੱਪੜੇ ਪਾਏ ਜੀ, ਦਿਵਸ ਛਰੇ ਕਾਲੂ ਗਏ ਹੱਥ, ਫਿਰ ਦਿਨ ਚੜਿਆ ਜੀ, ਬਾਬਾ ਮਹਿਤਾ ਕਾਲੂ ਜੀ ਨੇ ਹੱਥ ਫੜ ਲਿਆ ਗੁਰੂ ਨਾਨਕ ਸਾਹਿਬ ਜੀ ਦਾ, ਲੈ ਚਟ ਸਾਰ ਚਲਿਓ ਨਿਜ ਸਾਥਾ, ਐਸ ਯੂਸ਼ੁਅਲ ਦ ਡੇ ਟੂ ਸਕੂਲ, ਸੋ ਹੱਥ ਫੜ ਕੇ ਗੁਰੂ ਨਾਨਕ ਸਾਹਿਬ ਜੀ ਦਾ ਫਿਰ ਮਹਿਤਾ ਕਾਲੂ ਜੀ ਲੈ ਗਏ ਜੀ ਸਕੂਲ ਨੂੰ। ਫਿਰ ਪਾਂਧੇ ਸੋ ਬੋਲਿਓ ਹਿਤ ਤਰਕੈ, ਕਹਿਣ ਲੱਗੇ ਬੜੇ ਪਿਆਰ ਨਾਲ ਜਾ ਕੇ ਬਾਬਾ ਮਹਿਤਾ ਕਾਲੂ ਜੀ ਗੋਪਾਲ ਪਾਂਧੇ ਨੂੰ ਕਹਿੰਦਾ, ਬੜੇ ਪਿਆਰ ਨਾਲ ਬੜੀ ਰੁਚੀ ਦੇ ਨਾਲ ਇੰਟਰਸਟ ਦੇ ਨਾਲ ਮੇਰੇ ਬੱਚੇ ਨੂੰ ਪੜ੍ਹਾ,
ਗੋਪਾਲ ਪਾਂਧੇ ਨੂੰ ਕਹਿੰਦੇ ਹਾਂਜੀ ਗੁਰੂ ਨਾਨਕ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਮੇਰੇ ਬੇਟੇ ਗੁਰੂ ਨਾਨਕ ਸਾਹਿਬ ਨੂੰ ਬਹੁਤ ਇੰਟਰਸਟ ਨਾਲ ਪਿਆਰ ਨਾਲ ਪੜ੍ਹਾ ਫਿਰ ਸੁਣ ਬੋਲਿਓ ਮਨ ਸੋ ਕਰ ਬੰਧਨ ਲੈ ਕੇ ਕੀ ਹੋਇਆ ਇਹ ਬਚਨ ਸੁਣ ਕੇ ਲਾ ਪਹਿਲਾਂ ਤਾਂ ਪੰਡਿਤ ਗੋਪਾਲ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਐਂ ਕਰਕੇ ਹਾਂਜੀ ਗੁਰੂ ਨਾਨਕ ਸਾਹਿਬ ਖੜੇ ਸੀਗੇ ਪਹਿਲਾਂ ਤਾਂ ਮੱਥਾ ਟੇਕ ਕੇ ਹੱਥ ਜੋੜ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਕੀ ਕਹਿੰਦੇ ਹਨ ਵਿਦਿਆ ਨਿਪੁੰਨ ਕੁਮਤ ਨਿਕੰਦਨ ਕਹਿਣ ਲੱਗਾ ਇਹ ਤਾਂ ਸਾਰੀ ਵਿਦਿਆ ਚ ਸੰਪੂਰਨ ਹੈ ਹੀ ਇਜ਼ ਕੰਪਲੀਟ ਇਨ ਆਲ ਨੌਲੇਜ ਐਵਰੀਥਿੰਗ ਐਵਰੀ ਐਡੂਕੇਸ਼ਨ ਇਨ ਦਾ ਵਰਲਡ ਹੀ ਇਜ਼ ਕੰਪਲੀਟ ਇਹਨੂੰ ਹੁਣ ਮੈਂ ਕੁਝ ਨਹੀਂ ਸਿਖਾ ਸਕਦਾ ਇਹ ਨਿਪੁੰਨ ਹੈ ਇਹ ਕੰਪਲੀਟ ਹੈ ਫਿਰ ਦੂਜੀ ਗੱਲ ਉਹਨਾਂ ਨੇ ਦੱਸੀ ਕੁਮਤ ਨਿਕੰਦਨ ਇਹ ਭੈੜੀ ਮਤ ਨੂੰ ਖਤਮ ਕਰਨ ਵਾਲੇ ਨੇ ਭੈੜੀਆਂ ਜਿਹੜੀਆਂ ਇੰਟਲੈਕਟ ਆਪਣੀ ਜਦੋਂ ਗੰਦੀ ਹੋ ਜਾਂਦੀ ਹੈ ਨਾ ਕਹਿੰਦੇ ਉਹ ਕੁਮਤ ਨੂੰ ਖਤਮ ਕਰਨ ਵਾਲੇ ਨੇ ਇਹ ਜਿਹੜਾ ਉਹਨੂੰ ਧੋਣ ਵਾਲੇ ਨੇ ਇਸ ਤੇ ਅਧਿਕ ਜੋ ਹੋਏ ਪੜਾਵੇ ਕਹਿਣ ਲੱਗੇ ਇਹਨੂੰ ਉਹੀ ਪੜਾ ਸਕਦਾ ਹੈ ਜਿਹੜਾ ਇਹ ਤੋਂ ਵੱਡਾ ਹੋਊਗਾ ਹੂ ਨੋਸ ਮੋਰ ਦੈਨ ਗੁਰੂ ਨਾਨਕ ਓਨਲੀ ਹੀ ਕੈਨ ਟੀਚ ਗੁਰੂ ਨਾਨਕ ਸੋ ਓਬਵੀਅਸਲੀ ਹੀ ਸੇਇੰਗ ਦੈਟ ਆਈ ਕੈਨੋਟ ਟੀਚ ਬਿਕੋਜ਼ ਹੀ ਨੋਸ ਮੋਰ ਦੈਨ ਯੂ ਫਿਰ ਜਗਤ ਮਾਹੇ ਸਮ ਕੋ ਨਾ ਦਿਸਾਵੇ ਪਰ ਇੱਕ ਗੱਲ ਆ ਕਹਿੰਦੇ ਮਹਿਤਾ ਕਾਲੂ ਜੀ ਇਹਨੂੰ ਪੜਾਉਣ ਵਾਲਾ ਮੈਨੂੰ ਕੋਈ ਦਿਸ ਨਹੀਂ ਰਿਹਾ ਆਲਦੋ ਆਈ ਐਮ ਸੇਇੰਗ ਦੈਟ ਸਮਵਨ ਹੂ ਨੋਸ ਬੈਟਰ ਦੈਨ ਗੁਰੂ ਨਾਨਕ ਕੈਨ ਟੀਚ ਗੁਰੂ ਨਾਨਕ ਬਟ ਆਈ ਕੈਨ ਟੈਲ ਯੂ ਨੋ ਬੋਡੀ ਇਜ਼ ਗ੍ਰੇਟਰ ਦੈਨ ਹਿਮ ਨੋ ਬੋਡੀ ਇਜ਼ ਨੋ ਮੋਰ ਦੈਨ ਵਟ ਹੀ ਨੋਸ ਦੈਟ ਆਈ ਕੈਨ ਟੈਲ ਯੂ ਫਰੋਮ ਟੂਡੇ ਫਰੋਮ ਮਾਈ ਐਕਸਪੀਰੀਅੰਸ ਫਿਰ ਦੋਹਰਾ ਸੁਤ ਕੋ ਸੁਤ ਨੇ ਜਾਣਿਓ ਹੈ ਕੇ ਕੋ ਅਵਤਾਰ ਕਹਿੰਦੇ ਬਾਬਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਪੁੱਤਰ ਨਾ ਜਾਣੋ ਇਹ ਕੋਈ ਪੁੱਤਰ ਨਹੀਂ ਤੇਰਾ ਇਹ ਤਾਂ ਅਵਤਾਰ ਹੈ ਇਹ ਤਾਂ ਪਰਮਾਤਮਾ ਦਾ ਰੂਪ ਹੈ ਕਹਿੰਦੇ ਇਹ ਤਾਂ ਆਇਆ ਹੀ ਇਹ ਕੰਮ ਵਾਸਤੇ ਆ ਇਹਨੂੰ ਆਪਣਾ ਪੁੱਤਰ ਨਾ ਸਮਝ ਇਹ ਤਾਂ ਪਰਮਾਤਮਾ ਦਾ ਰੂਪ ਹੈ ਫਿਰ ਬਿਨਾਂ ਪੜ੍ਹੇ ਹੀ ਪੜ੍ਹ ਰਹੇ ਹੋ ਸਭਿਨ ਪੜਾਵ ਨਹਾਰ ਕਹਿੰਦੇ ਇਹ ਬਿਨਾਂ ਪੜ੍ਹਾਈ ਤੋਂ ਹੀ ਪੜ੍ਹ ਰਿਹਾ ਮੈਨੂੰ ਪੜਾਉਣ ਦੀ ਲੋੜ ਨਹੀਂ ਇਹ ਤਾਂ ਆਪਣੇ ਆਪ ਹੀ ਪੜ੍ਹ ਰਿਹਾ ਮੈਨੂੰ ਪੜਾਉਣ ਦੀ ਲੋੜ ਨਹੀਂ ਕਹਿੰਦੇ ਸਭਿਨ ਪੜਾਵਨ ਹਾਰ ਇਹ ਤਾਂ ਸਾਰਿਆਂ ਨੂੰ ਪੜਾਉਣ ਵਾਸਤੇ ਆਇਆ ਹੈ ਇਹਨੂੰ ਮੈਂ ਕੀ ਪੜਾਵਾਂ ਇਹ ਤਾਂ ਮੈਨੂੰ ਪੜਾ ਗਿਆ ਕੱਲ ਹਾਂਜੀ ਉਹ ਗੋਪਾਲ ਪਾਂਧਾ ਕਹਿੰਦਾ ਜਿਹੜੀ ਗੱਲ ਮੈਨੂੰ ਇਹ ਉਪਦੇਸ਼ ਦੇ ਕੇ ਗਿਆ ਐਨਵ ਹੁਣ ਇੰਨਾ ਰੀਅਲਾਈਜੇਸ਼ਨ ਦੇ ਕੇ ਗਿਆ ਕਹਿੰਦਾ ਇਹਨੂੰ ਮੈਂ ਕੀ ਪੜਾਵਾਂ ਫਿਰ ਚੌਪਈ ਇਸ ਪੜਨੇ ਕੇ ਪਰੋ ਨਾ ਖਿਆਲ ਕਹਿਣ ਲੱਗੇ ਤੂੰ ਫਿਕਰ ਨਾ ਕਰ ਤੂੰ ਇਹ ਖਿਆਲ ਨਾ ਆਪਣੇ ਮਨ 'ਚ ਲਿਆ ਵੀ ਮੈਨੂੰ ਪੜਾਉਣਾ ਹੈ ਇਹਨੂੰ ਕੋਈ ਨਹੀਂ ਪੜਾ ਸਕਦਾ ਮੈਂ ਤੈਨੂੰ ਦੱਸ ਦਿੰਦਾ ਹੁਣ ਬਾਬਾ ਮਹਿਤਾ ਕਾਲੂ ਨੂੰ ਉਹਨੇ ਕੰਕਲੂਸ਼ਨ ਕਰਕੇ ਦੱਸਤਾ ਕਹਿੰਦੇ ਇਹਨੂੰ ਕੋਈ ਨਹੀਂ ਪੜਾ ਸਕਦਾ ਤੂੰ ਇਹਦੇ ਪੜਾਉਣ ਦੇ ਖਿਆਲਾਂ ਵਿੱਚ ਨਾ ਪੈ ਡੋਨਟ ਵਰੀ ਅਬਾਊਟ ਹਿਸ ਐਜੂਕੇਸ਼ਨ ਫਿਰ ਸਭ ਕਰਤਾ ਜੋ ਵਿਦਿਆ ਜਾਲੇ ਕਹਿਣ ਲੱਗੇ ਬਾਬਾ ਮਹਿਤਾ ਕਾਲੂ ਜੀ ਜਿੰਨੀ ਦੁਨੀਆਂ ਦੀ ਵਿਦਿਆ ਅੱਜ ਤੱਕ ਹੈਗੀ ਹੈ ਜਿੰਨੀ ਫਿਊਚਰ ਵਿੱਚ ਆਉਣੀ ਹੈ ਸਾਰਿਆਂ ਨੂੰ ਇਹ ਜਾਣਦਾ ਹੀ ਇਜ਼ ਦਾ ਕੌਸ ਆਫ ਐਵਰੀ ਨੌਲੇਜ ਐਵਰੀ ਐਜੂਕੇਸ਼ਨ ਐਵਰੀ ਵਿਸਡਮ ਇਨ ਦਾ ਵਰਲਡ ਇਹ ਕ੍ਰੀਏਟਰ ਫਿਰ ਦੀਪ ਦੀਪਾਏ ਬ੍ਰਤਿਸ ਸਮਹਾਈ ਦੇਖੋ ਕਿੰਨਾ ਸੋਹਣਾ ਐਗਜ਼ਾਮਪਲ ਦਿੱਤਾ ਕਹਿੰਦੇ ਹੁਣ ਸੂਰਜ ਚੜ੍ਹਿਆ ਹੋਵੇ ਓਕੇ 12 PM ਸੂਰਜ ਐਨ ਸ਼ਿਖਰ 'ਤੇ ਆ ਮੈਕਸੀਮਮ ਕੋਈ ਦੀਵਾ ਲੈ ਕੇ ਬਾਲ ਕੇ ਕਹਿੰਦਾ ਮੈਂ ਚਾਨਣ ਕਰ ਰਿਹਾ ਓਕੇ ਸੂਰਜ ਦੇ ਮੂਹਰੇ ਦੀਵਾ ਲੈ ਕੇ ਕੋਈ ਚਾਨਣ ਕਰ ਰਿਹਾ ਕੀ ਹੋਗਾ ਜੀ ਫਿਰ ਤਮ ਹਰਬੇ ਕੋ ਨਰ ਉਦਤਾਈ ਕਹਿਣ ਲੱਗੇ ਕੋਈ ਕਹਿੰਦਾ ਜੀ ਮੈਂ ਹਨੇਰਾ ਦੂਰ ਕਰਨ ਵਾਸਤੇ ਸੂਰਜ ਚੜ੍ਹੇ ਵਿੱਚ ਮੈਂ ਇੱਕ ਹੋਰ ਦੀਵਾ ਜਗਾਤਾ ਫਿਰ ਦੀਪਕ ਤੇ ਕਿਆ ਹੋਏ ਪ੍ਰਕਾਸ਼ ਕਹਿਣ ਲੱਗੇ ਸੂਰਜ ਦੇ ਸਾਹਮਣੇ ਦੀਪਕ ਦਾ ਕੀ ਪ੍ਰਕਾਸ਼ ਹੋਣਾ ਦੀਵਾ ਵਿਚਾਰਾ ਕੀ ਕਰੇਗਾ ਏਡੇ ਵੱਡੇ ਸੂਰਜ ਦੇ ਸਾਹਮਣੇ ਹੈ ਨਾ ਵਟ ਕੈਨ ਦਾ ਦੀਵਾ ਡੂ ਫਿਰ ਫੀਕੀ ਪ੍ਰਭਾ ਪਰੇ ਅਗਤਾਸਾ ਕਹਿਣ ਲੱਗੇ ਉਹਦੀ ਜਿਹੜੀ ਹੈ ਪ੍ਰਭਾ ਉਹਦੀ ਜਿਹੜੀ ਚਾਨਣ ਹੈ ਫਿੱਕਾ ਪੈ ਜਾਣਾ ਉਹ ਛੋਟਾ ਜਿਹਾ ਹੈ ਸੂਰਜ ਦੇ ਸਾਹਮਣੇ ਉਹ ਕੀ ਚੀਜ਼ ਹੈ ਵਿਚਾਰਾ ਦੀਵਾ ਫਿਰ ਸੁਤ ਉਸਤਤ ਸੁਨ ਸੁਰਤ ਮੈਂ ਕਾਲੂ ਹੁਣ ਬਾਬਾ ਮਹਿਤਾ ਕਾਲੂ ਜੀ ਨੇ ਇਹ ਸਾਰੀਆਂ ਗੱਲਾਂ ਸੁਣ ਕੇ ਨਾ ਆਪਣੇ ਮਨ ਵਿੱਚ ਨਾ ਆਪਣੇ ਕੰਨਾਂ 'ਚ ਨਾ ਸੁਣ ਕੇ ਆਪਣੇ ਮਨ ਵਿੱਚ ਵਿਚਾਰ ਕੀਤੀ ਬਿਨ ਸ਼ਰਧਾ ਔਰ ਹਰ ਕਬਿਸਾਲੂ ਸ਼ਰਧਾ ਨਹੀਂ ਆਈ ਬਾਬਾ ਮਹਿਤਾ ਕਾਲੂ ਜੀ ਦੇ ਮਨ ਵਿੱਚ ਕਿਉਂਕਿ ਮਹਾਰਾਜ ਐਸਾ ਹੀ ਚਾਹੁੰਦੇ ਸਨ ਨਾ ਸ਼ਰਧਾ ਨਹੀਂ ਹੋਣੀ ਚਾਹੀਦੀ ਤਾਂ ਪਰ ਇੱਕ ਗੱਲ ਹੈ ਕੰਨਾਂ ਵਿੱਚ ਇਹ ਗੱਲਾਂ ਸੁਣ ਕੇ ਨਾ ਖੁਸ਼ੀ ਜ਼ਰੂਰ ਮਹਿਤਾ ਕਾਲੂ ਜੀ ਨੂੰ ਹੋਈ ਖੁਸ਼ੀ ਹੋ ਗਈ ਵੀ ਮੇਰੇ ਬੇਟੇ ਬਾਰੇ ਚੰਗੀ ਗੱਲ ਦੱਸੀ ਹੈ ਹਾਂਜੀ ਫਿਰ ਹਟ ਕਰ ਆਵਤ ਪਾਸੋ ਕਹਿਣ ਲੱਗੇ ਹਟ ਕੇ ਵਾਪਸ ਆ ਗਏ ਜੀ ਬਾਬਾ ਮਹਿਤਾ ਕਾਲੂ ਜੀ ਕਰਨ ਲੱਗਿਓ ਕਾਰਜ ਨਿਜ ਜੋ ਆਪਣੇ ਨਾਰਮਲ ਕੰਮਾਂ 'ਚ ਪੈ ਗਏ ਜੀ ਨਾਰਮਲ ਕੰਮ ਕਰਨ ਲੱਗ ਪਏ ਸ੍ਰੀ ਨਾਨਕ ਕੀ ਇੱਛਾ ਜੈਵਾ ਜਿਵੇਂ ਹੁਣ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਸੀਗੀ ਜਿਸ ਤਰ੍ਹਾਂ ਉਹ ਚਾਹੁੰਦੇ ਸਨ ਵਿਚਰੇ ਬਾਲਕ ਮੈਂ ਮਿਲਤੇ ਵਾ ਉਹ ਉਵੇਂ ਬਾਲਕਾਂ ਵਿੱਚ ਖੇਡਣ ਲੱਗ ਗਏ ਫਿਰ ਗੁਰੂ ਨਾਨਕ ਸਾਹਿਬ ਜੀ ਖੇਡਣ ਲੱਗ ਗਏ ਜੀ ਦੋਹਰਾ ਮਸਤਕ ਆਯੁਤ ਦੀਪਤ ਦੁੱਤ ਚਿਤ ਮੋਹਤ ਨਰ ਬਾਲ ਕਹਿੰਦੇ ਦੇਖੋ ਮਸਤਕ ਅਯੁਤ ਕਹਿਣ ਲੱਗੇ ਮਹਾਰਾਜ ਦਾ ਮੱਥਾ ਚੌੜਾ ਹੈ ਚੌੜਾ ਮੱਥਾ ਹੈ ਕਿਉਂਕਿ ਦੀਪਕ ਦੁੱਤ ਕਹਿਣ ਲੱਗੇ ਪ੍ਰਕਾਸ਼ਮਾਨ ਹੈ ਮਹਾਰਾਜ ਦਾ ਮੱਥਾ ਬਹੁਤ ਪ੍ਰਕਾਸ਼ ਕਰਦਾ ਹਾਂਜੀ ਇਸੇ ਕਰਕੇ ਨਾ ਲੋਕ ਇੱਥੇ ਟਿੱਕੇ ਲਾਉਂਦੇ ਆ ਕੋਈ ਇੱਥੇ ਸੰਦੂਰ ਲਾਉਂਦਾ ਹੈ ਕੋਈ ਕੁਛ ਕਰਦਾ ਹੈ ਇਹ ਮੱਥੇ 'ਤੇ ਵਾਹ ਇਹ ਮੱਥੇ ਨੂੰ ਚਮਕਾਉਂਦੇ ਨੇ ਇਹ ਮੱਥੇ 'ਤੇ ਸੁਗੰਧੀ ਲਾਉਂਦੇ ਨੇ
ਤਾਂ ਹੀ ਤਾਂ ਉੱਥੇ ਟਿੱਕਾ ਨਹੀਂ ਲਾਉਂਦੇ। ਹਾਂਜੀ, ਰਾਜੇ ਵੀ ਟਿੱਕਾ ਲਾਉਂਦੇ ਨੇ, ਕਿਉਂ ਲਾਉਂਦੇ? ਕਿਉਂ ਮੱਥਾ ਸੀ ਜੋ ਕੋਈ ਭਗਤੀ ਕਰਦਾ ਨਾ ਉਹਦਾ ਇਹ ਹਿੱਸਾ ਚਮਕਣ ਲੱਗ ਜਾਂਦਾ, ਇਹ ਵਿਲ ਬੀ ਸ਼ਾਈਨਿੰਗ, ਆਹ ਜਿਹੜਾ ਹਿੱਸਾ ਹੈ। ਸੋ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਮੱਥਾ ਉਹ ਚਮਕ ਰਿਹਾ ਹੈ, ਚਿੱਤ ਮੋਹਿਤ ਨਰ ਬਾਲ। ਕਹਿੰਦੇ ਜੋ ਵੀ ਮਹਾਰਾਜ ਨੂੰ ਦੇਖਦਾ ਉਹ ਦੇਖਦਾ ਰਹੇ ਜਾਂਦਾ ਵੀ ਮੱਥਾ ਬੜਾ ਸੋਹਣਾ ਚਮਕਦਾ ਇਹਦਾ। ਐਂਡ ਦੀ ਅਦਰ ਥਿੰਗ ਇਜ਼ ਦਿਸ, ਜਿਹੜਾ ਕੋਈ ਕਲਪ੍ਰਿਟ ਹੋਊਗਾ ਨਾ, ਜਿਹਨੇ ਕੋਈ ਪਾਪ ਕੀਤੇ ਹੋਣਗੇ ਨਾ, ਉਹਦੇ ਮੱਥੇ ਤੋਂ ਪਤਾ ਲੱਗ ਜਾਂਦਾ, ਉਹਦਾ ਮੱਥਾ ਬਹੁਤ ਡਲ ਜਿਹਾ ਹੋਊਗਾ, ਹੋਰ ਤਰ੍ਹਾਂ ਹੁੰਦਾ। ਜਿਹੜਾ ਕੋਈ ਭਗਤੀ ਵਾਲਾ ਹੋਵੇਗਾ ਮੱਥਾ ਚਮਕਦਾ ਹੁੰਦਾ। ਸੋ ਇਸੇ ਤਰ੍ਹਾਂ ਹੀ ਜਿਹੜਾ ਹਾਂ, ਜਿਵੇਂ ਮੁਸਲਮਾਨ ਆ ਨਾ, ਉਹ ਕਹਿੰਦੇ ਆ ਵੀ ਜਿਹੜਾ ਨਮਾਜ਼ ਜੜਦੇ ਪੜ੍ਹਦਾ ਉਹਦੇ 'ਤੇ ਗਮਾਕ ਪੈ ਜਾਂਦਾ ਨਾ, ਵੀ ਉਹਨੇ ਜ਼ਿਆਦਾ ਮੱਥਾ ਟਿੱਕੇ ਹੋਏ ਨੇ। ਹਾਂ, ਫਿਰ ਉਹ ਮੰਨਦੇ ਨੇ, ਕਹਿੰਦੇ ਵੀ ਜਿਹਦੇ ਇੱਥੇ ਮੱਥੇ 'ਤੇ ਕੋਈ ਮੱਕ ਜਾ ਹੋਵੇ ਕਾਲਾ ਜਾ, ਕਹਿੰਦੇ ਜ਼ਿਆਦਾ ਨਮਾਜ਼ ਪੜ੍ਹਨ ਵਾਲਾ ਬੰਦਾ ਹੈ। ਸੋ ਇਸੇ ਤਰ੍ਹਾਂ ਹੀ ਫਿਰ ਕਮਲ ਦਲਨ ਸੇ ਦ੍ਰਿਗ ਲਲਿਤ ਲਾਜ ਵਿਸਾਲ। ਓਕੇ, ਕਹਿਣ ਲੱਗੇ ਕਮਲ ਦਲਨ ਸੇ ਦ੍ਰਿਗ ਲਲਤਾ, ਕਹਿਣ ਲੱਗੇ ਕਵਲ ਪੱਤਰ ਵਰਗੀਆਂ ਅੱਖਾਂ ਮਹਾਰਾਜ ਦੀਆਂ ਸੁੰਦਰ ਨੇ। ਫਿਰ ਆਲੀਏ ਲਾਜ ਵਿਸਾਲ, ਕਹਿਣ ਲੱਗੇ ਸ਼ਰਮ ਦਾ ਘਰ ਹੈ ਮਹਾਰਾਜ। ਸ਼ਰਮ ਦਾ ਘਰ ਮੀਨਸ ਸਾਰੀ ਸ਼ਰਮ ਨੂੰ ਸੰਕੋਚ ਕਰਨ ਵਾਲਾ, ਜੋ ਵੀ ਮਹਾਰਾਜ ਦੇ ਅੱਖਾਂ ਵੱਲ ਦੇਖਦਾ ਉਹਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ। ਸੋ ਸਾਰਿਆਂ ਨੂੰ ਸ਼ਰਮ ਦੇ ਦਿੰਦਾ ਅੱਖਾਂ ਨੂੰ, ਐਸੀਆਂ ਮਹਾਰਾਜ ਦੀਆਂ ਅੱਖਾਂ ਨੇ, ਕਿਉਂਕਿ ਮਹਾਰਾਜ ਜਦੋਂ ਦੇਖਦੇ ਆ ਕਿਸੇ ਵੱਲ, ਕੋਈ ਮਹਾਰਾਜ ਨਾਲ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦਾ, ਉਹ ਨੀਵੇਂ ਕਰ ਲੈਂਦਾ ਅੱਖਾਂ, ਹੈਨੇ ਸ਼ਰਧਾ ਵਿੱਚ। ਫਿਰ ਚੌਪਈ ਦਸਨ ਦਮਕ ਅਦਰਨ ਮਦ ਐਸੇ, ਕਹਿ ਲਗੇ ਹੁਣ ਦੇਖੋ ਦੰਦ ਮਹਾਰਾਜ ਦੇ ਦੰਦ ਕਿਵੇਂ ਨੇ। ਕਹਿ ਲਗੇ ਦੰਦਾਂ ਜਿਹੜੇ ਹੋਠਾਂ ਜੋ ਲਿਪ ਦੇ ਵਿੱਚ ਮਹਾਰਾਜ ਦੇ ਜਿਹੜੇ ਦੰਦ ਦਿਸਦੇ ਨੇ, ਦ ਟੂਥ ਦੈਟ ਕੈਨ ਬੀ ਸੀਨ ਵਿਦਿਨ ਦ ਲਿਪਸ। ਹਾਂਜੀ, ਫਿਰ ਗਿਰਾ ਸਦਨ ਹਿਰਾਵਲ ਜੈਸੇ, ਕਹਿ ਲਗੇ ਮਹਾਰਾਜ ਦਾ ਬਚਨ ਜਿਹੜਾ ਹੈ ਉਹ ਹਿਰਾਵਲ, ਉਹ ਐਸਾ ਹੈ ਜਿਵੇਂ ਇੱਕ ਗ੍ਰੀਨ ਔਚਟ ਹੁੰਦਾ ਹੈ। ਕਹਿਣ ਲੱਗੇ ਮਹਾਰਾਜ ਦਾ ਜਿਹੜਾ ਹੈ ਬਹੁਤ ਲਾਈਵਲੀ ਹੈ, ਮਹਾਰਾਜ ਦੇ ਬਚਨਾਂ ਦੇ ਵਿੱਚ ਲਾਈਫ ਹੈ, ਮਹਾਰਾਜ ਲਾਈਫ ਭਰ ਦਿੰਦੇ ਨੇ ਮਰੇ ਵਿੱਚ ਵੀ ਜਦੋਂ ਮਹਾਰਾਜ ਜੀ ਬੋਲਦੇ ਨੇ। ਕੁਝ ਸੁੰਦਰ ਕਰ ਸਜਤ ਕਯੂਰਾ, ਹਾਂ ਕਹਿ ਲਈਏ ਮਹਾਰਾਜ ਦੀਆਂ ਬਾਹਾਂ ਬੜੀਆਂ ਸੁੰਦਰ ਨੇ, ਭਾਵੇਂ 5 ਸਾਲ ਦੇ ਨੇ ਪਰ ਮਹਾਰਾਜ ਦੀਆਂ ਮਸਲਸ ਨੇ, ਬਹੁਤ ਸੋਹਣਾ ਸਰੀਰ ਹੈ ਮਹਾਰਾਜ ਦਾ, ਬੜੀਆਂ ਸੋਹਣੀਆਂ ਨੇ, ਕਿਉਂਕਿ ਮਹਾਰਾਜ ਐਕਟਿਵ ਹਨ ਨਾ, ਮਹਾਰਾਜ ਭੱਜੇ ਫਿਰਦੇ ਨੇ। ਅੱਜ ਕੱਲ੍ਹ ਦੇ ਬੱਚੇ ਦੇ ਤਾਂ ਸਿਰਫ ਉਂਗਲੀਆਂ ਸਟਰੋਂਗ ਹੁੰਦੀਆਂ ਨੇ, ਕਿਉਂਕਿ ਹੈਂਡਫੋਨ ਜ਼ਿਆਦਾ ਖੇਡਦੇ ਨੇ। ਮੈਂ ਕਿਹਾ ਮਸਲ ਸੁਣਿਆ ਜੀ, ਉਂਗਲੀਆਂ 'ਤੇ ਮਸਲ ਸੁਣਿਆ ਬੱਚਿਆਂ ਦੇ, ਹੋਰ ਨਹੀਂ ਕੁਛ ਸੁਣਾ। ਹਾਂਜੀ, ਪੁਰਾਣੇ ਸਮਿਆਂ 'ਚ ਬਾਹਾਂ ਬੁਮਾਂ ਮਾਰਦੇ ਸਨ, ਸੋ ਬਾਹਾਂ ਤਕੜੀਆਂ ਹੁੰਦੀਆਂ ਸਨ। ਹਾਂਜੀ, ਕਾਲ ਕੁੰਡਲ ਸਰੋਨਨ ਸ਼ਬਦ, ਕਹਿਣਗੇ ਮਹਾਰਾਜ ਦੇ ਕੰਨਾਂ ਦੇ ਉੱਤੇ ਕੁੰਡਲ ਪਾਏ ਹੋਏ ਨੇ, ਉਹ ਕੁੰਡਲ ਵੀ ਬਹੁਤ ਸੁੰਦਰ ਨੇ ਅਤੇ ਸੋਹਣੀ ਆਵਾਜ਼ ਦਿੰਦੇ ਨੇ, ਇਟ ਲੁਕਸ ਵੈਰੀ ਬਿਊਟੀਫੁਲ। ਫਿਰ ਜੇ ਹੇ ਰਹੇ ਕਰੁਣਾ ਕੀ ਕੋਰਾ, ਕਹਿਣ ਲੱਗੇ ਜਿਹਦੇ ਵੱਲ ਮਹਾਰਾਜ ਇੱਕ ਵਾਰੀ ਦੇਖ ਲੈਂਦੇ ਨੇ ਨਾ, ਜਿਵੇਂ ਮਹਾਰਾਜ ਕਹਿੰਦੇ ਕਿਰਪਾ ਕਟਾਕ ਅਵਲੋਕਨ ਕਿਨੋ ਦਾਸ ਕਾ ਦੁੱਖ ਵਿਦਾਰਿਓ, ਕਹਿੰਦੇ ਮਹਾਰਾਜ ਟੇਢੀ ਜੀ ਨਿਗਾਹ ਨਾਲ ਇੱਕ ਵਾਰ ਕਿਸੇ ਨੂੰ ਦੇਖ ਲੈਂਦੇ, ਬਸ ਨਿਹਾਲ ਕਰ ਦਿੰਦੇ, ਉਹਦੇ ਸਾਰੇ ਦੁੱਖ ਕੱਟ ਦਿੰਦੇ ਨੇ। ਮਹਾਰਾਜ ਆਈ ਹੈਵ ਟੂ ਜਸਟ ਲੁੱਕ ਵਾਂਸ, ਦੈਟਸ ਇਟ, ਵਨ ਲੁੱਕ ਵਿਲ ਚੇਂਜ ਲਾਈਫ। ਹਾਂਜੀ, ਜਿਹੜਾ ਸ਼ੈਤਾਨ ਨੂੰ ਵੀ ਰੱਬ ਬਣਾ ਦਿੰਦੇ ਆ। ਫਿਰ ਤਾਏ ਪਵੋ ਦਿਦ ਤੇ ਦੇ ਤੋਰਾ, ਹਾਂ ਕਹਿਣ ਲੱਗੇ ਸਾਰੇ ਸੰਸਾਰ ਨੂੰ ਆਸਰਾ ਸਪੋਰਟ ਦੇਣ ਵਾਲੇ ਹਨ ਮਹਾਰਾਜ ਜੀ। ਇੱਕ ਬਾਸੁਰ ਕਾਗਜ਼ ਕੁਛ ਲੀਏ, ਹੁਣ ਕੀ ਹੋਇਆ, ਇੱਕ ਦਿਨ ਮਹਾਰਾਜ ਨੇ ਪੇਪਰਸ ਲੈ ਲਏ, ਪੇਪਰਸ ਜਾਂ ਕਾਗਜ਼ ਨਾ, ਕਾਗਜ਼ ਲੈ ਲਏ, ਇਕੱਠੇ ਕਰਕੇ ਕਾਗਜ਼ ਆਪਣੇ ਕੋਲ ਰੱਖ ਲਏ। ਫਿਰ ਲੱਗ ਪੋਤੀ ਸੀ ਕਰੇ ਅਸੀਨੇ, ਕਹਿਣ ਲੱਗੇ ਮਹਾਰਾਜ ਜੀ ਨੇ ਬੈਠ ਕੇ ਉਹ ਕਾਗਜ਼ ਨੂੰ ਇਕੱਠੇ ਕਰਕੇ ਨਾ ਇੱਕ ਜਿਵੇਂ ਬੁੱਕ ਜਿਹਾ ਬਣਾ ਲਿਆ, ਇਕੱਠਾ ਕਰਕੇ ਸਾਰੇ ਕਾਗਜ਼ਾਂ ਨੂੰ ਜੋੜ ਕੇ ਇੱਕ ਬੁੱਕ ਬਣਾ ਲਿਆ ਜੀ, ਮਹਾਰਾਜ ਇੱਕ ਨੋਟਬੁੱਕ ਬਣਾ ਲਿਆ। ਅੱਗੇ ਨੋਟਬੁੱਕ ਤਾਂ ਨਹੀਂ ਮਿਲਦੇ ਸਨ ਨਾ, ਰਾਈਟ, ਨੋਟਬੁੱਕ ਕਿੱਥੇ ਹੁੰਦੇ ਸੀਗੇ ਅੱਗੇ। ਹਾਂਜੀ, ਸੋ ਇਹ ਨੋਟਬੁੱਕ ਜਿਹੜਾ ਹੈ ਮਹਾਰਾਜ ਨੇ ਇੱਕ ਇੱਕ ਕਾਗਜ਼ ਇਕੱਠਾ ਕਰਕੇ ਇੱਕ ਬੁੱਕ ਬਣਾ ਲਿਆ। ਫਿਰ ਜੇ ਜੇ ਕੁਲ ਉਪਜੈ ਜੋ ਜੋ, ਦੇਖੋ ਨਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਨਾ, ਕਹਿੰਦੇ ਜਿਹਾ ਘਰ ਹੋਵੇਗਾ ਨਾ, ਜੇ ਜੇ ਕਰਮ ਵੱਡੇ ਕਰਨਗੇ, ਬੱਚੇ ਉਹਨਾਂ ਨੂੰ ਦੇਖ ਕੇ ਵੈਸਾ ਹੀ ਕਰਮ ਕਰਦੇ। ਸੋ ਦਿਸ ਇਜ਼ ਵੈਰੀ ਨੋਰਮਲ, ਬਿਕੋਜ਼ ਚਾਈਲਡ ਲਰਨਸ ਫਰੋਮ ਵਟ ਇਟ ਲਿਸਨਸ, ਵਟ ਇਟ ਸੀਜ਼। ਸੋ ਜੋ ਵੀ ਉਹ ਦੇਖਦਾ ਹੈ, ਜੋ ਉਹ ਮਹਿਸੂਸ ਕਰਦਾ, ਉਹੀ ਬੱਚਾ ਸਿੱਖਦਾ ਹੈ। ਕਹਿੰਦੇ ਕਿ ਹੁਣ ਇਹ ਘਰ ਦੇ ਵਿੱਚ ਕਾਗਜ਼ ਹੋਇਆ ਕਰਦੇ ਸਨ, ਕਿਉਂਕਿ ਮਹਿਤਾ ਕਾਲੂ ਜੀ ਅਕਾਊਂਟੈਂਟਸ ਹੈ, ਹਮੇਸ਼ਾ ਉਹਨਾਂ ਨੇ ਹਿਸਾਬ ਕਿਤਾਬ ਕਰਨਾ, ਕਾਗਜ਼ ਲਿਆਉਣੇ, ਉਹ ਹਿਸਾਬ ਕਿਤਾਬ ਸਾਰਾ ਕਰਨਾ, ਸੋ ਉਹਨਾਂ ਘਰ 'ਚ ਕਾਗਜ਼ ਹੋਇਆ ਕਰਦੇ ਸਨ। ਸੋ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਵੀ ਦੇਖ ਕੇ ਇੱਕ ਬੁੱਕ ਤਿਆਰ ਕਰ ਲਿਆ ਜੀ। ਫਿਰ ਦੇਖ ਵੱਡਨ ਸਿਸ ਖੇਲੇ ਹੈ ਸੋ, ਕਹਿੰਦੇ ਦੇਖ ਵੱਡਨ ਸਿਸ ਖੇਲੇ ਸੋ, ਖੇਲ ਜਿਹੜਾ ਹੈ ਕਹਿੰਦਾ ਉਹਨੂੰ ਬੱਚਾ ਜਿਹੜਾ ਹੈ ਦੇਖ ਕੇ ਉਹਨੂੰ ਆਪਣੀ ਖੇਡ ਬਣਾ ਲੈਂਦਾ, ਉਹਨੂੰ ਆਪਣੀ ਵੀ ਐਕਟੀਵਿਟੀ ਬਣਾ ਲੈਂਦਾ ਵੀ ਮੈਂ ਵੀ ਉਵੇਂ ਹੀ ਕਰਾਂ, ਰਾਈਟ। ਜਿਵੇਂ ਮਾਂ ਨੂੰ ਦੇਖ ਕੇ ਵੀ ਜਿਹੜਾ ਕੁੱਕ ਕਰ ਰਹੀ ਹੈ, ਬੱਚਾ ਕੀ ਕਰਦਾ, ਛੋਟੇ ਛੋਟੇ ਭਾਂਡੇ ਟੋਇਸ ਲੈ ਕੇ ਉਹ ਬਣਾਉਣ ਲੱਗ ਜਾਂਦਾ, ਰਾਈਟ ਨਾ। ਸੋ ਐਂ ਸਿੱਖਦੇ ਨਾ ਬੱਚੇ, ਸੋ ਉਹੀ ਚੀਜ਼ ਭਾਈ ਸੰਤੋਖ ਸਿੰਘ ਜੀ ਇੱਥੇ ਦੱਸ ਰਹੇ ਨੇ ਵੀ ਐਸਾ ਹੁੰਦਾ ਹੈ। ਕਰਮ ਹੈ ਗਏ ਕਰੇ ਤੇ ਉਹ ਲੀਲਾ, ਕਹਿ ਲਗੇ ਹੁਣ ਕਰਮ ਹੈ ਗਏ, ਹੁਣ ਉਹ ਕਾਗਜ਼ ਆਪਣੇ ਹੱਥ ਵਿੱਚ ਲੈ ਕੇ ਮਹਾਰਾਜ ਇੱਕ ਲੀਲਾ, ਇੱਕ ਸੁੰਦਰ ਖੇਡ ਕਰਨ ਲੱਗੇ ਹਨ। ਪਤਿਤ ਉਦਾਹਰਨ ਬਿਰਧ ਗਹੀਲਾ, ਕਹਿ ਲਗੇ ਪਤਿਤਾਂ ਨੂੰ ਉਦਾਹਰਨ ਵਾਲੇ, ਵੱਡੇ ਵੱਡੇ ਪਾਪੀਆਂ ਨੂੰ ਉਦਾਹਰਨ ਵਾਲੇ ਗੁਰੂ ਨਾਨਕ ਸਾਹਿਬ ਜੀ। ਬਿਰਧ ਗਹੀਲਾ, ਕਹਿ ਲਗੇ ਉਹਨਾਂ ਦਾ ਜਿਹੜਾ ਹੈ ਬਿਰਧ ਐਸਾ ਹੈ ਜੋ ਸਾਰਿਆਂ ਨੂੰ ਗਲੇ ਲਾ ਲੈਂਦੇ ਨੇ,
ਵੱਡੇ ਵੱਡੇ ਤੋਂ ਪਾਪੀ ਨੂੰ ਵੀ ਗਲੇ ਲਾ ਕੇ ਉਹਨੂੰ ਵੀ ਸੰਤ ਬਣਾ ਦਿੰਦੇ ਨੇ। ਐਸੇ ਹਨ ਗੁਰੂ ਨਾਨਕ ਸਾਹਿਬ ਜੀ। ਦੋਹਰਾ ਕਾਲੂ ਚੱਲ ਤਿਸ ਕੱਲ ਮੈਂ ਆਏ ਲਾਲ ਕੱਲ ਦੇਖ। ਮਹਿਤਾ ਕਾਲੂ ਜੀ ਚੱਲ ਕੇ ਆਏ, ਆ ਕੇ ਜਦੋਂ ਦੇਖਿਆ ਗੁਰੂ ਨਾਨਕ ਸਾਹਿਬ ਜੀ ਕਾਗਜ਼ਾਂ ਦਾ ਇੱਕ ਕਿਤਾਬ ਬਣਾ ਕੇ ਕੁੱਝ ਲਿਖ ਰਹੇ ਆ ਤੇ ਕੁੱਝ ਪੜ੍ਹ ਰਹੇ ਆ, ਜਦੋਂ ਐਸਾ ਦੇਖਿਆ ਬੋਲਿਓ ਬੋਲ ਬਿਲਾਸ ਕੇ ਪ੍ਰੇਮ ਤਰੇ ਜਿਉ ਬੇਖ। ਕਹਿ ਲੱਗੇ ਹੁਣ ਬੜੇ ਪ੍ਰੇਮ ਦੇ ਵਿੱਚ ਆ ਕੇ ਨਾ ਬਾਬਾ ਮਹਿਤਾ ਕਾਲੂ ਜੀ ਕਹਿੰਦੇ, ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਨੂੰ ਵੀ ਆ ਤੁਸੀਂ ਕੀ ਖੇਡ ਖੇਡ ਰਹੇ ਹੋ। ਉਹਦੇ ਖਿਆਲ ਬੱਚਿਆਂ ਵਾਂਗੂ ਕੀ ਹੋਗਾ, ਕੋਈ ਡਰਾਇੰਗ ਕਰਦੇ ਹੋਣਗੇ, ਰਾਏ ਬੱਚੇ ਐਂ ਕਰਦੇ ਆ ਕਿਤਾਬਾਂ ਨੂੰ ਲੈ ਕੇ ਕੀ ਕਰਦੇ ਆ, ਡਰਾਇੰਗ ਕਰ ਲੈਂਦੇ ਆ। ਉਹਨਾਂ ਦੇ ਡਰਾਇੰਗ ਦੇਖ ਕੇ ਵੀ ਜਿਹੜਾ ਹੈ ਇੱਕ ਇੱਕ ਲਾਈਨ 'ਚ ਗੋਲ ਜਿਹਾ ਪਾ ਕੇ, ਦੋ ਬਾਹਾਂ ਜਿਹਾ ਲਾ ਕੇ, ਤਿੰਨ ਲਾਈਨਾਂ ਚਾਰ ਲਾਈਨਾਂ ਨਾਲ ਇੱਕ ਬੰਦਾ ਬਣਾ ਦਿੰਦੇ ਨੇ, ਘਰ ਬਣਾਉਣਾ ਐਂ ਬਣਾ ਕੇ ਖਿੱਚ ਦਿੰਦੇ ਨੇ ਕੰਮ। ਸੋ ਉਹਨਾਂ ਦੇ ਖਿਆਲ ਵੀ ਐਸਾ ਕੁਛ ਡਰਾ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ। ਚੌਪਈ ਕਹਿ ਤਾਤ ਕਾਗਜ਼ ਕਰ ਲੀਨੇ। ਕਹਿ ਲਗੇ ਕਹੋ ਤਾਤ, ਕਹਿ ਲੇ ਹੇ ਪੁੱਤਰ ਤੂੰ ਇਹ ਕਾਗਜ਼ ਕਿਉਂ ਲਏ ਹਨ, ਕੀ ਕਰਦਾ ਇਹਨਾਂ ਦੇ ਨਾਲ? ਆਪਣੇ ਪੁੱਤਰ ਨੂੰ ਕਹਿੰਦੇ ਕਿ ਪੁੱਤਰ ਤੂੰ ਦੇਖ ਰਿਹਾ ਹੈ, ਤੂੰ ਕੰਸਨਟ੍ਰੇਟ ਕਰ ਰਿਹਾ ਹੈ, ਤੇਰਾ ਮਨ ਹੋਰ ਕਿਤੇ ਨਹੀਂ ਭੱਜ ਰਿਹਾ, ਤੂੰ ਇੰਨੀ ਕੰਸਨਟ੍ਰੇਸ਼ਨ ਨਾਲ ਕੀ ਲਿਖ ਰਿਹਾ ਤੇ ਕੀ ਪੜ੍ਹ ਰਿਹਾ। ਵਾਟ ਆਰ ਯੂ ਡੂਇੰਗ? ਫਿਰ ਰਿਦਾ ਲਗਾਇਓ ਕਾਗਜ਼ ਮਾਹੂ। ਕਿਉਂ ਤੇਰਾ ਇੰਨਾ ਧਿਆਨ, ਤੂੰ ਕੰਸਨਟ੍ਰੇਸ਼ਨ ਫੋਕਸ ਇਹ ਕਾਗਜ਼ ਉੱਤੇ ਲਾਇਆ ਹੋਇਆ? ਸੋ ਵਾਈ? ਜਿਵੇਂ ਆਪਣੇ ਬੱਚੇ ਹੈਡਫੋਨ ਤੇ ਲਾਉਂਦੇ ਨੇ ਸਿੰਦੇ। ਹਾਂਜੀ, ਜਿਉ ਪੰਡਿਤ ਬੇਦਾਂਤ ਵਿਚਾਰਤ। ਬੱਚਿਆਂ ਦਾ ਤਾਂ ਇੰਨਾ ਧਿਆਨ ਹੁੰਦਾ ਕਿ ਗੁਆਂਢੀਆਂ ਦਾ ਫੋਨ ਵੀ ਦੇਖੀ ਜਾਂਦੇ ਨੇ। ਹਾਂਜੀ, ਬੈਠੇ ਹੋਣਗੇ ਰਾਈਟ, ਉਹਨਾਂ ਦਾ ਇੰਨਾ ਧਿਆਨ ਹੁੰਦਾ, ਤੁਸੀਂ ਵੀ ਦੇਖਿਓ, ਤੁਸੀਂ ਫੋਨ ਕੱਢ ਲਓ, ਤੁਹਾਡੇ ਕੋਲੇ ਬੰਦਾ ਬੈਠਾ ਨਾ, ਥੋੜ੍ਹਾ ਥੋੜ੍ਹਾ ਐਂ ਉਹ ਦੇਖ ਹੀ ਲੈਂਦਾ ਵੀ ਮੈਂ ਵੀ ਦੇਖਾਂ ਕੀ ਕਰ ਰਿਹਾ। ਹਾਂਜੀ, ਸੋ ਸਾਰਿਆਂ ਨੂੰ ਉਹ ਹੁੰਦਾ ਵੀ ਇਹ ਕੀ ਕਰ ਰਿਹਾ ਜਦੋਂ ਮੈਂ ਨਹੀਂ ਕਰ ਰਿਹਾ। ਤਾਂ ਹੀ ਸੈਮਸੰਗ ਨੇ ਹੁਣ ਇੱਕ ਫੋਨ ਕਰਤਾ ਜਿਹੜਾ ਆਪਣੀ ਸਕਰੀਨ ਦੂਜੀ ਸਕਰੀਨ 'ਚ ਆ ਜਾਂਦੀ ਹੈ, ਉਹਨਾਂ ਨੇ ਉਹ ਗੱਲ ਨੂੰ ਨੋਟਿਸ ਕਰ ਲਿਆ ਜੀ। ਹਾਂਜੀ, ਸੋ ਇਸੇ ਤਰ੍ਹਾਂ ਹੀ ਜਿਹੜਾ ਹੈ, ਪਰ ਗੁਰੂ ਨਾਨਕ ਸਾਹਿਬ ਦਾ ਕੰਸਨਟ੍ਰੇਸ਼ਨ ਸਟ੍ਰੇਟ ਆ ਜੀ, ਨੈਵਰ ਮੂਵ, ਉੱਥੇ ਹੀ ਹੈ। ਫਿਰ ਨੈਕ ਨਮਨ ਕੋ ਕਿਤ ਹੂੰ ਟਾਰ। ਕਹਿੰਦੇ ਕੋਈ ਵੀ ਤੂੰ ਆਪਣੇ ਮਨ 'ਚ ਹੋਰ ਕੋਈ ਗੱਲ ਲਿਆ ਹੀ ਨਹੀਂ ਰਿਹਾ, ਇੰਨਾ ਤੂੰ ਧਿਆਨ ਨਾਲ ਬੈਠਾ ਹੈ ਬਾਬਾ ਮਹਿਤਾ ਕਾਲੂ, ਕਹਿੰਦੇ ਗੁਰੂ ਨਾਨਕ ਸਾਹਿਬ ਨੂੰ। ਫਿਰ ਸੁਣ ਕਰ ਪਿਤਾ ਬਚਨ ਕੋ ਬੋਲੇ। ਹੁਣ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਜਵਾਬ ਵਿੱਚ, ਅੰਸਰ ਵਿੱਚ ਕੀ ਕਹਿ ਰਹੇ ਨੇ? ਸੰਪਟ ਬਿਦਰਮ ਅੰਮ੍ਰਿਤ ਖੋਲੇ। ਕਹਿਣਗੇ ਮਹਾਰਾਜ ਆਪਣਾ ਮੂੰਹ ਖੋਲਿਆ ਬੋਲਣ ਵਾਸਤੇ। ਕਹਿੰਦੇ ਕਿ ਵਿੱਚ ਇੱਕ ਡੱਬਾ ਹੁੰਦਾ ਨੀ ਜਿਸ 'ਚ ਡਾਇਮੰਡਸ ਪਏ ਹੁੰਦੇ ਨੇ, ਜਦੋਂ ਡੱਬਾ ਖੋਲਦਾ ਇਮੀਡੀਏਟਲੀ ਯੂ ਸੀ ਦ ਡਾਇਮੰਡ ਸ਼ਾਈਨਿੰਗ। ਕਹਿਣ ਲੱਗੇ ਇਸ ਤਰ੍ਹਾਂ ਗੁਰੂ ਮਹਾਰਾਜ ਦਾ ਮੂੰਹ ਖੁੱਲਿਆ ਤੇ ਹੁਣ ਬਚਨ ਆਉਣ ਲੱਗੇ ਨੇ। ਸਪਤ ਸਲੋਕੀ ਪੜ੍ਹੋ ਗੀਤਾ। ਮਹਾਰਾਜ ਪਤਾ ਕੀ ਕਹਿਣ ਲੱਗੇ? ਕਹਿੰਦੇ ਪਿਤਾ ਜੀ, ਅਸੀਂ ਸਪਤ ਸਲੋਕੀ ਗੀਤਾ ਪੜ੍ਹ ਰਹੇ ਹਾਂ। ਸਪਤ ਸਲੋਕੀ ਗੀਤਾ, ਓਕੇ। ਹੁਣ ਗੀਤਾ ਜਿਹੜੀ ਹੈ 18 ਚੈਪਟਰਸ ਵਿੱਚ ਲਿਖੀ ਹੈ, 18 ਚੈਪਟਰਸ ਨੇ ਗੀਤਾ, ਰਾਈਟ। ਉਹਦੇ ਵਿੱਚ 700 ਸਲੋਕ ਨੇ, 700 ਸਲੋਕ ਗੀਤਾ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 574 ਕ੍ਰਿਸ਼ਨਾ ਦੇ ਨੇ, ਕ੍ਰਿਸ਼ਨਾ ਨੇ ਲਿਖੇ, ਜਿਹੜੇ ਕ੍ਰਿਸ਼ਨਾ ਨੇ ਉਚਾਰੇ ਜਾਂ ਲਿਖੇ ਸਲੋਕ, ਉਹਨਾਂ ਤੋਂ ਇਲਾਵਾ ਅਤੇ ਅਰਜੁਨ ਦੇ ਨੈਕਸਟ ਹਾਈਐਸਟ ਨੇ ਕਿ 84 ਜਿਹੜਾ ਹਨ, ਜਿਹੜੇ ਸਲੋਕ ਅਰਜੁਨ ਦੇ ਨੇ। ਉਹ ਤੋਂ ਬਾਅਦ ਜਿਹੜਾ ਸੰਜੇ ਸੀਗਾ, ਸੰਜੇ ਮੀਨਸ ਹੀ ਵਾਸ ਐਕਚੁਲੀ ਦ ਵਨ ਹੂ ਵਾਸ ਨੈਰੇਟਿੰਗ ਦ ਹੋਲ ਇੰਸੀਡੈਂਟ ਵਟ ਵੈਨ ਔਨ ਇਨ ਮਹਾਭਾਰਤ ਟੂ ਧਰਿਸ਼ਟਰ, ਉਹ ਰਾਜੇ ਨੂੰ ਦੱਸ ਰਿਹਾ ਸੀਗਾ, ਉਹ ਸੰਜੇ ਸੀਗਾ ਜੋ ਧਰਿਸ਼ਟਰ ਦਾ ਚੈਰੀਏਟਰ ਸੀਗਾ। ਸੋ ਉਹ ਸੰਜੇ ਦੇ ਕਹਿੰਦੇ 41 ਸਲੋਕ ਸੰਜੇ ਦੇ ਨੇ, ਅਤੇ ਜਿਹੜਾ ਧਰਿਸ਼ਟਰ ਸੁਣ ਰਿਹਾ ਹੈ ਨਾ ਸਾਰੀ ਕਥਾ ਜੋ ਵੀ ਮਹਾਭਾਰਤ ਦੇ ਜੰਗ ਵਿੱਚ ਹੋਈ, ਧਰਿਸ਼ਟਰ ਦਾ ਇੱਕ ਸਲੋਕ ਹੈ। ਸੋ ਆਲ ਟੂਗੈਦਰ 700 ਸਲੋਕ ਨੇ। ਨਾ ਸਪਤ ਸਲੋਕੀ ਗੀਤਾ ਜਿਹੜੀ ਹੈ ਉਹ ਸਾਰੀ ਗੀਤਾ ਦਾ ਜੇ ਐਸੈਂਸ ਕੱਢਣਾ ਹੋਵੇ ਇਨ ਅ ਸ਼ੋਰਟ ਇਨ ਅ ਸਮਰਾਈਜ਼ ਵਰਸ਼ਨ, ਉਹਨੂੰ ਸਪਤ ਸਲੋਕੀ ਗੀਤਾ ਕਹਿੰਦੇ। ਸੋ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਅੱਡ ਅੱਡ ਹੈਗੇ ਆ, ਦੱਸਣ ਦੀ ਲੋੜ ਨਹੀਂ ਮੈਂ ਕਿਹਾ। ਹਾਂਜੀ, ਸੋ 7 ਹੈਗੇ ਨੇ। ਮਹਾਨ ਕੋਸ਼ ਨੇ ਦੱਸੇ ਆ ਕਿ ਉਮਤੇ ਕਾਕਰੰਗ ਉਹ ਇੱਕ ਬਣ ਜਾਂਦਾ ਜਿਹੜਾ ਕਿ ਅਧਿਆਏ 8 ਸਲੋਕ 13 ਦਾ ਹੈ। ਫਿਰ ਦੂਜਾ ਉਹਦੇ ਵਿੱਚ ਆਉਂਦਾ ਹੈ ਸਥਾਨੇ ਮੀਨਸ ਅਧਿਆਏ 11 ਸਲੋਕ ਨੰਬਰ 36, ਓਕੇ। ਫਿਰ ਆਉਂਦਾ ਹੈ ਜੀ ਸੁਰਤ ਕੀ ਹੈ ਜਿਹੜਾ ਅਧਿਆਏ 13 ਐਂਡ ਸਲੋਕ ਨੰਬਰ 14, ਓਕੇ। ਫਿਰ ਆਉਂਦਾ ਹੈ ਜੀ ਕਵਿਅੰਗ ਜਿਹੜਾ ਹੈ ਇਹ ਆਉਂਦਾ ਹੈ ਅਧਿਆਏ 8 ਸਲੋਕ ਨੰਬਰ 9। ਫਿਰ ਆ ਗਿਆ ਜੀ ਉਧਰ ਮੂਲੰਗ ਜਿਹੜਾ ਹੈ ਉਹ ਅਧਿਆਏ 15 ਸਲੋਕ 1 ਨੰਬਰ 6। ਸਰਵਿਆ ਜਿਹੜਾ ਹੈ ਅਧਿਆਏ 15 ਸਲੋਕ ਨੰਬਰ 15। ਹੁਣ ਅਖੀਰਲਾ ਆਉਂਦਾ ਹੈ ਮਨ ਮਨਾ ਭਾਵ
ਮਨ ਮਨਾ ਭਾਵ ਜਿਹੜਾ ਹੈ ਇਹ ਆਉਂਦਾ ਹੈ ਅਧਿਆਇ 9 ਸਲੋਕ ਨੰਬਰ 34 ਇਹ ਸਪਤ ਸਲੋਕੀ ਗੀਤਾ ਹੈ ਹੁਣ ਜੇ ਆਪਾਂ ਦੇਖੀਏ ਨਾ ਵੱਡੇ ਤੋਂ ਵੱਡੇ ਗਿਆਨੀ ਲੋਕ ਜਿਹੜੇ ਹੁੰਦੇ ਆ ਨਾ ਗੀਤਾਂ ਨੂੰ ਪੜ੍ਹਨ ਵਾਲੇ ਜੇ ਉਹਨਾਂ ਨੂੰ ਕਹੇ ਤੁਸੀਂ ਸਪਤ ਸਲੋਕੀ ਗੀਤਾ ਪੜ੍ਹੋ ਅਤੇ ਅਰਥ ਕਰੋ ਨਾ ਬੰਦਾ ਹਿੱਲ ਜਾਂਦਾ ਜਿਸ ਇਮੇਜਿਨ ਫਰੋਮ ਸ੍ਰੀ ਗੁਰੂ ਗ੍ਰੰਥ ਸਾਹਿਬ ਯੂ ਜਸਟ ਟੇਕ ਆਊਟ 7 ਸਲੋਕ ਫਰੋਮ ਆਲ ਓਵਰ ਦ ਪਲੇਸ ਐਂਡ ਯੂ ਰਿਮੈਂਬਰ ਜਿਵੇਂ ਆਪਾਂ ਪੜ੍ਹਦੇ ਹਾਂ ਸ਼ਬਦ ਹਜ਼ਾਰੇ ਰਾਈਟ ਉਹ ਡਿਫਰੈਂਟ ਡਿਫਰੈਂਟ ਪਾਸਿਆਂ ਤੋਂ ਕੱਢ ਕੇ ਉਹ ਬਾਣੀ ਇਕੱਠੀ ਕੀਤੀ ਹੋਈ ਹੈ ਰਾਈਟ ਸੋ ਉਹੀ ਸਿਸਟਮ ਹੈ ਇਹ ਸ਼ਬਦ ਸਲੋਕੀ ਗੀਤਾ ਦਾ ਹੁਣ ਗੁਰੂ ਨਾਨਕ ਸਾਹਿਬ 5 ਸਾਲ ਦੀ ਉਮਰ ਵਿੱਚ ਮਹਾਰਾਜ ਕਹਿੰਦੇ ਮੈਂ ਸਪਤ ਸਲੋਕੀ ਗੀਤਾ ਪੜ੍ਹ ਰਿਹਾ ਅਤੇ ਲਿਖ ਰਿਹਾ ਫਿਰ ਅਰਥ ਵਿਚਾਰੋ ਤੇ ਕਰ ਪ੍ਰੀਤਾ ਹੁਣ ਮੈਂ ਲਿਖ ਕੇ ਮੈਂ ਉਹਦੇ ਅਰਥਾਂ ਦੀ ਵਿਚਾਰ ਕਰ ਰਿਹਾ ਗੁਰੂ ਨਾਨਕ ਸਾਹਿਬ ਜੀ ਨਾ 5 ਈਅਰਸ ਕੋਲ ਹੀ ਨਾ ਕਿਤੇ ਸੰਸਕ੍ਰਿਤ ਪੜ੍ਹੀ ਨਾ ਕੁਛ ਨਾ ਤੇ ਕਹਿੰਦੇ ਮੈਂ ਉਹਦੀ ਵਿਚਾਰ ਕਰ ਰਿਹਾ ਫਿਰ ਜਿਸਕੇ ਪੜ੍ਹਨ ਵਿਚਾਰਨ ਕਰਕੇ ਇਹ ਸਪਤ ਸਲੋਕੀ ਗੀਤਾ ਦੇ ਜਿਹੜਾ ਹਨ ਪੜ੍ਹਨ ਕਰਕੇ ਵਿਚਾਰਨ ਕਰਕੇ ਸ਼ੁਭ ਮਾਰਗ ਪਰ ਹੈ ਹਿਤ ਤਰਕੇ ਕਹਿੰਦੇ ਜੋ ਵੀ ਨੂੰ ਪੜ੍ਹਦਾ ਹੈ ਉਹਨੂੰ ਚੰਗਾ ਮਾਰਗ ਮਿਲਦਾ ਹੈ ਹੀ ਹੈਜ਼ ਦ ਲਵ ਫੋਰ ਦ ਪਾਥ ਆਫ ਵਾਹਿਗੁਰੂ ਉਹਨੂੰ ਵਾਹਿਗੁਰੂ ਦੇ ਪਾਥ ਦਾ ਲਵ ਉਹਨੂੰ ਪ੍ਰਾਪਤ ਹੁੰਦਾ ਇਸ ਕਰਕੇ ਮੈਂ ਪੜ੍ਹ ਰਿਹਾ ਗੁਰੂ ਨਾਨਕ ਸਾਹਿਬ ਨੇ ਐਸਾ ਕਿਹਾ ਦੋਹਰਾ ਕਾਲੂ ਔਰ ਅਚਰਜ ਕਰਤ ਅਚਰਜ ਬਚਨ ਸੁਨੇ ਜੂ ਜੋ ਗੱਲ ਭਾਈ ਬਾਬਾ ਮੈਂ ਤਾਂ ਕਾਲੂ ਜੀ ਨੇ ਜੋ ਇਹ ਸੁਣਿਆ ਨਾ ਹੀ ਗੋਟ ਸ਼ੌਕ ਕਿਉਂਕਿ ਵੱਡੇ ਵੱਡੇ ਪੰਡਿਤ ਵੀ ਹਿੱਲ ਜਾਂਦੇ ਆ ਇਹ ਪੜ੍ਹਨ ਤੋਂ ਕਹਿੰਦੇ ਔਰ ਅਚਰਜ ਕਰਤ ਬਹੁਤ ਹੈਰਾਨ ਹੋਇਆ ਹੈਰਾਨ ਹੋ ਕੇ ਕਹਿਣ ਜਗੇ ਹੈਰਾਨ ਵਾਲੇ ਬਚਨ ਸੁਣੇ ਜੀ ਪਹਿਲੀ ਵਾਰੀ ਆਪਣੇ ਬੱਚੇ ਤੋਂ ਫਿਰ ਲਖਣੇ ਕੀ ਲਾਲਸ ਲੱਗੀ ਕੁਰ ਕੀ ਸੱਚ ਪਨੇ ਜੂ ਹੁਣ ਇੱਕ ਡਾਊਟ ਵੀ ਆਇਆ ਕਹਿੰਦੇ ਇਹ ਸੱਚ ਬੋਲਦਾ ਹੋਊਗਾ ਕਿਤੇ ਪੰਡਿਤ ਤੋਂ ਸੁਣ ਕੇ ਆਇਆ ਹੋਣਾ ਸ਼ਬਦ ਸਲੋਕੀ ਗੀਤਾ ਹੁੰਦੀ ਹੈ ਹਾਂਜੀ ਜਾਣ ਕੇ ਹੁਣ ਕੁਛ ਡਰਾਅ ਕਰੀ ਜਾਂਦਾ ਅਤੇ ਮੈਨੂੰ ਦੱਸੀ ਜਾਂਦਾ ਹਾਂਜੀ ਹੁਣ ਜਿਹੜਾ ਹੈ ਮਹਿਤਾ ਕਾਲੂ ਦੇ ਮਨ 'ਚ ਡਾਊਟ ਆ ਗਿਆ ਡਾਊਟ ਕਹਿੰਦੇ ਵੀ ਇਹ ਕਿਵੇਂ ਪੜ੍ਹ ਲਈਏ ਨੇ ਅਤੇ ਇਹ ਹੁਣ ਕਲੀਅਰ ਕਰਨ ਵਾਸਤੇ ਵੀ ਇਹ ਸੱਚ ਕੇ ਝੂਠ ਬਾਬਾ ਮਹਿਤਾ ਕਾਲੂ ਜੀ ਨੇ ਕੀ ਕੀਤਾ ਜੀ ਚੌਪਈ ਮੁਝ ਕੋ ਪੜ੍ਹ ਕਰ ਦੇਹੋ ਸੁਣਾਈ ਦੇਖੋ ਕਹਿੰਦੇ ਬੇਟਾ ਮੈਨੂੰ ਪੜ੍ਹ ਕੇ ਸੁਣਾ ਕਹਿੰਦੇ ਮੈਨੂੰ ਪੜ੍ਹ ਕੇ ਸੁਣਾ ਹੁਣ ਸਪਤ ਸਲੋਕੀ ਗੀਤਾ ਅਤੇ ਅਰਥ ਮੈਨੂੰ ਪੜ੍ਹ ਕੇ ਸੁਣਾ ਫਿਰ ਅਰਥ ਪਨਹੋ ਜੋ ਪਰ ਹੈ ਲਿਖਾਈ ਜਿਵੇਂ ਤੂੰ ਇਹ ਅਰਥਾਂ ਨੂੰ ਅੰਡਰਸਟੈਂਡ ਕੀਤਾ ਮੈਨੂੰ ਉਵੇਂ ਪੜ੍ਹ ਕੇ ਸੁਣਾ ਇਹਦੇ ਅਰਥ ਵੀ ਦੱਸ ਅੱਜ ਦੇ ਬੱਚੇ ਨੂੰ ਤੁਸੀਂ ਇੱਕ ਸ਼ਬਦ ਲੈ ਲਓ ਗੁਰਬਾਣੀ ਦਾ ਉਹਦੇ ਅਰਥ ਕਰਾ ਕੇ ਦਿਖਾ ਦਿਓ 5 ਸਾਲਾਂ ਦੇ ਅੱਗੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਪਿਤਾ ਕਹਿੰਦੇ ਸ਼ਬਦ ਸਲੋਕੀ ਦੇ ਪੜ੍ਹ ਕੇ ਅਤੇ ਉਹਦੇ ਅਰਥ ਕਰਾ ਫਿਰ ਸੁਨ ਪਿਤ ਕੀ ਬਾਣੀ ਸੁਖ ਖਾਣੀ ਜਦੋਂ ਇਹ ਸੁਣੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਦੀ ਬਾਣੀ ਬੋਲ ਅਰਥ ਕਹਿਤ ਭੇਜੇ ਦੁੱਖ ਗਾਹਣੀ ਅਰਥ ਕਹਿਤ ਗੁਰੂ ਨਾਨਕ ਸਾਹਿਬ ਨੇ ਪੜ੍ਹ ਵੀ ਦਿੱਤੀ ਉਹਦੇ ਅਰਥ ਵੀ ਸੁਣਾਤੇ ਜੀ ਬਾਬਾ ਮਹਿਤਾ ਕਾਲੂ ਜੀ ਨੂੰ ਅਰਥ ਬਖਾਨਿਓ ਸਤਿਗੁਰ ਪੂਰੇ ਜਦੋਂ ਅਰਥ ਪੂਰੇ ਗੁਰੂ ਨੇ ਜਦੋਂ ਅਰਥ ਦੱਸੇ ਗੁਰੂ ਨਾਨਕ ਸਾਹਿਬ ਜੀ ਨੇ ਪਵ ਤਾਰਨ ਕੋ ਜੇ ਪਦ ਰੂਰੇ ਕਹਿਣਗੇ ਜਿਹਨਾਂ ਨੂੰ ਸੁਣ ਕੇ ਨਾ ਬੰਦਾ ਨਾ ਉਸੇ ਵੇਲੇ ਤਰ ਜਾਂਦਾ ਹੈ ਸੰਸਾਰ ਤੋਂ ਐਸੇ ਅਰਥ ਮਹਾਰਾਜ ਨੇ ਸ਼ਬਦ ਸਲੋਕੀ ਗੀਤਾ ਦੇ ਸੁਣਾਤੇ ਬਚਨ ਬਦਤ ਅਦਭੁਤ ਲੱਗ ਗੀਤਾ ਕਹਿੰਦੇ ਬਚਨ ਬਦਤ ਬਚਨ ਬੋਲ ਰਹੇ ਨੇ ਅਦਭੁਤ ਲੱਗ ਗੀਤਾ ਛੋਟੀ ਜਿਹੀ ਗੀਤਾ ਸਪਤ ਸਲੋਕਾਂ ਦੀ ਗੀਤਾ ਨੂੰ ਲੈ ਕੇ 7 ਸਲੋਕਾਂ ਵਾਲੀ ਨੂੰ ਮਹਾਰਾਜ ਨੇ ਅਦਭੁਤ ਦਾ ਜਿਹੜਾ ਹੈ ਹੈਰਾਨ ਕਰਨ ਵਾਲਾ ਉਪਦੇਸ਼ ਦੇ ਦਿੱਤਾ ਫਿਰ ਸੁਨਤ ਤਾਤ ਮ੍ਰਿਗ ਕੰਟਕ ਪ੍ਰੀਤਾ ਇਹਨੂੰ ਬਾਬਾ ਮਹਿਤਾ ਕਾਲੂ ਜੀ ਕਿਵੇਂ ਸੁਣਦੇ ਨੇ ਜਿਵੇਂ ਇੱਕ ਡੀਅਰ ਕੰਡੇ ਹੇੜੇ ਦਾ ਸ਼ਬਦ ਸੁਣਦਾ ਦਮੀ ਸਿੱਖੀ ਫਿਰ ਡੀਅਰ ਬਸ ਸੁਣੀ ਜਾਂਦਾ ਇੱਕ ਇੱਕ ਸ਼ਬਦ ਸੁਣਿਆ ਜੀ ਜੋ ਗੁਰੂ ਨਾਨਕ ਸਾਹਿਬ ਨੇ ਦੱਸਿਆ ਪ੍ਰਥਮ ਪਾਠ ਕਰ ਪਰਮ ਪ੍ਰਵੀਨਾ ਹੁਣ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਸੁਣਾਇਆ ਪਹਿਲਾਂ ਪਾਠ ਪੜ੍ਹਿਆ ਉਹਦਾ ਮੂਲ ਜਿਹੜਾ ਪਾਠ ਹੁੰਦਾ ਜਿਵੇਂ ਆਪਾਂ ਪੜ੍ਹਦੇ ਹਾਂ ਹਾਂਜੀ ਮੂਲ ਪਾਠ ਉਹਦਾ ਪੜ੍ਹ ਕੇ ਗਿਰਾ ਮਧੁਰ ਸੁੰਦਰ ਰਸ ਲੀਨਾ ਗਿਰਾ ਸੁੰਦਰ ਬਹੁਤ ਸੁੰਦਰ ਬਾਣੀ ਮਿੱਠੀ ਆਵਾਜ਼ ਵਿੱਚ ਉਹ ਸੰਸਕ੍ਰਿਤ ਦੇ ਸਲੋਕ ਪੜ੍ਹੇ ਗੁਰੂ ਨਾਨਕ ਸਾਹਿਬ ਜੀ ਨੇ ਬਰ ਅਰਥ ਕਰ ਸਭ ਸਮਝਾਇਆ ਫਿਰ ਉਹਦੇ ਅਰਥ ਕੀਤੇ ਉਹਦੇ ਮੀਨਿੰਗ ਕੀਤੇ ਮੀਨਿੰਗ ਕਰਕੇ ਦੱਸੇ ਜੀ ਤਤਪਰਿਯ ਜੋ ਤੈ ਮੈਂ ਪਾਇਓ ਕਹਿਣਗੇ ਫਿਰ ਉਹਦਾ ਨਿਚੋੜ ਦੱਸਿਆ ਵੀ ਇਹ ਸਾਰੇ ਦਾ ਉਪਦੇਸ਼ ਕੀ ਹੈ ਸਮਰਾਈਜ਼ ਵਰਸ਼ਨ ਦ ਕੰਕਲੂਸ਼ਨ ਉਹ ਵੀ ਦੱਸਿਆ ਜੀ ਸੋ 3 ਚੀਜ਼ਾਂ ਹੁੰਦੀਆਂ ਸੋ ਇੱਥੇ ਭਾਈ ਸੰਤੋਖ ਸਿੰਘ ਨੇ ਦੱਸਿਆ ਇੱਕ ਤਾਂ ਮੂਲ ਪਾਠ ਹੁੰਦਾ ਇੱਕ ਅਰਥ ਹੁੰਦੇ ਨੇ ਇੱਕ ਨਿਚੋੜ ਹੁੰਦਾ ਸੋ ਵੈਨ ਐਵਰ ਯੂ ਡੂ ਕਥਾ ਯੂ ਹੈਵ ਟੂ ਹੈਵ ਦਿਸ 3 ਇਨ ਗੁਰਬਾਣੀ ਉਹਦਾ ਨਿਚੋੜ ਵੀ ਦੱਸਣਾ ਪੈਂਦਾ ਸੋ ਕਹਿੰਦੇ ਨਿਚੋੜ ਵੀ ਦੱਸ ਦਿੱਤਾ ਜੀ ਸਾਰਾ ਸੁਣ ਕਰ ਕਾਲੂ ਕਰਤ ਵਿਚਾਰਾ ਇਹ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਵਿਚਾਰ ਕੀਤੀ ਜੀ ਮਨ ਵਿੱਚ ਸੋਚਣ ਲੱਗਿਆ ਕੀ ਸੋਚਿਆ ਪੁਣ ਪਾਂਦੇ ਕੋ ਬਚਨ ਚਿਤਾਰਾ ਕਹਿਣ ਲੱਗੇ ਹੁਣ ਉਹਨਾਂ ਨੂੰ ਬਚਨ ਯਾਦ ਆ ਗਏ ਪੰਡਿਤ ਹਰਦਿਆਲ ਹੁਣ ਪੰਡਿਤ ਹਰਦਿਆਲ ਦੇ ਬਚਨ ਯਾਦ ਆ ਗਏ ਉਹ ਤਾਂ ਹੈਰਾਨ ਹੋ ਗਿਆ ਸੁਣ ਕੇ ਹਾਂਜੀ ਫਿਰ ਸਤ ਬਦਤ ਮਤ ਮਿਤ ਅਤ ਯਾਕੀ ਕਹਿਣ ਲੱਗੇ ਸਤ ਬਦਤ ਕਹਿਣ ਲੱਗੇ ਪੰਡਿਤ ਹਰਦਿਆਲ ਨੇ ਠੀਕ ਹੈ ਸੱਚ ਦੱਸਿਆ ਸੀਗਾ ਇਹਦੀ ਮਤ ਜਿਹੜੀ ਹੈ ਅਨੰਤ ਬੁੱਧੀ ਹੈ ਦੇਰ ਇਜ਼ ਨੋ ਲਿਮਿਟ ਟੂ ਹਿਸ ਇੰਟਲੈਕਟ ਕਿ ਕਿਹੋ ਜਿਹੀ ਇੰਟਲੈਕਟ ਹੋਊਗੀ ਜਿਹੜੀ ਇਹ ਉਮਰ 'ਚ ਸੰਸਕ੍ਰਿਤ ਦੇ ਸਲੋਕ ਪੜ੍ਹ ਅਰਥ ਪੜ੍ਹ
ਹੈ ਨਾ, ਅੱਜ ਕੱਲ੍ਹ ਵੱਡੇ ਵੱਡੇ ਪੰਡਿਤ ਵੀ ਹਿੱਲ ਜਾਂਦੇ ਆ ਨਾ, ਬਿਕੋਜ਼ ਦ ਮੀਨਿੰਗਸ ਆਰ ਵੈਰੀ ਡੀਪ ਆ ਇਹਨਾਂ ਦੇ ਮੀਨਿੰਗ. ਇੱਕ ਤਾਂ ਸੰਸਕ੍ਰਿਤ ਬੋਲੀ ਨੂੰ ਮਾਸਟਰ ਕਰਨਾ ਇੱਕ ਪ੍ਰੋਬਲਮ ਆ, ਹਾਂਜੀ, ਫਿਰ ਉਹਨੂੰ ਪੜ੍ਹਨਾ ਇੱਕ ਸ਼ੁੱਧ ਕਰਕੇ ਪੜ੍ਹਨਾ ਇੱਕ ਇਸ਼ੂ ਹੈ, ਦੂਜਾ ਉਹਦੇ ਅਰਥ ਕਰਦੇ ਨੇ, ਦੈਟਸ ਬਿਯੋਂਡ. ਐਂਡ ਦੈਨ ਈਵਨ ਗ੍ਰੇਟਰ ਇਜ਼ ਵਾਟ ਦ ਨਿਚੋੜ, ਉਹ ਨਿਚੋੜ ਕਰਕੇ ਦੇ ਦੇਣਾ. ਫਿਰ ਬਹਿ ਲੱਗ ਮੈਂ ਏਤੀ ਮਤ ਕਾ ਕਹਿ ਲਗੇ, ਇੰਨੀ ਛੋਟੀ ਉਮਰ ਵਿੱਚ ਏਡੀ ਵੱਡੀ ਮਤ, ਐਂਡ ਹਾਊ ਕੁਡ ਹੀ ਹੈਵ ਦਿਸ ਵਿਜ਼ਡਮ, ਵੀ ਇੰਨਾ ਕੁਝ ਜਾਣਦਾ ਹੈ. ਫਿਰ ਦੋਹਰਾ ਜਨਕ ਗਯੋ ਸੁਨ ਕਰ ਸਦਨ ਨਾਨਕ ਜਨਨੀ ਸੰਗ. ਹੁਣ ਕੀ ਹੋਇਆ, ਬਾਬਾ ਮਹਿਤਾ ਕਾਲੂ ਜੀ ਇਹ ਸਪਤ ਸਲੋਕੀ ਗੀਤਾ ਦੇ ਅਰਥ ਸੁਣ ਕੇ ਨਾ ਮਾਤਾ ਤ੍ਰਿਪਤਾ ਜੀ ਕੋਲ ਗਏ ਜੀ ਘਰੇ. ਹੁਣ ਜਾ ਕੇ ਮਾਤਾ ਤ੍ਰਿਪਤਾ ਜੀ ਨਾਲ ਬਹਿ ਕੇ ਕੁਝ ਗੱਲ ਕਰਨ ਲੱਗੇ ਜੀ. ਬਚਨਨ ਸੋ ਬਰਨਨ ਕਰੀ ਸਭ ਬਿਦਰੀ ਦੇ ਉਮੰਗ. ਕਹਿ ਲਗੇ ਉਹਨਾਂ ਦੇ ਮਨ ਚ ਚਾਹ ਆਇਆ ਵੀ ਮੈਂ ਕਿਸੇ ਦਾ ਸ਼ਹਿ ਕਰਾਂ ਗੱਲ. ਕਿਹਦੇ ਨਾਲ ਸ਼ਹਿ ਕਰਨੀ ਸੀ? ਮਾਤਾ ਤ੍ਰਿਪਤਾ ਜੀ ਨਾਲ ਹੀ ਕਰਨੀ ਸੀ. ਜਾ ਕੇ ਮਾਤਾ ਤ੍ਰਿਪਤਾ ਜੀ ਦੇ ਕੋਲ ਜਾ ਕੇ ਉਹਨਾਂ ਨਾਲ ਡਿਸਕਸ਼ਨ ਕੀਤਾ ਤੇ ਕੀ ਦੱਸਦੇ ਹਨ. ਚੌਪਈ ਪ੍ਰਥਮ ਜੋਤ ਕੀ ਗੁਣ ਗਣ ਗਾਏ. ਕਹਿ ਲਗੇ ਪਹਿਲਾਂ ਤਾਂ ਇਹ ਹੋਇਆ ਐਸਟ੍ਰੋਲੋਜੀ ਦੇ ਤਰੀਕੇ ਨਾਲ ਉਹ ਪੰਡਿਤ ਹਰਦਿਆਲ ਨੇ ਸਾਰੇ ਗੁਣ ਗੁਰੂ ਨਾਨਕ ਸਾਹਿਬ ਦੇ ਦੱਸੇ ਵੀ ਇਹ ਕੋਈ ਪਰਮਾਤਮਾ ਦਾ ਰੂਪ ਹੈ, ਕੋਈ ਅਵਤਾਰ ਹੈ. ਇਹ ਸ਼ੁਭ ਲੱਛਣ ਸਭ ਅੰਗ ਬਤਾਏ. ਫਿਰ ਇਹਨਾਂ ਦੇ ਅੰਗ, ਇਹਨਾਂ ਦਾ ਸਰੀਰ ਸੀ ਜਿਹੜਾ ਹੁਣ ਬਾਹਾਂ ਗੋਡਿਆਂ ਤੱਕ ਲੰਮੀਆਂ, ਐਂਡ ਆਲ ਦਾ ਬੋਡੀ ਦੇ ਜਿਹੜੇ ਸਾਈਨ ਸੀਗੇ ਉਹ ਦੱਸੇ ਜੀ ਪੰਡਿਤ ਹਰਦਿਆਲ ਨੂੰ. ਪੁਨ ਪਾਂਦੇ ਗੋਪਾਲ ਬਖਾਣਾ. ਫਿਰ ਕਹਿੰਦੇ ਪੰਡਿਤ ਗੋਪਾਲ ਨੇ ਉਹਨੇ ਦੱਸਿਆ ਰੀਜ਼ਨ ਲਈ, ਜਿਹੜਾ ਹੈ ਗੋਪਾਲ ਪਾਂਦੇ ਨੇ ਦੱਸਿਆ ਜੀ. ਸੁਤ ਤੁਮਰੋ ਅਤਿਸ਼ੈ ਮਤਵਾਨ. ਉਹਨੇ ਕੀ ਦੱਸਿਆ ਵੀ ਤੇਰਾ ਸੁਤ ਬਹੁਤ ਹੁਸ਼ਿਆਰ ਹੈ, ਬਹੁਤ ਇੰਟੈਲੀਜੈਂਟ ਹੈ, ਹਾਂਜੀ, ਬਹੁਤ ਵੱਡੀ ਮਤ ਵਾਲਾ ਹੈ. ਅਬ ਬਾਰਿਕ ਮੈਂ ਕਾਗਜ਼ ਲੀਨੇ. ਹੁਣ ਕਹਿੰਦੇ ਕਾਗਜ਼ ਲੈ ਕੇ ਥੋੜੇ ਬਹੁਤੇ ਇਕੱਠੇ ਕਰਕੇ. ਖੇਲਤ ਹੁਤੋ ਪ੍ਰੀਤ ਚਿਤ ਚੀਨੇ. ਮੈਂ ਸੋਚਿਆ ਵੀ ਖੇਡ ਰਿਹਾ ਕਾਗਜ਼ ਇਕੱਠੇ ਕਰਕੇ ਵੀ ਕੁਝ ਖੇਡ ਰਿਹਾ. ਕਹਿੰਦੇ ਬੜੀ ਪ੍ਰੀਤ ਬੜੇ ਚਿੱਤ ਬੜੇ ਇੰਟਰਸਟ ਦੇ ਨਾਲ ਉਹ ਕਾਗਜ਼ਾਂ ਨੂੰ ਇਕੱਠੇ ਕਰਕੇ ਕੁਝ ਲਿਖ ਰਿਹਾ ਸੀਗਾ. ਮੈਂ ਬੁਝਿਓ ਕਿਆ ਕਲਹਿ ਕਿਲਹਿ ਤਾਤਾ. ਮੈਂ ਪੁੱਛਿਆ ਜਾ ਕੇ ਵੀ ਤੂੰ ਕੀ ਖੇਡ ਰਿਹਾ. ਦੇਖੋ ਸ਼ਬਦ ਵਰਤਿਆ ਵੀ ਖੇਡਣ ਦਾ, ਹੀ ਡਿਡਨਟ ਨੋ ਦੈਟ ਹੀ ਇਜ਼ ਰਾਈਟਿੰਗ ਗੀਤਾ. ਸੋ ਕਹਿੰਦੇ ਵੀ ਤੂੰ ਕੀ ਖੇਡ ਰਿਹਾ. ਫਿਰ ਸੁੰਦਰ ਗਿਰਾ ਕਈ ਸੁਖਦਾਤਾ. ਕਹਿ ਲਗੇ ਉਹਨਾਂ ਨੇ ਸੁੰਦਰ ਕਥਾ ਕੀਤੀ, ਜਿਹੜੇ ਹਨ ਸੁਖਦਾਤਾ ਪਰਮਾਤਮਾ ਦੀ ਉਸਤਤ ਕੀਤੀ. ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁੱਖਾਂ ਦਾ ਦਾਤਾ ਪਰਮਾਤਮਾ ਦੇ ਬਾਰੇ ਦੱਸਿਆ. ਸਪਤ ਸ਼ਲੋਕੀ ਗੀਤਾ ਪਾਕੀ. ਕਹਿੰਦੇ ਸਪਤ ਸ਼ਲੋਕੀ ਗੀਤਾ ਅਰਥ ਕਰਕੇ ਦੱਸੇ ਜੀ. ਜਨ ਪੰਡਿਤ ਤੇ ਪੜ੍ਹ ਕਰ ਰਾਖੀ. ਕਹਿੰਦਾ ਆਹੀ ਲੱਗਦਾ ਜਿਵੇਂ ਕੋਈ ਵੱਡੇ ਪੰਡਿਤ ਤੋਂ ਸਿੱਖ ਕੇ ਇਹਨੇ ਯਾਦ ਕੀਤਾ ਹੁੰਦਾ, ਐਂ ਲੱਗਦਾ. ਸੀ ਆ ਲਰਨਿੰਗ ਅ ਕਥਾ ਇਜ਼ ਵਨ ਥਿੰਗ, ਬਟ ਮੈਮੋਰਾਈਜ਼ਿੰਗ ਐਵਰੀ ਵਰਡ ਇਜ਼ ਨਾਟ ਈਜ਼ੀ. ਐਸ ਦੇਰ ਵਾਸ ਨੋ ਰੈਫਰੈਂਸ ਫੋਰ ਹਿਮ. ਗੁਰੂ ਨਾਨਕ ਨੇ ਕਿਹੜੇ ਕਾਪੀ ਕੀਤਾ, ਮੂਰੀ ਗੀਤਾ ਰੱਖ ਕੇ ਲਿਖ ਦਿੱਤਾ. ਹੀ ਡਿਡਨਟ ਡੂ ਦੈਟ. ਕਿ ਮੈਮੋਰਾਈਜ਼ ਕਰਨੀ ਇੱਕ ਹੋਰ ਗੱਲ ਹੈ. ਆਪ ਤੋਂ ਮਤ ਗੁਣ ਵਾਨਨ ਜੈਸੀ. ਕਿ ਹੁਣ ਇਹਦੀ ਮਤ, ਇਹਦੀ ਵਿਸਡਮ ਐਡੀ ਵੱਡੀ ਹੈ, ਇੰਨਾ ਹੁਸ਼ਿਆਰ ਆ ਕਿ ਹੀ ਨਿਊ ਐਵਰੀਥਿੰਗ ਨਾਓ ਇੰਨੀ ਛੋਟੀ ਉਮਰ ਵਿੱਚ. ਵੱਡੇ ਹੋਏ ਕਿਆ ਜਾਣ ਹੈ ਕੈਸੀ. ਕਿ ਵੱਡੇ ਹੋ ਕੇ ਪਤਾ ਨਹੀਂ ਕੀ ਕਰੂਗਾ. ਜੇ ਐਡੀ ਕੁ ਉਮਰ ਵਿੱਚ ਸਪਤ ਸ਼ਲੋਕੀ ਗੀਤਾ ਦੇ ਅਰਥ ਸੁਣਾ ਤੇ, ਇਫ ਹੀ ਗਰੋ ਬਿਗ, ਜੋ ਵੱਡੇ ਹੋਏ ਕੀ ਕਰਨਗੇ. ਨਾਓ ਯੂ ਰਿਮੈਂਬਰ ਜਿਹੜਾ ਆਪਣਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕੋਲ ਪੰਡਿਤ ਆਇਆ ਸੀ, ਲਾਲ ਪੰਡਿਤ ਹੈਨੀ, ਫਿਰ ਮਹਾਰਾਜ ਨੂੰ ਕਹਿੰਦਾ ਸੀ ਵੀ ਕਿ ਤੁਹਾਡਾ ਨਾਂ ਹਰਕ੍ਰਿਸ਼ਨ ਹੈ, ਜੇ ਕਹਿੰਦੇ ਕ੍ਰਿਸ਼ਨ ਹੈ, ਕਹਿੰਦੇ ਕ੍ਰਿਸ਼ਨ ਦੀ ਗੀਤਾ ਦੇ ਅਰਥੇ ਸੁਣਾ ਦੇ. ਕਹਿੰਦਾ ਸੀ ਨਾ ਮਹਾਰਾਜ ਨੂੰ ਆ ਕੇ. ਮਹਾਰਾਜ ਦੀ ਉਮਰ ਉਦੋਂ ਕਿੰਨੀ ਸੀ? ਅਰਾਊਂਡ ਦ ਸੇਮ ਏਜ, ਰਾਈਟ? ਜਿਵੇਂ ਮਹਾਰਾਜ ਹੁਣ ਗੁਰੂ ਨਾਨਕ ਸਾਹਿਬ ਨੇ ਸਪਤ ਸ਼ਲੋਕੀ ਗੀਤਾ ਸੁਣਾਈ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੀ ਗੁਰੂ ਨਾਨਕ ਦਾ ਹੀ ਰੂਪ ਹੈ, ਅਤੇ ਉਹਨਾਂ ਨੂੰ ਪੰਡਿਤ ਆ ਕੇ ਪੁੱਛਦਾ. ਅਤੇ ਮਹਾਰਾਜ ਕਹਿੰਦੇ ਜੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਤੀ, ਯੂ ਵੁੱਡ ਹੈਵ ਨੋ ਦ ਹਿਸਟਰੀ. ਗੁਰੂ ਨਾਨਕ ਨੇ ਵੀ ਸਪਤ ਸ਼ਲੋਕੀ ਗੀਤਾ ਦੇ ਅਰਥ ਸੁਣਾਈ ਸੀ 5 ਸਾਲ ਦੀ ਉਮਰ 'ਚ. ਕਹਿੰਦੇ ਨਹੀਂ, ਯੂ ਗੈਟ ਸਮਬਡੀ, ਹੈ ਨਾ, ਤੂੰ ਆਪੇ ਲੱਭ ਕੇ ਲਿਆ ਬੰਦਾ, ਉਦੋਂ ਤੋਂ ਕਰਾ ਦਿੰਦੇ ਹਾਂ. ਸੀ ਮਹਾਰਾਜ ਵੈਨ ਵਨ ਸਟੈਪ ਅਹੇਡ, ਕਿਉਂਕਿ ਇਹ ਤਾਂ ਹੋ ਗਿਆ ਸੀਗਾ, ਹਿਸਟਰੀ ਵਿੱਚ ਆ ਗਿਆ. ਹਾਂਜੀ, ਕਿਉਂਕਿ ਇਹ ਜਨਮ ਸਾਖੀ ਸੀ ਨਾ, ਜਦੋਂ ਗੁਰੂ ਅੰਗਦ ਦੇਵ ਜੀ ਨੇ ਲਿਖਾਈ, ਭਾਈ ਪੈੜੇ ਨੇ ਲਿਖੀ, ਉਚਾਰੀ ਭਾਈ ਬਾਲੇ ਨੇ, ਇਟਸ ਆਲਰੇਡੀ ਦੈਰ, ਐਵਰੀ ਬੋਡੀ ਕੁਡ ਹੈਵ ਰੈਡ ਇਟ. ਅਤੇ ਹੁਣ ਇੱਕ ਨਵੀਂ ਚੀਜ਼ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀ ਕੀਤੀ, ਤੂੰ ਬੰਦਾ ਲੈ ਕੇ ਆ, ਉਹਦੇ ਤੋਂ ਕਰਾਉਂਦੇ ਹਾਂ. ਕਿਉਂਕਿ ਗੁਰੂ ਨਾਨਕ ਦੀ, ਤੁਸੀਂ ਇਹ ਨਾ ਸਮਝੋ ਗੁਰੂ ਨਾਨਕ ਦੀ ਜਿਹੜੀ ਮਤ ਹੈ ਉਹ ਸਿਰਫ ਗੁਰੂ ਨਾਨਕ ਕੋਲ ਆ, ਨਹੀਂ, ਮਹਾਰਾਜ ਕੈਨ ਟ੍ਰਾਂਸਫਰ ਟੂ ਐਨੀ ਬੋਡੀ ਹੀ ਵਾਂਟਸ, ਕਿਸੇ ਨੂੰ ਵੀ ਗਿਆਨੀ ਬਣਾ ਸਕਦੇ ਨੇ. ਹਾਂਜੀ, ਫਿਰ ਸੁਨ ਪੁਨ ਕਹਿਤ ਪਈ ਗੁਰ ਮਾਤਾ. ਕਹਿ ਲਗੇ ਇਹ ਗੱਲ ਸੁਣ ਕੇ ਨਾ ਮਾਤਾ ਤ੍ਰਿਪਤਾ ਜੀ ਕੀ ਕਹਿੰਦੇ ਹਨ. ਸ਼ੁਭ ਲੱਛਣ ਇਸ ਮੈਂ ਬਖਿਆ ਤਾ. ਕਹਿ ਲਗੇ ਸੁਣੋ ਪਤੀ ਦੇਵ, ਆਪਣੇ ਪਤੀ ਨੂੰ ਕਹਿੰਦੇ ਆ, ਕਹਿੰਦੇ ਦੇਖੋ ਇਹਦੇ ਵਿੱਚ ਪਹਿਲੇ ਤੋਂ ਹੀ ਬਹੁਤ ਚੰਗੇ ਚੰਗੇ ਗੁਣ ਪ੍ਰਗਟ, ਨੈਚੁਰਲੀ ਇਹਨਾਂ ਵਿੱਚ ਇੰਨੇ ਗੁਣ ਨੇ ਬੱਚੇ ਵਿੱਚ ਗੁਰੂ ਨਾਨਕ ਸਾਹਿਬ ਦੇ ਵਿੱਚ. ਬਦਨ ਪ੍ਰਸੰਨ ਕਮਲ ਜਿਮ ਬਿਕਸਾ. ਕਹਿ ਲਗੇ ਪਤਾ ਨਹੀਂ ਕਿਉਂ, ਕਹਿੰਦੇ ਮੈਨੂੰ ਲੱਗਦਾ ਇਹ ਬੱਚਾ ਹਮੇਸ਼ਾ ਖਿੜਿਆ ਹੀ ਰਹਿੰਦਾ, ਹਮੇਸ਼ਾ ਖੁਸ਼ ਹੈ, ਹੈਨਾ, ਐਵਰੀ ਟਾਈਮ ਹੀ ਇਜ਼ ਹੈਪੀ. ਜਿੱਦਣ ਇਹ ਨਾ ਮੇਰੇ ਵੱਲ ਹੱਸੇ ਨਾ, ਮੈਨੂੰ ਲੱਗਦਾ ਮੇਰੀ ਦੁਨੀਆ ਮੁੱਕ ਗਈ ਹੈ. ਹੀ ਇਜ਼ ਲਾਫਿੰਗ, ਹੀ ਇਜ਼ ਹੈਪੀ ਆਲ ਦ ਟਾਈਮ. ਫਿਰ
ਰੋਦਨ ਸ਼ਬਦ ਨਾ ਮੁਕਤੇ ਨਿਕਸਾ। ਇਹ ਕਿਤੇ ਵੀ ਰੋਂਦਾ ਮੈਂ ਸੁਣਿਆ ਨੀ। ਮਾਤਾ ਤ੍ਰਿਪਤਾ ਜੀ ਕਹਿੰਦੇ ਮੇਰੇ ਕੰਨਾਂ ਚ ਕਿਤੇ ਆਵਾਜ਼ ਨੀ ਪਈ ਇਹਨਾਂ ਦੀ ਰੋਣ ਦੀ, ਇਹ ਕਿਤੇ ਵੀ ਨੀ ਰੋਇਆ। ਫਿਰ ਸਿਸ ਮੈਂ ਖੇਲਤ ਦੇਤ ਨਾ ਗਾਰੀ। ਫਿਰ ਕਹਿੰਦੇ ਬੱਚਿਆਂ ਵਿੱਚ ਖੇਡਦਾ ਹੋਇਆ ਕੋਈ ਗਾਲਾਂ ਨੀ ਕੱਢਦਾ, ਕੋਈ ਕਿਸੇ ਨੂੰ ਫਿੱਕਾ ਨੀ ਬੋਲਦਾ, ਕਿਸੇ ਨੂੰ ਕੋਈ ਉੱਚਾ ਨੀ ਬੋਲਦਾ। ਕਹਿੰਦੇ ਮੈਂ ਖੇਡਦੇ ਨੂੰ ਦੇਖਿਆ, ਬੜਾ ਸੋਹਣਾ ਖੇਡਦਾ ਹੈ। ਹੈਂ ਤੇ ਜਿਹੜਾ ਹੈ ਆਮ ਬੱਚੇ ਤਾਂ ਗਾਲਾਂ ਵੀ ਵਿੱਚ ਦੀ ਕੱਢ ਦਿੰਦੇ ਨੇ, ਬੜਾ ਪੁੱਠਾ ਸਿੱਧਾ ਬੋਲਦੇ ਨੇ, ਪਰ ਕਹਿੰਦੇ ਇਹਦੇ ਮੂੰਹ ਤੋਂ ਮੈਂ ਐਸੀ ਗੱਲ ਕਿਤੇ ਨੀ ਸੁਣੀ। ਲਰਿਓ ਨਾ ਕਿਸ ਸਿਓ ਮਧੁਰ ਉਚਾਰੀ। ਕਹਿੰਦੇ ਲੱਗੇ ਕਿਸੇ ਨਾਲ ਲੜਦਾ ਵੀ ਨੀ ਮੈਂ ਦੇਖਿਆ ਕਿਤੇ। ਹੀ ਨੇ ਵੋ ਫਾਈਟ, ਹੀ ਨੇ ਵੋ ਆਰਗਿਊ ਵਿਟ ਐਨੀਬਾਡੀ, ਕਿਉਂ ਕਿਸੇ ਨਾਲ ਵੀ ਨਹੀਂ ਲੜਦਾ ਜੀ, ਚੰਗੀ ਤਰ੍ਹਾਂ ਖੇਡਦਾ। ਆਪਣੇ ਤਾਂ ਬੱਚੇ 5 ਮਿੰਟ ਨਹੀਂ ਖੇਡਦੇ ਉਦੋਂ ਹੀ ਲੜਨ ਲੱਗ ਜਾਂਦੇ ਨੇ। ਹਾਂਜੀ, ਜਿਹੜਾ ਹੈ ਇੱਕ ਬਹੁਤ ਪੀਸਫੁਲ ਜਿਹੜਾ ਹੈ ਇਨਵਾਇਰਮੈਂਟ ਨੂੰ ਇੱਕ ਵੋ ਇਨਵਾਇਰਮੈਂਟ ਬਣ ਜਾਂਦਾ ਹੈ ਨਾ। ਦੇ ਸਟ ਫਾਈਟਿੰਗ ਹਿਟਿੰਗ ਇੱਚ ਅਦਰ, ਕੋਈ ਥੱਲੇ ਹੁੰਦਾ ਦੋ ਦੋ ਰੋਣ ਲੱਗ ਜਾਂਦੇ, ਇੱਧਰ ਹੋ ਜਾਂਦੇ, ਦੋਵਾਂ ਦੀ ਕੁੱਟ ਪੈ ਜਾਂਦੀ ਆ, ਇਹਨੂੰ ਦਾ ਹੋਲ ਇਨਵਾਇਰਮੈਂਟ ਵਿਲ ਚੇਂਜ ਹੈ ਨਾ। ਜਿਹੜਾ ਹੈ ਇੱਕ ਸਾਧ ਸੰਗਤ ਵਿੱਚੋਂ ਜਿਹੜਾ ਇਮੀਡੀਏਟਲੀ ਮਹਾਭਾਰਤ ਸ਼ੁਰੂ ਹੋ ਜਾਂਦੀ ਆ, ਰਾਈਟ? ਸੋ ਐਸਾ ਹੁੰਦਾ। ਪਰ ਕਹਿੰਦੇ ਗੁਰੂ ਨਾਨਕ ਸਾਹਿਬ ਕਿਤੇ ਨਹੀਂ ਐਸਾ ਕਰਦੇ, ਹੀ ਨੈਵਰ ਫਾਈਟ ਵਿਦ ਐਨੀਬਾਡੀ। ਫਿਰ ਨਰ ਨਾਰੀ ਸਭ ਕਰਤ ਵਡਾਈ। ਕਹਿੰਦੇ ਜਿਹੜਾ ਵੀ ਕੋਈ ਆਉਂਦਾ ਹੈ ਇਹਦੀ ਵਡਿਆਈ ਉਹ ਕਰਦੇ ਨੇ ਵੀ ਤੁਹਾਡਾ ਬੱਚਾ ਬਹੁਤ ਚੰਗਾ ਜੀ, ਇਹਨੂੰ ਦੇਖ ਕੇ ਮੈਨੂੰ ਵੀ ਖੁਸ਼ੀ ਹੁੰਦੀ ਹੈ, ਸਾਰੇ ਚੰਗੇ ਸ਼ਬਦ ਕਹਿੰਦੇ ਨੇ। ਸੰਗ ਫਿਰੇ ਬਾਰਕ ਬਰਿਆਈ। ਕਹਿੰਦੇ ਮੱਲੋ ਮੱਲੀ ਬੱਚੇ ਇਕੱਠੇ ਹੋ ਕੇ ਇਹਦੇ ਨਾਲ ਤੁਰਦੇ ਨੇ, ਜੇ ਗੁਰੂ ਨਾਨਕ ਬਹਿੰਦੇ ਤਾਂ ਬਹਿ ਜਾਂਦੇ ਨੇ, ਉੱਠ ਕੇ ਜਾਂ ਖੜਦੇ ਨਾ ਖੜ ਜਾਂਦੇ ਨੇ, ਜੋ ਇਹ ਕਰਦਾ ਉਹ ਬੱਚੇ ਕਰਦੇ ਨੇ। ਸੋ ਇਟਸ ਵੈਰੀ ਡਿਫੀਕਲਟ, ਇਟਸ ਲਾਈਕ ਮੈਗਨੈਟ ਨਾ, ਮੈਗਨੈਟ ਦੇ ਨਾਲ ਮੈਗਨੈਟਾਈਜ਼ਿੰਗ ਜਿਹੜਾ ਪਾਵਰ ਹੈ ਨਾ ਉਹ ਖਿੱਚੀ ਜਾਂਦਾ ਸਾਰਿਆਂ ਨੂੰ ਆਪਣੇ ਨਾਲ। ਬ੍ਰਿਧ ਨਰਨ ਜੋ ਪਨਹਿ ਕਹਾਣੀ। ਕਹਿ ਲਗੇ ਫਿਰ ਜਦੋਂ ਬੱਚਿਆਂ ਨਾਲ ਗੱਲਾਂ ਕਰਦੇ ਆ, ਕਹਿੰਦੇ ਜਿਵੇਂ ਕੋਈ ਵੱਡਾ ਪੰਡਿਤ ਬੁੜਾ ਪੰਡਿਤ ਹੁੰਦਾ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਬੱਚਿਆਂ ਨੂੰ ਸੁਣਾਉਂਦੇ ਨੇ। ਬਾਲ ਵਿਸਾਲ ਸੁਨਹਿ ਹਿਤ ਟਾਣੀ। ਫਿਰ ਕਹਿੰਦੇ ਬੱਚੇ ਬੜੇ ਸੁਣਦੇ ਨੇ ਜੀ, ਕੰਨ ਦੇਖ ਕੇ ਐ ਧਿਆਨ ਦੇ ਨਾਲ ਬਹਿ ਜਾਂਦੇ ਨੇ ਤੇ ਸੁਣਦੇ ਨੇ ਜੀ ਇਹਨਾਂ ਦੀਆਂ ਗੱਲਾਂ। ਮਾਤ ਪਿਤਾ ਸੁਤ ਉਸਤਤ ਕਹਿ ਕਰ। ਕਹਿੰਦੇ ਹੁਣ ਮਾਤਾ ਤੇ ਪਿਤਾ, ਮਾਤਾ ਤ੍ਰਿਪਤਾ ਜੀ ਤੇ ਪਾਪਾ ਮਹਿਤਾ ਕਾਲੂ ਜੀ ਨੇ ਉਸਤਤ ਕੀਤੀ ਗੁਰੂ ਨਾਨਕ ਸਾਹਿਬ ਜੀ ਆਪਸ ਵਿੱਚ ਮਿਲ ਕੇ, ਉਹਨਾਂ ਨੇ ਐਨਾਲਾਈਜ਼ ਕੀਤਾ ਵੀ ਆਪਣਾ ਬੱਚਾ ਜਿਹੜਾ ਵੀ ਕੀ ਹੈ। ਹਾਂਜੀ, ਸੋ ਵਟ ਇਜ਼ ਹੀ ਹਨਾ। ਸੋ ਉਹਨਾਂ ਨੇ ਵਿਚਾਰ ਕੀਤੀ ਜੀ। ਔਰ ਅਮੋਦ ਸੰਗ ਪੇ ਗਹਿਵਰ। ਕਹਿਣ ਲੱਗੇ ਔਰ ਅਮੋਦ, ਕਹਿਣ ਕਿ ਮਨ ਚ ਬਹੁਤ ਖੁਸ਼ੀ ਹੈ, ਤੇ ਸੰਗ ਗਹਿਵਰ ਕਹਿਣ ਲੱਗੇ ਤੇ ਜਿਹੜਾ ਹੈ ਅੰਦਰੋਂ ਵੀ ਹੁੰਦਾ ਕਿਤੇ ਆਪਾਂ ਮਾੜਾ ਤਾਂ ਨਹੀਂ ਕਿਤੇ ਕਹਿਤਾ ਬੱਚੇ ਨੂੰ, ਵਿਚਾਰੇ ਨੂੰ ਜਿਹੜਾ ਇੰਨਾ ਸਿਆਣਾ ਬੱਚਾ ਹੈ, ਕਿਤੇ ਆਪਾਂ ਕੁਝ ਮਾੜਾ ਤਾਂ ਨਹੀਂ ਕੀਤਾ ਇਹਦੇ ਨਾਲ, ਆਪਾਂ ਖੁਸ਼ ਤਾਂ ਰੱਖਿਆ ਹੈ ਨਾ। ਸੋ ਇਹ ਵੀ ਮਨ ਵਿੱਚ ਥੋੜ੍ਹਾ ਜਿਹਾ ਆਉਂਦਾ ਇੱਕ ਕੁਐਸਚਨ, ਕਿਤੇ ਆਪਾਂ ਕੁਝ ਕੀਤਾ ਤਾਂ ਨਹੀਂ ਇਹਦੇ ਨਾਲ। ਫਿਰ ਉੱਤ ਸ਼੍ਰੀ ਨਾਨਕ ਖੇਲ ਮਚਾ। ਉੱਤ ਗੁਰੂ ਨਾਨਕ ਸਾਹਿਬ ਜੀ ਖੇਲ ਮਚਾਉਂਦੇ ਨੇ, ਖੇਲ ਖੇਡੀ ਜਾਂਦੇ, ਬਿਕੋਜ਼ ਉਹਨਾਂ ਨੇ ਇੱਕ ਬੱਚੇ ਦਾ ਇੱਕ ਕੈਰੈਕਟਰ ਦੇਣਾ ਨਾ ਮਾਪਿਆਂ ਨੂੰ, ਉਹਨਾਂ ਦੇ ਮਾਂ ਮਾਪਿਆਂ 'ਚ ਸ਼ਰਧਾ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ, ਹੋਰ ਖੇਡਣ ਲੱਗ ਜਾਂਦੇ ਨੇ, ਸੁਣਦੇ ਦੇ ਬਲਦੀ ਬੱਚਾ ਵਾਲਾ ਹੈ ਨਾ। ਸੋ ਉਹ ਮੁੜ ਕੇ ਉਹ ਚੀਜ਼ ਨੂੰ ਲੈ ਕੇ ਆਉਂਦੇ ਨੇ। ਫਿਰ ਤਲਵੰਡੀ ਕੀ ਬੀਤੀ ਤਾਵਤ। ਕਹਿੰਦੇ ਸਾਰੀਆਂ ਤਲਵੰਡੀ ਦੀਆਂ ਜਿਹੜੀਆਂ ਗਲੀਆਂ ਹਨ ਸਾਰੀਆਂ। ਚੜੇ ਤਰੋਵਰ ਜਸਪਤ ਕੁਦ ਹੈ। ਕਹਿਣ ਲੱਗੇ ਗੁਰੂ ਨਾਨਕ ਮਹਾਰਾਜ ਦੀਆਂ ਖੇਡਾਂ ਦੇਖੋ ਜੀ ਕੀ ਕਰਦੇ ਨੇ। ਕਹਿੰਦੇ ਦਰਖਤ ਤੇ ਚੜ ਜਾਂਦੇ ਨੇ, ਹਾਂਜੀ ਟ੍ਰੀ ਤੇ ਚੜ ਜਾਣਾ, ਦਿਸ ਇਜ਼ ਦਾ ਵੈਰੀ ਵੈਰੀ ਜਿਹੜਾ ਹੈ ਨੋਰਮਲ ਐਂਡ ਆਈ ਥਿੰਕ ਇਟਸ ਮੈਂਡੇਟਰੀ ਫੋਰ ਐਵਰੀ ਚਾਈਲਡ ਟੂ ਕਲਾਈਮ ਅ ਟ੍ਰੀ। ਹਾਂਜੀ, ਸੋ ਜਿਹੜਾ ਹੈ ਉਹ ਪੁਰਾਣੇ ਸਮੇਂ 'ਚ, ਹੁਣ ਤਾਂ ਸੈਂਟਰਸ ਮੈਨੂੰ ਪਤਾ ਨਹੀਂ ਗੇ, ਪਰ ਉਹ ਸਮਿਆਂ 'ਚ ਹੁੰਦਾ ਸੀ ਵੀ ਇੱਕ ਟ੍ਰੀ 'ਤੇ ਜ਼ਰੂਰ ਚੜ੍ਹਨਾ। ਹਾਂਜੀ, ਅੰਬ ਦਾ ਹੋਵੇ, ਦੋ ਕੀੜੀਆਂ ਲੜਨਗੀਆਂ, ਹੈ ਨਾ, ਐਂਡ ਦੈਨ ਯੂ ਵਿਲ ਡਰੋਪ ਐਂਡ ਆਲ ਦੋਸ ਥਿੰਗਸ, ਦੋ ਅੰਬ ਮਿਲਣਗੇ, ਦੋ ਗਾਲਾਂ ਮਿਲਣਗੀਆਂ, ਯੂ ਨੋ ਆਲ ਦੈਟ ਕਮਸ ਇਨ ਪੈਕੇਜ। ਸੋ ਜਿਹੜਾ ਹੈ ਕਹਿੰਦੇ ਦਰਖਤ 'ਤੇ ਚੜ੍ਹ ਕੇ ਫਿਰ ਜਸਪਦ ਫਿਰ ਛੱਤੀ ਦੇ ਨਾਲ ਉੱਤੇ ਛਾਲਾਂ ਮਾਰਦੇ ਨੇ। ਹਾਂਜੀ, ਚੜ੍ਹ ਕੇ ਉੱਤੇ ਛਾਲਾਂ ਮਾਰਨੀਆਂ, ਅਤੇ ਛਾਲਾਂ ਮਾਰ ਕੇ ਕਿਤੇ ਥੱਲੇ ਜਾਣਾ, ਫਿਰ ਚੜ੍ਹ ਜਾਣਾ ਉੱਤੇ, ਫਿਰ ਛਾਲਾਂ ਮਾਰਨੀਆਂ, ਯੂ ਨੋ ਦੈਟਸ ਹਾਓ ਦੇ ਡੂ। ਫਿਰ ਸਿਸ ਕੋ ਸਿਸ ਮਿਲ ਲੋਚਨ ਮੁੰਦ ਹੈ। ਕਹਿਣ ਲੱਗੇ ਫਿਰ ਅੱਖਾਂ ਬੰਦ ਕਰ ਲਈਆਂ, ਹਾਈਡ ਐਂਡ ਸੀਕ, ਇੱਕ ਬੱਚੇ ਦੀਆਂ ਅੱਖਾਂ ਬੰਦ ਕਰਕੇ ਉਹਨੇ ਭਾਲਣਾ, ਫਿਰ ਇਹਨਾਂ ਨੇ ਲੁੱਕ ਜਾਣਾ, ਯੂ ਨੋ ਦਾ ਹਾਈਡ ਐਂਡ ਸੀਕ ਗੇਮ, ਉਹ ਵੀ ਖੇਡਦੇ ਨੇ। ਪਾਗ ਚਲੈਨੇ ਦੇਤ ਗਹਾਈ। ਕਹਿਣ ਲੱਗੇ ਫਿਰ ਭੱਜ ਜਾਣਾ, ਹਾਂਜੀ ਭੱਜਣਾ, ਫਿਰ ਦੂਜਾ ਉਹਨੂੰ ਚੇਸ ਕਰਦਾ, ਉਹ ਫਿਰ ਇਹਨੇ ਭੱਜ ਜਾਣਾ, ਇਹਨੇ ਉਹਨੂੰ ਫੜਨਾ, ਇਹਨੇ ਉਹਨੂੰ ਫੜਨਾ, ਸੋ ਲੈ ਕੇ ਨੋ ਗੇਮ ਲੈ ਕੇ ਨੋ। ਸੋ ਉਹ ਭੱਜ ਕੇ ਪਿੱਛੇ ਭੱਜਣਾ ਕਿਸੇ ਦੇ, ਉਹ ਸਾਰਾ ਕਰਦੇ ਨੇ। ਅਤ ਲਗੁਤਾ ਕਰ ਛੁਏ ਹੈ ਦਾਈ। ਫਿਰ ਕੀ ਹੈ, ਇੱਕ ਹੋਰ ਗੇਮ ਹੈ। ਕਹਿੰਦੇ ਇੱਕ ਦਾਈ ਬਣ ਜਾਂਦੀ ਆ, ਦਾਈ ਬਣ ਜਾਂਦੀ ਆ, ਉਹ ਦਾਈ ਜਿਹੜੀ ਆ, ਜਿਵੇਂ ਆਪਾਂ ਮੰਕੀ ਗੇਮ ਖੇਡਦੇ ਹਾਂ, ਹਾਂ ਉਸ ਸਮੇਂ 'ਚ ਦਾਈ ਕਹਿੰਦੇ ਹੁੰਦੇ ਸੀ। ਹਾਂਜੀ, ਸੋ ਦਾਈ ਕੀ ਆ, ਜੇ ਦਾਈ ਨੇ ਕਿਸੇ ਨੂੰ ਹੱਥ ਲਾਤਾ ਉਹ ਦਾਈ ਬਣ ਜੂਗਾ। ਇਸ ਲਈ ਮੰਕੀ ਗੇਮ, ਆਪਾਂ ਮੰਕੀ ਗੇਮ ਸਾਧਦੇ ਹਾਂ, ਉਸ ਸਮੇਂ 'ਚ ਦਾਈ ਗੇਮ ਹੈ। ਹਾਂਜੀ, ਸੋ ਜਿਹੜੇ ਨੂੰ ਹੱਥ ਲਾਤਾ ਉਹ ਦਾਈ ਬਣ ਜਾਣਾ, ਅਤੇ ਦੂਜਿਆਂ ਨੇ ਭੱਜੇ ਫਿਰਨਾ, ਇਹ ਹੱਥ ਲਾਉਣਾ ਕਿਸੇ ਨੂੰ, ਜਿਹਨੂੰ ਹੱਥ ਲਾਤਾ ਉਹ ਬਣ ਜੂਗਾ, ਹੈ ਨਾ। ਫਿਰ ਇੱਕ ਇੱਕ ਲੈ ਕੰਧ ਉਚਾਈ। ਫਿਰ ਕਹਿਣ ਲੱਗੇ ਬੱਚਿਆਂ ਨੂੰ ਫਿਰ ਮੋਢੇ 'ਤੇ ਚੱਕ ਕੇ ਭੱਜਣਾ, ਇੱਕ ਇੱਕ ਬੱਚੇ ਨੂੰ ਦੇਖੋ ਕੌਣ ਛੱਤੀ ਭੱਜਦਾ ਹੈ ਦੂਜੇ ਨੂੰ ਚੱਕ ਚੱਕ ਕੇ। ਹਾਂਜੀ, ਸੋ ਇਸ ਤਰ੍ਹਾਂ ਦੇ ਵੀ ਗੇਮ ਹਨ। ਜਾਏ ਨਿਸ਼ਾਨੀ ਜਹਾਂ ਬਣਾਈ। ਕਹਿਣ ਲੱਗੇ ਜਿੱਥੇ ਜਹ ਨਿਸ਼ਾਨੀ ਜਹੈ ਬਣਾਈ। ਕਹਿਣ ਲੱਗੇ ਫਿਰ ਨਿਸ਼ਾਨੀਆਂ ਤਰ ਦੇਣੀਆਂ ਵੀ ਉਹ ਨਿਸ਼ਾਨੀ ਤੱਕ ਹੂ ਟੱਚ ਇਟ ਫਸਟ। ਹਾਂ, ਫਿਰ ਉਹੋ ਜਿਹੇ ਵੀ ਗੇਮ ਹਨ ਜਿਵੇਂ 100 ਮੀਟਰਸ ਵਾਲਾ ਗੇਮ ਹੁੰਦਾ, ਜਾਂ ਉਹ ਜੈ ਬਹੁਤ ਤੂਰ ਬਣਾਵ ਹੈ ਢੇਰੀ। ਕਹਿਣ ਲੱਗੇ ਫਿਰ ਧੂੜ ਦੀ
ਮਿੱਟੀ ਇਕੱਠੀ ਕਰਕੇ ਇੱਕ ਵੱਡਾ ਲੰਪ ਜਾ ਬਣਾ ਦੇਣਾ ਜੀ, ਇੱਕ ਢੇਰੀ ਬਣਾ ਦੇਣੀ। ਬਦ ਬਦ ਕੂਦ ਕੁਲਾ ਚਨਕੇਰੀ। ਕਹਿਣ ਲੱਗੇ ਫੇਰ ਕੀ ਹੁੰਦਾ, ਸ਼ਰਤਾਂ ਬਣਨੀਆਂ। ਤੂੰ ਟੱਪ ਸਕਦਾ ਇਹ? ਓਕੇ, ਤੂੰ ਟੱਪ ਸਕਦਾ, ਤੈਨੂੰ ਇਹ ਦੇਵਾਂਗੇ। ਤੂੰ ਟੱਪ ਸਕਦਾ ਫਿਰ ਇਹ ਸ਼ਰਤਾਂ ਮਾਰ ਮਾਰ ਕੇ ਉਹ ਢੇਰੀ ਤੋਂ, ਜਾਂ ਛਾਲ ਮਾਰਨੀ, ਹਾਂਜੀ, ਤੂੰ ਜੰਪ ਓਵਰ, ਹਾਂਜੀ, ਜਾਂ ਅੱਜ ਕੱਲ੍ਹ ਬੱਚਿਆਂ ਤੋਂ ਕਰੋਗੇ ਮੈਨੂੰ ਪਤਾ ਨਹੀਂ ਲੱਗ ਕੀ ਹੋਊਗਾ ਵਿਚਾਰੇ ਦਾ, ਜਾਂ ਢੇਰੀ ਟੁੱਟੂਗੀ ਜਾਂ ਉਹ ਡਿੱਗੂਗਾ। ਹਾਂਜੀ, ਬੇਦੀ ਬੰਸਨ ਕੇ ਸਿਸ ਚਾਰੋ। ਕਹਿਣਗੇ ਹੁਣ ਕਿੰਨੇ ਕੁ ਬਾਲਕ ਨੇ, ਬੇਦੀ ਕੁਲ ਦੇ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਨੇ ਜੀ। ਜਿਨ ਪੈਰੇ ਪੂਖਣ ਤੁਰਕਾਰੂ। ਕਹਿਣਗੇ ਸਾਰੇ ਬੱਚੇ ਉੱਥੇ ਆਉਂਦੇ ਨਾ ਗਹਿਣੇ ਪਾ ਕੇ, ਸੀ ਕਿਸੇ ਦੇ ਆਹ ਪਾਇਆ ਹੋਇਆ, ਕਿਸੇ ਦੇ ਆਹ ਪਾਇਆ ਹੋਇਆ, ਕਿ ਉਹ ਆਉਂਦੇ ਜੀ ਉੱਥੇ ਬੜੇ ਠਾਠ ਬਾਠ ਨਾਲ ਆਉਂਦੇ ਨੇ, ਅਤੇ ਆਉਂਦੇ ਕਾਹਦੇ ਵਾਸਤੇ, ਖੇਡਣ ਵਾਸਤੇ, ਹੈ ਨਾ। ਸੋ ਬੱਚੇ ਗਹਿਣੇ ਪਾ ਕੇ ਖੇਡਿਆ ਕਰਦੇ ਸੀ, ਅੱਜ ਕੱਲ੍ਹ ਤਾਂ ਮਾਈਆਂ ਸਿਰਫ ਗਹਿਣੇ ਪਾਉਂਦੀਆਂ ਨੇ ਵਿਆਹ ਵਾਸਤੇ, ਅੱਗੇ ਬੱਚੇ ਖੇਡਣ ਵਾਸਤੇ ਵੀ ਗਹਿਣੇ ਪਾਇਆ ਕਰਦੇ ਸੀ, ਹੈ ਨਾ। ਸੋ ਦੈਟਸ ਹਾਓ ਲਗਜ਼ਰੀ ਲਾਈਫ ਵਾਸ ਐਟ ਦੈਟ ਟਾਈਮ, ਹੈ ਨਾ। ਦੇਖੋ ਕਿੰਨੀ ਲਗਜ਼ਰੀ ਲਾਈਫ ਸੀਗੀ। ਹਾਂਜੀ, ਫਿਰ ਬੋ ਬੈਸਨ ਕੇ ਸਿਸ ਤੇ ਤਾਈ। ਕਹਿਣਗੇ ਬਾਣੀਆਂ ਦੇ ਪੁੱਤਰ ਵੀ ਆਉਂਦੇ ਆ, ਜਿਹੜੇ ਦੁਕਾਨਾਂ ਵਾਲੇ, ਉਹਨਾਂ ਦੇ ਪੁੱਤਰ ਜਿਹੜੇ ਦੁਕਾਨਾਂ ਚਲਾਉਂਦੇ, ਉਹਨਾਂ ਦੇ ਪੁੱਤਰ ਵੀ ਆ ਜਾਂਦੇ ਨੇ ਜੀ ਖੇਡਣ ਵਾਸਤੇ। ਕਾਕ ਪੰਖ ਜਿਨ ਸਿਸ ਬਣਾਈ। ਕਹਿਣਗੇ ਫਿਰ ਕਾਕ ਪੰਖ ਕਈ ਆਉਂਦੇ ਨੇ ਜੀ, ਕੋਈ ਜਾਂ ਮੋਰ ਦਾ ਫੰਘ ਲਾ ਲਿਆ ਕਿਸੇ ਨੇ, ਕਿਸੇ ਕਾਸੇ ਦਾ ਲਾ ਲਿਆ, ਉਹ ਆ ਕੇ ਕੋਈ ਜਿਹੜਾ ਕੁਛ ਨਾ ਕੁਛ ਬਣ ਕੇ ਆਉਂਦੇ ਨੇ ਜੀ, ਹਾਂ, ਕੁਝ ਸਪੈਸ਼ਲ ਕਰਦੇ ਨੇ ਜੀ। ਹਾਂਜੀ, ਸੋ ਇਸ ਤਰ੍ਹਾਂ ਦੇ ਵੀ ਜਿਹੜੇ ਬੱਚੇ ਹਨ ਆਉਂਦੇ ਨੇ। ਬਿਪਰਨ ਕੇ ਬਾਲਕ ਮਿਲ ਬ੍ਰਿੰਦਾ। ਕਹਿਣਗੇ ਫਿਰ ਬ੍ਰਾਹਮਣਾਂ ਦੇ ਪੁੱਤਰ ਵੀ ਆਉਂਦੇ ਨੇ ਜੀ ਖੇਡਣ ਵਾਸਤੇ, ਬੋਧੀਆਂ ਵਾਲੇ। ਖੇਲਤ ਤਜੈ ਨਾ ਸੰਘ ਮੁਕੰਦਾ। ਕਹਿਣਗੇ ਖੇਲ ਤਜੈ ਨਾ, ਕਹਿਣਗੇ ਕੋਈ ਵੀ ਨਹੀਂ ਛੱਡਦਾ ਜੀ, ਗੁਰੂ ਨਾਨਕ ਸਾਹਿਬ ਜੀ ਖੇਡ ਵਿੱਚ ਹਰ ਕੋਈ ਸ਼ਾਮਿਲ ਹੈ। ਇੱਕ ਵਾਰ ਬਾਰਕ ਜੋ ਆਇਆ। ਇੱਕ ਵਾਰੀ ਜਿਹੜਾ ਆ ਗਿਆ ਨਾ ਗੈਂਗ ਵਿੱਚ ਰਲ ਗਿਆ, ਕਿ ਗੈਂਗ ਕਹਿੰਦੇ ਹੁੰਦੇ ਸੀ ਨਾ, ਸੋ ਇੱਕ ਵਾਰੀ ਜਿਹੜਾ ਗੈਂਗ ਵਿੱਚ ਰਲ ਜਾਂਦਾ ਸੀ। ਹੁਣ ਆਵਹਿ ਨਿਤ ਚਿਤ ਬਰਮਾਇਓ। ਉਹ ਰੋਜ਼ ਆਉਂਦਾ ਸੀ ਜੀ, ਵਿਦਆਊਟ ਫੇਲ ਹੀ ਇਜ਼ ਦੇਅਰ, ਹੈ ਨਾ। ਕਿਸੇ ਦੀ ਐਮਸੀ ਨਹੀਂ ਹੁੰਦੀ ਸੀ, ਕਿਸੇ ਦੀ ਮੈਡੀਕਲ ਕਿਹਾ, ਕੋਈ ਬਿਮਾਰ ਨਹੀਂ ਹੁੰਦਾ ਸੀਗਾ। ਐਨੀਥਿੰਗ ਹੈਪਨ, ਦ ਚਾਈਲਡ ਵਿਲ ਬੀ ਦੇਅਰ ਐਵਰੀ ਡੇ। ਹਾਂਜੀ, ਫਿਰ ਪੁਰ ਪੱਗ ਜਾਗੇ ਜਿਨ ਮਾਥੇ। ਕਹਿਣਗੇ ਪਰ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗੇ ਸੀ ਨਾ, ਉਹ ਲਾਹਾ ਲੈ ਕੇ ਗੁਰੂ ਨਾਨਕ ਸਾਹਿਬ ਦੀ ਸੰਗਤ ਦਾ। ਕਰੇ ਸਪਰਸ਼ਨ ਬੋਲਣ ਸਾਥੀ। ਦੇਖੋ ਗੁਰੂ ਨਾਨਕ ਦੇਵ ਜੀ ਨੂੰ ਟੱਚ ਵੀ ਕਰਦੇ ਨੇ, ਮਹਾਰਾਜ ਦੇ ਬਚਨ ਵੀ ਸੁਣਦੇ ਨੇ, ਕਹਿੰਦੇ ਕਿੱਡੇ ਵੱਡੇ ਭਾਗ ਸੀ ਜੀ ਉਹਨਾਂ ਦੇ। ਜਸਟ ਇਮੈਜਿਨ, ਗੁਰੂ ਨਾਨਕ ਸਾਹਿਬ ਜੀ ਜਿਹਦੇ ਵੱਲ ਦੇਖਿਆ ਉਹਨੂੰ ਮੁਕਤੀ ਦੇ ਦਿੰਦੇ, ਪਰ ਜਿਹਨੇ ਟੱਚ ਕਰ ਲਿਆ ਉਹਦਾ ਤਾਂ ਕੀ ਬਣਿਆ ਹੋਊਗਾ ਜੀ। ਹਾਂਜੀ, ਸੋ ਜਿਹਨਾਂ ਨੇ ਜੱਫੀ ਪਾ ਲਈ ਗੁਰੂ ਨਾਨਕ ਸਾਹਿਬ ਨੂੰ, ਉਹਦਾ ਕੀ ਬਣਿਆ ਹੋਊਗਾ ਜੀ। ਸੋ ਕਿਰਪਾ ਹੈ ਜੀ ਸਾਰੀ। ਨਰਾਜ ਛੰਦ ਸੀਸੋ ਵਿਖੇ ਬਿਨਾ ਲਖੇ ਅਖੇਲ ਖੇਲ ਖੇਲੀ। ਦੇਖੋ ਜਿਹੜਾ ਬੱਚਿਆਂ ਦੇ ਵਿੱਚ ਕੋਈ ਫਰਕ ਨਹੀਂ ਜੀ, ਕੋਈ ਉੱਚੀ ਨੀਵੀਂ ਜਾਤੀ ਦਾ ਕੋਈ ਫਰਕ ਨਹੀਂ ਜੀ, ਐਵਰੀ ਵਨ ਇਜ਼ ਇਕੁਅਲ ਟੂ ਗੁਰੂ ਨਾਨਕ ਸਾਹਿਬ। ਕਹਿੰਦੇ ਅਖੇਲ ਖੇਲ ਖੇਲ ਹੀ ਗੁਰੂ ਨਾਨਕ ਸਾਹਿਬ ਉਹ ਖੇਡ ਖੇਡਦੇ ਨੇ ਜਿਹੜਾ ਕੋਈ ਖੇਡ ਨਹੀਂ ਸਕਦਾ। ਦੇਖੋ ਬੱਚਿਆਂ ਦੇ ਵਿੱਚ ਬਹਿ ਕੇ ਮਹਾਰਾਜ ਇੱਕ ਬ੍ਰਹਿਮੰਡ ਦੀ ਸੇਵਾ ਕਰ ਰਹੇ ਨੇ, ਉਹ ਇੱਕ ਖੇਡ ਖੇਡ ਰਹੇ ਨੇ। ਜਿਹੜਾ ਅਖੇਲ, ਜਿਹੜਾ ਸਾਰੇ ਬ੍ਰਹਿਮੰਡ ਦੀ ਖੇਡ ਨੂੰ ਚਲਾਉਣ ਵਾਲਾ ਪਰਮਾਤਮਾ ਅੱਜ ਬੱਚਿਆਂ ਨਾਲ ਖੇਡ ਰਿਹਾ, ਇਹਨੂੰ ਅਸੀਂ ਹਾਓ ਇਸੇ ਦੇਣਾ, ਉਹੀ ਖੇਡ ਇੱਥੇ ਖੇਡ ਲਿਆ, ਉਹੀ ਬ੍ਰਹਿਮੰਡ ਵਿੱਚ ਖੇਡ ਰਿਹਾ ਸਾਰਿਆਂ ਦੇ ਨਾਲ। ਸੋ ਐਸਾ ਖੇਡ ਖਿਡਾਰੀ ਗੁਰੂ ਨਾਨਕ ਸਾਹਿਬ ਜੀ ਨੇ, ਜਿਹੜਾ ਕਿ ਸਾਰੀ ਦੁਨੀਆਂ ਨੂੰ ਭਜਾਈ ਫਿਰਦੇ ਨੇ। ਨਾਓ ਜੀ, ਜਸਟ ਇਮੈਜਿਨ ਇਫ ਯੂ ਆਰ ਰਨਿੰਗ ਅਰਾਊਂਡ ਟੁਡੇ, ਹੂ ਇਜ਼ ਮੇਕਿੰਗ ਯੂ ਟੂ ਰਨ? ਕਿਤੇ ਸੋਚਿਆ ਪਰਮਾਤਮਾ, ਦੇਖੋ ਕਿਵੇਂ ਸਾਰਿਆਂ ਨੂੰ ਭਜਾਈ ਰੱਖਦਾ। ਐਵਰੀਬਾਡੀ ਹੈਜ਼ ਅ ਮਿਸ਼ਨ ਟੂ ਰਨ ਫੋਰ, ਐਵਰੀਬਾਡੀ ਹੈਜ਼ ਅ ਟਾਸਕ ਟੂ ਡੂ। ਇੰਨੀਆਂ ਟਾਸਕ ਮਹਾਰਾਜ ਨੇ ਬਣਾ ਕੇ ਸਾਰਿਆਂ ਨੂੰ ਦੇ ਦਿੱਤੀਆਂ, ਸਾਰਿਆਂ ਨੂੰ ਬਿਜ਼ੀ ਰੱਖਿਆ ਜੀ। ਹਾਂਜੀ, ਕਈਆਂ ਨੂੰ ਕੌਫੀ ਪੀਣ ਵਿੱਚ, ਕਈਆਂ ਨੂੰ ਕੌਫੀ ਬਣਾਉਣ ਵਿੱਚ, ਹਾਂਜੀ, ਕਈਆਂ ਨੂੰ ਕੰਮ ਕਰਨ ਵਿੱਚ, ਕਈਆਂ ਨੂੰ ਕਵਰ ਕਰਾਉਣ ਵਿੱਚ। ਹਾਂਜੀ, ਸਾਰਾ ਜਿਹੜਾ ਹੈ ਬ੍ਰਹਿਮੰਡ ਮਹਾਰਾਜ ਨੇ ਬਣਾਇਆ ਹੋਇਆ, ਸਾਰੇ ਭੱਜੇ ਫਿਰਦੇ ਨੇ। ਐਵਰੀ ਵਨ ਥਿੰਗਸ ਆਈ ਐਮ ਬਿਜ਼ੀ, ਬਟ ਦੇ ਡਸਨਟ ਨੋ ਹੂ ਇਜ਼ ਦਾ ਗੇਮ ਪਲੇਅਰ। ਹਾਂਜੀ, ਜਿਹੜਾ ਚਲਾ ਰਿਹਾ ਉਹ ਕੀ ਕਰ ਰਿਹਾ? ਫਿਰ ਮਿਲਾਈ ਬ੍ਰਿੰਦ ਬਾਲ ਕੋ ਪਹਿਲ ਲਾਲ ਮੇਲ ਹੀ। ਕਹਿਣ ਲੱਗੇ ਹੁਣ ਜਿਹੜਾ ਬੱਚਿਆਂ ਨੂੰ ਇਕੱਠੇ ਕਰਕੇ ਬੁਝਾਰਤਾਂ ਪਾਉਂਦੇ ਨੇ, ਪੁੱਛਦੇ ਨੇ ਬੁਝਾਰਤ ਪਾਉਂਦੇ ਨੇ, ਓਕੇ ਦੱਸੋ ਜੀ ਆਹ ਕੀ ਹੈ ਬੁਝਾਰਤ ਪਾਉਂਦੇ ਨੇ, ਜਿਵੇਂ ਆਪਾਂ ਮਲਾਈ 'ਚ ਤੱਕਾ ਤੱਕੀ ਕਹਿ ਲਈਏ। ਹਾਂਜੀ, ਸੋ ਉਹ ਖੇਡਦੇ ਨੇ ਜੀ, ਬੁਝਾਰਤਾਂ ਪਾਉਂਦੇ ਨੇ ਇੱਕ ਦੂਜੇ ਦੇ ਨਾਲ। ਤਰਾ ਸਰੀਰ ਹੇਤ ਦੰਬ ਮਨ ਕੋ ਨਿਕੰਦਨਾ। ਕਹਿੰਦੇ ਤਰਾ ਸਰੀਰ, ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਪਰਮਾਤਮਾ ਨੇ ਗੁਰੂ ਨਾਨਕ ਦਾ ਸਰੀਰ ਧਾਰਨ ਕਰਕੇ ਦੰਬ ਮਨ ਕੋ ਨਿਕੰਦਨਾ। ਕਹਿਣਗੇ ਮਾਨ, ਆਪਣਾ ਪ੍ਰਾਈਡ ਨੂੰ ਖਤਮ ਕਰਨ ਵਾਸਤੇ, ਜਿਹੜਾ ਹਿਪੋਕ੍ਰੇਸੀ ਹੋਏ, ਪਖੰਡ ਨੂੰ ਮਹਾਰਾਜ ਨੇ ਨਿਕੰਦਨਾ ਤੋੜਨ ਵਾਸਤੇ, ਖਤਮ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਪਰਮਾਤਮਾ ਨੇ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ, ਸਾਰਾ ਪਖੰਡ ਦੁਨੀਆਂ ਦਾ ਦੂਰ ਕਰਨ ਵਾਸਤੇ। ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ। ਕਹਿਣਗੇ ਸੰਤੋਖ ਸਿੰਘ, ਜੋ ਲਿਖਣ ਵਾਲਾ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਆ, ਮੈਂ ਆਪਣੇ ਦੋ ਹੱਥ ਜੋੜ ਕੇ ਕਰੀ ਮੁਕੰਦ ਬੰਦਨਾ, ਉਹ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਦਾ ਹਾਂ, ਮੈਂ ਮੱਥਾ ਟੇਕਦਾ ਉਹ ਗੁਰੂ ਨਾਨਕ ਸਾਹਿਬ ਨੂੰ, ਜਿਨ੍ਹਾਂ ਨੇ ਇੱਥੇ ਆ ਕੇ ਸੰਸਾਰ ਵਿੱਚ ਸਾਰਿਆਂ ਨੂੰ ਸੁੱਖ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਏ ਨੇ, ਅਤੇ ਇੱਥੇ ਤੱਕ ਸਮਾਪਤੀ ਹੈ। ਮਹਾਰਾਜ ਦਾ ਜਿਹੜਾ ਹੈ ਐਸਾ ਖੇਡ ਹੈ ਮਹਾਰਾਜ ਨੇ ਦੁਨੀਆਂ 'ਤੇ ਵਰਤਾਇਆ, ਅਤੇ ਅਗਲੇ ਹਫ਼ਤੇ ਮਹਾਰਾਜ ਨੂੰ ਨੇ ਮੂਲਾਂ ਨੂੰ ਉਪਦੇਸ਼ ਦੇਣਾ, ਹੁਣ ਇੱਕ ਹੋਰ ਸਕੂਲ ਜਾਣਗੇ ਗੁਰੂ ਨਾਨਕ ਸਾਹਿਬ ਜੀ। ਹੁਣ ਕਮਾਲ ਦੀ ਗੱਲ ਹੈ, ਜਿੱਥੇ ਮਹਾਰਾਜ ਨੇ ਸੰਸਕ੍ਰਿਤ ਪੜ੍ਹ ਦਿੱਤੀ, ਜਿੱਥੇ ਮਹਾਰਾਜ ਨੇ ਬ੍ਰਜ ਭਾਸ਼ਾ ਵਿੱਚ ਉਪਦੇਸ਼ ਦੇ ਦਿੱਤਾ, ਮਹਾਰਾਜ ਨੇ ਜਿਹੜਾ ਹੈ
ਉਹ ਜਿਹੜਾ ਹੈ ਸ਼ਬਦ ਉਚਾਰਨ ਕਰ ਦਿੱਤਾ, ਹੁਣ ਮਹਾਰਾਜ ਫਾਰਸੀ ਦੇ ਵਿੱਚ ਉਪਦੇਸ਼ ਦੇਣਗੇ। ਦੇਖੋ 5 ਸਾਲ ਦੀ ਉਮਰ ਹੈ, ਮਹਾਰਾਜ ਨੇ ਹੁਣ ਫਾਰਸੀ ਵਿੱਚ ਵੀ ਉਪਦੇਸ਼ ਦੇਣਾ ਇੱਕ ਮੂਲਾ ਨੂੰ, ਉਹ ਅਗਲੇ ਹਫ਼ਤੇ ਆਏਗਾ। ਤੋ ਆਪਾਂ ਇੱਥੇ ਸਮਾਪਤੀ ਕਰੇ, ਭੁੱਲਾਂ ਚੁੱਕਾਂ ਦੀ ਮਾਫ਼ੀ। ਤਰਾ ਸਰੀਰ ਹੇਤ ਦੰਭ ਮਨ ਕੋ ਨਿਕੰਦਨਾ, ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧ ਦੇ ਬਾਲ ਲੀਲਾ ਪ੍ਰਸੰਗ ਬੰਨਨ ਨਾਮ ਸਪਤਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।